ਜੈ ਊਯਾ ਮਾੜਾ ਦਿਲ ਤ੍ਰੋਟਾ ਮਾੜੀਆਂ ਯੋਗੀਆਂ ਖੁੱਲੀਆਂ ਕੈਵੇਂ ਖਾਵੇ ਵਿੱਚ ਸਾਂ ਓਏ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਬੜੇ ਨਾਲ ਨਜ਼ਰਾਂ ਮਿਲਾਣੇ ਜੋ ਕਥੀਆਂ ਏ। ਕੌਣ ਹੋ ਤੁਮ ਅਜਨਬੀ ਔਰਤ? ਅਜਨਬੀ ਔਰਤ? ਅੱਜ ਮੈਂ ਅਜਨਬੀ ਹੋਈ ਗਈ ਹਾਂ ਨਾ, ਮੈਂ ਤੁਸੀਂ ਕਿਹੜੇ ਕਿਹੜੇ ਜਾਣ ਨਹੀਂ ਲੋੜਿਆ। ਮੈਂ ਆਈ ਡੋਂਟ ਸੁਣਿਆ ਪਛਾਣਿਆ, ਆਈ ਡੋਂਟ ਪਛਾਣਿਆ। ਉਹ ਮੈਂ ਕਾਲੋ ਹੀ ਆ, ਕਾਲੋ। ਓ ਕਾਲੋ, ਹਾਂਜੀ, ਤੋਬਾ ਤੋਬਾ, ਕਿਆ ਹੋਈ ਗਿਆ ਇਸਕੀ। ਬਚਪਨ ਸੁ ਨਾਲ ਪਲੀ ਬੜੀ ਖੇੜੀ, ਵਿਆਹ ਨੇ ਵਾਦੇ ਕਰੀ ਤੇ ਹਾਂ, ਅੱਜ ਤੂੰ ਵੀ ਪਛਾਣਨਾ ਨੇ। ਤੂੰ ਮਾਰੇ ਪੇਟੇ ਪੈ ਜਾਊਗੀ। ਹੈਲੋ, ਪੇਟਾ ਮੈਂ ਪੈ ਗਈ ਆਂ। ਨਹੀਂ, ਜਿਸਲੇ ਮੈਂ ਸੁਣਿਆ ਨਾ ਉੱਥੇ ਗ੍ਰਾਂ ਚ ਕਿ ਉਹ ਮਾਸੀ ਮੀ ਕਹਿਣੀ ਰਮਜ਼ਾਨੀ ਉੱਥੇ ਉਹ ਚੂੰਚੜਾਂ ਨਾਲ ਵਿਆਹ ਕਰਨ ਲਗਾ। ਮੈਂ ਉਹ ਕਿਨ ਸਹੀ, ਤੂੰ ਇਹ ਕਿਨ ਸਹੀ, ਮੈਂ ਤੇ ਦਵਾਸਾ ਹਾਂ, ਤੂੰ ਸਬਰ ਕਰ। ਮੈਂ ਉਹ ਕਿਨ ਸਾ, ਉਹ ਕਿਨ ਸਾ ਸੀ ਫੰਗ, ਮੈਂ ਉਸकी ਖਰਜ਼ਾਂ ਤਲਾ ਗੰਗ ਜਾਂ ਫਤਿਹ ਜੰਗ ਫਿਰ ਈ ਰਾਂਝੇ ਵਾਲੇ ਜੰਗ। ਤੂੰ ਇਹ ਚਿੰਚੜਾ ਲੋੜੀ ਕੁਤਲੀ ਹੈ, ਬਸ ਨਸੀਬ ਰਲੇ ਸੀ। ਨਸੀਬ ਤੁਹਾਡੇ ਮਾਣੇ ਨਾਲ ਰਲੇ, ਹੋਰ ਕਿਸਾ ਨਾਲ ਨਹੀਂ ਰਲ ਨਹੀਂ ਸਕਣੇ। ਉਸ ਪਰ ਕਾਲਖ ਫਿਰ ਗਈ ਹੈ ਕਾਲੋ। ਗੱਲ ਸੁਣ ਮਾੜੀ, ਕਈ ਕੰਨ ਖੋਲ ਪਹਿਲੂ, ਖੁੱਲੇ ਨਹੀਂ ਨਾ ਖੁੱਲੇ ਵੇ, ਖੁੱਲੇ ਹੋਣੇ ਨਾ ਤੇ ਤੂੰ ਉਸ ਚੂੰਚੜਾਂ ਕੀ ਆਪਣੇ ਪਿੱਛੇ ਨਾ ਲਾਏ ਯਾਰ। ਤੂੰ ਗੁਰੇ ਮਾੜੀ ਬੂਆ ਨਹੀਂ ਦੀਦ ਨੇ? ਮੈਂ ਭੂਆ ਨਹੀਂ ਤੀਵੀ ਆ, ਮੈਂ ਚਾਚੇ ਨੀ ਤੀਵੀ ਆ, ਮੈਂ ਤਾਏ ਨੀ ਤੀਵੀ ਆ, ਮੈਂ ਸਾਰ ਰਿਸ਼ਤਾ ਤੁਹਾਡਾ ਮਾੜੇ ਸੂ ਸ਼ੁਰੂ ਹੋਣਾ ਮਾੜੇ ਪਰ ਖਤਮ। ਵਾ ਜਿਸ ਵਿਆਹ ਕੀਤਾ ਸਾ ਦੂਆ ਤਰੀਆ ਵੀ ਕੀਤਾ, ਜਾ ਹੁਣ ਕੀਤਾ ਸਤਰੀਆ। ਤੂੰ ਪੰਜਵੇਂ ਜੂਏ ਛੇਵੇਂ ਜੂ? ਮੈਂ ਦੂਏ ਜੂ। ਦੂਏ ਜੂ ਤੀ ਕਾਲੋ ਏ, ਫਿਰ ਕਾਲੋ, ਫਿਰ ਮਾਈ ਹਾਰਟ, ਮੈਂ ਕਰੀਮਾ ਲਾਈ ਲਾਈ ਚਿੱਟੀ ਹੋਈ। ਮਾਈ ਹਾਰਟ ਇਜ਼ ਨਾਟ ਅਵੇਲੇਬਲ, ਕੋਈ ਹੋਰ ਬੂਆ ਖੜਕਾ। ਨਹੀਂ ਨਹੀਂ, ਬੂਆ ਤਾਂ ਮੈਂ ਇਹ ਹੀ ਖੜਕਾਣਾ ਔਰ ਆਟ ਵੀ ਮੈਂ ਇਹ ਹੀ ਕੱਢਣਾ, ਤੂੰ ਫਿਕਰ ਨਾ ਕਰ। ਹੁਣ ਮੈਂ ਜੇ ਇਤਨੇ ਦੂਰੋਂ ਆ ਰਹੀ ਹਾਂ ਨਾ, ਤੂੰ ਸਾਰਿਆਂ ਕੀ ਮੈਂ ਚਿੰਚੜਾ ਕੀ ਤੇ ਚੂੰਚੜਾ ਕੀ, ਮੈਂ ਹੁਣ ਮਾਈਏ ਟੱਪੇ ਕੋਈ ਨਾ ਗਾਣਾ, ਮਾਈਏ ਟੱਪੇ ਕੋਈ ਨਾ ਗਾਣਾ। ਇਹ ਕਿਆ ਗਾਣਾ ਆ? ਚੀ ਪਾਪਾ ਬੀ ਬੀ ਚੀ ਬੀ ਪਾਪਾ ਪੂ। ਅੱਛਾ, ਤੂੰ ਚਾਹਣਾ ਹੈ ਕਿ ਤੁਹਾਡੇ ਬੱਚੇ ਵੀ ਕੱਲ ਚੀ ਚਾਂ 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 ਪਾਉਣ ਕਰਨੇ ਰਹੇ? ਨਿੱਕੇ ਨਿੱਕੇ ਫਿਨੇ ਫਿਨੇ ਮਾੜੇ ਧੀਆਂ ਪੁੱਤਰ? ਨਹੀਂ ਜੀ, ਕਾਲੇ ਕਾਲੇ ਉਸ ਨੂੰ ਮੈਂ ਲੁਕਾ ਨੂੰ ਡਰਮ। ਤੂੰ ਮੈਂ ਥਈ ਆ ਨਾ ਕਾਲੋ, ਉਹ ਚੱਲ ਕਾਲੋ ਤਾਂ ਤੂੰ ਨੇ ਮਾੜੀ ਨਾਲੋ। ਚੱਲ ਕਿਥੇ, ਦੂਈ ਵਾਰੀ ਮੈਂ ਚੱਲ ਨਾ ਆਖਿਆ? ਉਹ ਚੱਲ ਮਾੜੀ ਸ਼ੀ ਫੰਗ ਪੀ ਪਾਪਾ ਬੀ। ਹੈਲੋ, ਪੀ ਪੀ ਪਾਪਾ ਇਧਰ ਤੁਹਾਡੀ ਅਸੀਂ ਹੁਣ ਸਾਰੀ ਪੀ ਪਾ। ਡੋਂਟ ਡਿਸਟਰਬ ਮੀ, ਚੱਲ ਮਾਈ ਸ਼ੀਪਿੰਗ ਮੀ ਡੀਕਣੀ ਹੋ ਸੀ। ਹੁਣ ਜਿੱਥੇ ਤੂੰ ਗੈਸੇ ਉੱਥੇ ਤੂੰ ਮੈਂ ਡੀਕ ਸਾਂ। ਜ਼ੁਲਮ ਖੁਦਾ ਨੇ, ਖੁਦਾ ਨੇ ਬੰਦਿਓ ਭੰਗਾ ਪੱਟੀ ਪੱਟੀ ਬਾੜੀ ਬਾੜੀ ਸੱਟ ਰਹੇ ਹੋ, ਆਪਣੀਆਂ ਬਾੜੀਆਂ ਸੱਟ ਰਹੇ ਹੋ, ਤਕਲੀਫ ਹੋਣੀ ਹੈ। ਜਾਨ ਛੁੱਟਣੀ ਗੱਲ ਸੁਣੇ ਮਾਵਾ,
ਤੁਕੀ ਸਿੰਘ ਮਾਰਨ ਗਾਵਾਂ ਓ ਤੁਕੀ ਬੁੱਢੀ ਭਾਰੇ ਮੈਂ ਪਾਵਾਂ ਤਨਾਵਾ ਅਬ ਕਿਹੜੀ ਬੂਟੀ ਤਰੱਪੀ ਤਾਈ ਹੈ ਕਾਲੋ ਕਹਿ ਹੋਇਆ ਜੀ ਓ ਤੁਹਾਡੇ ਇਸ ਮਗਜ਼ੈਜ ਮੈਂ ਕਿਸ ਤਰ੍ਹਾਂ ਅਕਲ ਪਾਵਾਂ ਓ ਮਾਵਾ ਅਬ ਹੋਇਆ ਕਈ ਮਾਵਾ ਮਾਵਾ ਲਾਈ ਵੀ ਹੋਇਆ ਕਿਆ ਕੋ ਦੱਸ ਤਾਂ ਸਹੀ ਨਾ ਕੁਝ ਨਹੀਂ ਮਾਵਾ ਤੂੰ ਸ਼ਰਮ ਨਹੀਂ ਆਈ ਤੂੰ ਯਾ ਨਹੀਂ ਆਈ ਤੂੰ ਗੈਰਤ ਨਹੀਂ ਆਈ ਤੂੰ ਇਸ ਇੱਕ ਵਾਰੀ ਤਾਂ ਖਿਆਰ ਪਈ ਮਾੜੀ ਉਥਾ ਭੈਣੂ ਨੀ ਧੀ ਤੁਹਾਡਾ ਇੰਤਜ਼ਾਰ ਕਰਨੀ ਉਥਾ ਚਿੰਗ ਚੋਂਗ ਨਾਲ ਇਸਨੀ ਮੰਗਣੀਆਂ ਕਰਾਂ ਫਿਰਨਾ ਅੱਬਾ ਇਸ ਕੀ ਆਪਣੀ ਜ਼ਬਾਨੀ ਦੱਸ ਮੈਂ ਉਹ ਕਿੰਸਾਂ ਉਹ ਕਿੰਸਾਂ ਉਹ ਕਿੰਸਾਂ ਹੀ ਬੁੱਥੀ ਬੰਦ ਕਰ ਮਾਮਾ ਇਸ ਇੱਕ ਮਿੰਟ ਅਵਾ ਬੱਲੀਆਂ ਪਰ ਹੋਰ ਤੇਲ ਸੱਟਣਾ ਬੈ ਇੱਕ ਮਿੰਟ ਚੁੱਪ ਕਰੀ ਕੋ ਮੀ ਗੱਲ ਕਰਨ ਦੇ ਨਾ ਅੱਬਾ ਐਵੇਂ ਪੇਟੇ ਪੈਣੀਆਂ ਮਾੜੇ ਪੇਟਾ ਚੁੱਪ ਕਰ ਮੈਂ ਉਹ ਕਿੰਸਾਂ ਤੂੰ ਐਡੀ ਗੱਲ ਕਰਨੇ ਵਾਲਾ ਹੋਣਾ ਹੈ ਨਾ ਪਹਿਲੋ ਗੱਲ ਕਰੇ ਯਾਰ ਦਾਦੀ ਅੱਜ ਕੀ ਪਕਾਸੋ ਕਿਆ ਪਸਾਣ ਲਗੀ ਹੈ ਪਸਾਣ ਲਗੀ ਹੈ ਨਹੀਂ ਕਿਆ ਪਕਾਸੋ ਕਿਆ ਪਕਾਸਾ ਹਾਂ ਇਹ ਮਸਰਾਂ ਦੀ ਦਾਲ ਮਸਰਾਂ ਦੀ ਦਾਲ ਤੁਸਾਂ ਰੋਜ਼ ਮਸਰਾਂ ਦੀ ਦਾਲ ਕਿਆ ਪਕਾਨੀ ਹੋ ਇਹ ਕੁੜੀਏ ਕਿਆ ਬਾਣੀ ਹੈ ਪੀ ਕਿੰਨੋ ਘੜਾ ਰੋਜ਼ ਰੋਜ਼ ਦਾਲ ਖਲਾ 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 ਕੇ ਕਬ ਸੇ ਮੈਂ ਆਈ ਹੋ ਦਾਲ ਹੀ ਖਲਾਈ ਜਾ ਰਹੀ ਹੋ ਇਹ ਗ੍ਰਾਂ ਜਿਹੜੇ ਬਣੇ ਨਾ ਗ੍ਰਾਂ ਵਿੱਚ ਹੀ ਹੈ ਦਾਲ ਸਾਗ ਹੀ ਖਾਈ ਤੇ ਗੁਜ਼ਾਰਾ ਕਰਨੇ ਆ ਫਿਰ ਮੈਂ ਉਸਕੀ ਦੱਸਾਂ ਪਤਾ ਨੀ ਕਿਆ ਖਿਲਾਣੀ ਰਹਿਣੀ ਕੁੜੀਆਂ ਉੱਥੇ ਕਿਆ ਖਾਣੀ ਰਹਿਣੀ ਹੈ ਉੱਥੇ ਚੈਨ ਕਿਆ ਖਾਣੀ ਆਉਣੀ ਸੀ ਨੂਡਲਸ ਕਿਹੜਾ ਚਾਵਲ ਬੱਪੰਜੀ ਕਿਹੜੀ ਬੰਜੀ ਛਛੋਰਾ ਅੱਛਾ ਛਛੋਰੇ ਖਾਣੀ ਹੈ ਰੋਟੀ ਛਛੋਰੇ ਜਾ ਦਾਦੀ ਅਛਲੀ ਰਹਿਣੀ ਹੈ ਹਮਾਰੇ ਚਾਈਨਾ ਮੇਂ ਇੱਕ ਦੇਸ਼ ਹੈ ਨਾਮ ਹੈ ਛਛੋਰਾ ਆਏ ਪਤਾ ਨਹੀਂ ਕਿਹੜੇ ਕਿਹੜੇ ਦਿਸ਼ਾ ਪਕਾਣੀ ਰਹਿ ਲੈ ਕੇ ਨਾ ਇਹ ਬਾਹਰ ਲੱਕੜੀ ਪੰਨੀ ਤੇ ਵੇਚੂ ਅੱਛਾ ਬਾਹਰ ਲਓ ਹਾਂ ਇਹਦਾ ਤਾਂ ਲਓ ਅੱਬਾ ਇੱਕ ਤਾਂ ਪਤਾ ਨਹੀਂ ਇੱਕ ਉਧਰ ਗਿਆ ਉਹ ਚੀਕੂ ਜਾ ਇਹ ਠੰਡ ਕੱਢਣੀ ਹੈ ਚੀਕੋ ਨਹੀਂ ਚਿਚੋਰੇ ਚਿਚੋਰੇ ਹੈ ਚਿਚੋਰੇ ਬੜੀ ਆਈ ਬੜੀ ਆਈ ਮੈਂ ਦਾਦੀ ਕੀ ਦੱਸਾਂ ਵਾਲਾ ਜੀ ਨਹੀਂ ਤੂੰ ਮਾਰਾ ਨਾ ਤੂੰ ਬੱਚੀ ਮੈਂ ਅੱਲਾ ਦਾਦੀ ਕੀ ਵੀ ਤੇ ਕੀ ਵਾ ਬੜੀ ਆਈ ਮੈਂ ਮਿਸ਼ਾ ਦੀ ਛੋਰੇ ਕਰਨੀ ਹੈ ਬਸ ਚੁੱਪ ਕਰ ਮੈਂ ਮਾਰ ਜੇ ਨਾ ਸੋ ਕਰ ਚੱਕਾ ਇਹ ਕੀ ਚੁੱਪ ਕਰੋ ਇਹ ਚੁੱਪ ਕਰੇ ਤੂੰ ਐ ਮੈਂ ਕੀ ਵੀ ਕਰਨੀ ਰਹਿਣੀ ਦਿਮਾਗ ਚ ਚਿੱਤ ਖਾਈ ਮੈਂ ਲੱਗਰੇ ਤੋੜ ਤੇ ਬਸ ਸ਼ੰਦਾ ਜਾ ਕੋ ਲੱਗੀ ਰਹਿ ਹਾਂ ਤੇ ਬੋਲਣੀ ਨਹੀਂ ਵਿੱਚ ਹਮਾਰੀ ਗੱਲ ਸੁਣ ਅਗੇ ਮੈਨੂੰ ਮਾਰ ਪਈ ਖਲਦੀ ਗੱਲਾਂ ਕਰਨੀ ਸੀ ਤੂੰ ਭਰਾ ਕਾਲੀ ਮੰਜ ਜੀ ਆਈ ਮੰਜੀ ਚੱਕਰ ਮਾਰੀਏ ਮੰਜੀ ਨੀ ਕੁੜੀ ਜੀ ਸੀ ਕੁੜੀ ਜੀ ਸੀ ਚੂੜੀ ਕੜੀ ਰਮਜਾਨੀ ਰੋਟੀ ਖਾ ਲੋ
ਇਤਨਾ ਭਾਰਾ ਹਾਦਸਾ ਦਾਦੀ ਜਿਸਾ ਲੰਗਰਾਠਾ ਹੋਣਾ ਮਾੜੀ ਗੱਲ ਸੁਣੋ ਮੇਰੇ ਘਰ ਸੁਣ ਜਾਗਦਾ ਇਹ ਚੀਕੂ ਇਹ ਮਹਿਮਾਨ ਆਏ ਵੀ ਨਕਾਰ ਹੋ ਤਾਂ ਨਾ ਮੈਂ ਇਸ ਕੀ ਜਾਗਣੀ ਮਹਿਮਾਨ ਹੋਣਾ ਇੱਕ ਦਿਹਾੜੇ ਨਾ ਦੋ ਦਿਹਾੜੇ ਨਾ ਹੋਣਾ ਇਹ ਕਹਿ ਵਕਤ 6-6 ਮਹੀਨੇ ਹੋਈ ਗਈ ਇੱਥੇ ਰਹਿਣੀ ਤੂੰ ਕਹਿ ਸਭਨੇ ਘਰ ਹੋ ਇੱਥੇ ਹੀ ਰਹਿਸੀ ਹੁਣ ਅਬੇ ਹਮ ਦਾ ਘਰ ਹੈ ਨਾ ਤੁਮੇ ਕਭੀ ਵੀ ਨਹੀਂ ਦੇਗੇ ਦਾਲ ਬਗੈਰ ਲੋ ਲੋ ਪਾੜੇ ਨਕਾਰ ਨਕਾਰ ਮੇਰੇ ਗੁਰੂ ਜੀ ਮਾਰਸ਼ਾ ਜਾਗਦਾ ਕਿ ਛੱਡਦਾ ਇਸ ਨੀ ਮਾਰਸੀ ਬੁੱਕੇ ਨੀ ਦਾਦੀ ਆਨੀ ਦਾਦੀ ਜੀ ਲੈ ਗੇ ਸੁਣ ਮੈਂ ਤੁਸੀਂ ਮੁੱਕੇ ਮਾਰਸ਼ਾ ਬੁੱਕੇ ਮਾਰਸੇ ਇਸਕੀ ਮੈਂ ਦਾਦੀ ਮਾਰ ਪਿਆਰ ਦਾਗ ਪੈਣੇ ਮੈਂ ਮੂੰਹ ਖਰਾਬ ਕਰੀ ਛੱਡਿਆ ਸੀ ਮਾੜੀ ਗੱਲ ਚੁੱਪ ਕਰੇ ਤੂੰ ਲੱਗਣਾ ਚਾਹੀਦਾ ਫੂਕਾਂ ਮਾਰਨੀ ਜੀ ਚਾਹੀਦਾ ਕਿ ਸੁਣਾਈ ਬਜਾ ਰਹੀ ਹੋ ਕਿਹੜੀ ਬਜਾਣੀ ਹੈ ਸੁਣਾਈ ਸੁਣਾਈ ਬੇਸ਼ਰੀ ਇਹ ਮਰਾਸੀਆਂ ਨੇ ਕੰਮ ਕਰਨੀ ਹੈ
ਬੈਸ਼ੀ ਬੈਸ਼ੀ ਬਜਾਨੇ ਗੱਲ ਸੁਣੋ ਤੁਹਾਡਾ ਤਾਂ ਮਹਾਰਾਜ ਜੀ ਨਾਲ ਵਿਆਹ ਹੋਸੀ ਨਾ ਫਿਰ ਮੈਂ ਚੂੰ 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 ਕਰ ਜਾਂ ਠੀਕ ਹੈ ਤੇਰਾ ਵਿਆਹ ਕਬ ਕਰੇਂਗੇ ਫਿਰ ਤੇ ਵਿਆਹ ਕਰ ਸ਼ੁਰੂ ਕਰ ਸ਼ੁਰੂ ਮੈਂ ਮੈਂ ਕਹਾਂ ਹੀ ਕਦੇ ਮਾੜਾ ਤੇ ਤੁਹਾਡਾ ਵਿਆਹ ਆ ਨਾ ਤੇ ਫਿਰ ਢੋਲ ਬਾਜੇ ਬਜਾ ਸੋ ਤਾੜਾ ਕਿਸਨਾ ਵਿਆਹ ਤੱਕੀ ਇੱਕ ਸੋਹਣੀ ਕੁੜੀ ਤੇ ਤੂੰ ਆਪਣਾ ਤੱਕ ਚਿੱਬਾ ਖਰੀਬਾ ਮੂੰਹ ਕੱਢਿਆ ਤੇ ਤੂੰ ਦਾਦੀ ਦਾਦੀ ਕਾ ਆਈਗਾ ਥੋੜਾ ਜਿਹਾ ਕਾਲਾ ਫੇਨ ਹੋਰ ਕੀ ਆ ਕੌਣ ਸਾ ਥੋੜਾ ਜਿਹਾ ਕਾਲਾ ਹੈ ਬਹੁਤ ਕਾਲਾ ਹੈ ਤੂੰ ਮਾੜੀ ਜੇ ਸੋਹਣਾ ਬੰਦਾ ਕੁਛਾ ਕਿ ਨਹੀਂ ਮਿਲਣਾ ਨਹੀਂ ਦੱਸ ਜੁੜਿਆ ਹਾਂ ਇਹ ਜਾ ਵਾਕਿਆ ਨਹੀਂ ਲੱਭਣਾ ਹਾਂ ਹਾਂ ਅਲਾ ਮਾੜੀ ਗੱਲ ਤੂੰ ਛੋੜ ਦੇ ਉਸਕੀ ਨਾ ਉਹ ਕਹਿਣਾ ਚਾਹ ਉਹ ਮਾੜਾ ਕੁੜੀ ਕਹਿ ਨਾ ਉਸਨਾ ਉਹ ਜੀ ਕਾਲੋ ਕਾਲੋ ਨਾ ਕਾਲੋ ਕਾਜੀ ਕਾਲੋ ਅਲਾ ਕਾਲੋ ਹਾਂ ਕਾਲੋ ਉਸਕੀ ਐਸੀ ਨਾ ਤੇ ਮੈਂ ਮਾਰ ਕੇ ਗੱਛੀ ਤੇ ਉਸਨੇ ਕਾਰ ਗੱਛੀ ਮੈਂ ਚੁੱਟਸਾਂ ਉਸਕੀ ਕਾਲੋ ਕੀ ਇੱਕ ਵਾਰੀ ਮੇਰੀ ਗੱਲ ਸੁਸ਼ਾ ਮਾੜਾ ਬਦਲਾ ਕਿੰਨਾ ਉਸਕੋ ਜਾਣੀ ਨਹੀਂ ਹੋਵੇ ਕੀ ਮਾੜਾ ਵੀ ਨਾ ਬਖਤਵਾ ਆਹਾਂ ਮੈਂ ਢੀਆ ਚੀਰੀ ਤੇ ਰੱਖੀ ਸੱਚਾ ਸੋਨਾ ਸੋਨਾ ਚੰਗੀ ਹੋਏਗੀ ਚੰਗੀ ਹੋਏਗੀ ਕਾਲੋ ਕਾਲੋ ਇੱਕ ਸ਼ਿਵਾ ਸ਼ਮਾਇਆ ਸਹੀ ਗੱਲੀ ਐਵੇਂ ਸ਼ੀ ਕੋਈ ਕੀ ਨਹੀਂ ਦਾਦੀ ਹੁਣ ਵੀ ਕੀ ਨਿਕਲਣਾ ਨਹੀਂ ਆ ਨਹੀਂ ਮੈਂ ਤੁਹਾਡਾ ਬਦਲਾ ਕੀ ਨਹੀਂ ਸੋ ਮਾੜਾ ਵੇਖ ਕੇ ਰਿਹਾ ਸੋ ਇਹ ਚਿਕੋ ਆਪਣੀ ਹੱਥ ਤੋਂ ਚੋਰੀ ਆਪਣੀ ਵਾਈਫਾਈ ਐਸੀ ਮੁੱਕਾ ਕਰ ਮੈਂ ਤੁਝੇ ਸਿਖਾ ਦੂੰਗਾ ਕਿਸ ਦਾ ਆਪਣੀ ਵਾਈਫਾਈ ਅੰਦਰ ਕਰ ਇਹ ਅੰਟੀਨਾ ਅੰਦਰ ਕਰ ਇਧਰ 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 ਅਸਾਂ ਵਾਲਾ ਨਿੱਕੇ ਜੀ ਆਉਣੇ ਸੀ ਤਾਂ ਦਰੂਨੇ ਖਾਣੇ ਆਉਣੇ ਸੀ ਫਗਾੜੇ ਖਾਣੇ ਆਉਣੇ ਸੀ ਕਿੰਨਾ ਸੋਹਣਾ ਟੇਮ ਆਣਾ ਸਭ ਇਹ ਨਾ ਜੇ ਲੈ ਬੈਰ ਖੋਈ ਤਾਂ ਆਣੀ ਨਾ ਸੀ ਬਹੁਤ ਮਜ਼ੇ ਨੇ ਇੱਕ ਵਾਰੀ ਮਾਲਕਾ ਨੇ ਕੁੱਤੀ ਲਗੀ ਮਗਰ ਬੱਟਾ ਚਾਈ ਮਾਰਿਆ ਉਸਨਾ ਸਿਰ ਹੀ ਫੱਟੀ ਬਹੁਤ ਸੋਹਣਾ ਟੇਮ ਆਣਾ ਸਭ ਬਹੁਤ ਸੋਹਣਾ ਟੇਮ ਆਣਾ ਸਭ ਬਹੁਤ ਯਾਦਾਂ ਚੀਆਂ ਤੇ ਮਾਲਾਂ ਬੱਕਰੀਆਂ ਨਾਲ ਗਸ਼ਨੇ ਆਉਣੇ ਸੀ ਹਾਂ ਬਹੁਤ ਚੰਗੇ ਵੇਲੇ ਸੇ ਬਹੁਤ ਚੰਗੇ ਵੇਲੇ ਸੇ ਬਹੁਤ ਕੁਝ ਯਾਦ ਅੱਛਾ ਕਸਮੇ ਮੈਂ ਤੇ ਜਿਹੜੇ ਲੈ ਸੋਚਣਾ ਅੱਖਾਂ ਚ ਥਰੂ ਜੇ ਅੱਛੀ ਰਹਿਣ ਚੰਗੇ ਵੇਲੇ ਗੁਜ਼ਰ ਕਿਸ਼ਨੇ ਨਾ ਗੁਜ਼ਰੀ ਕਿਸ਼ਨੇ ਨਾ ਚੰਗੇ ਵੇਲੇ ਚੰਗੇ ਵੇਲੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਆਏ ਹੋਣਾ ਮੈਂ ਪ੍ਰੈਕਟਿਸ ਕਰਨਾ ਜੀ ਗਮਚੂਸ਼ ਨਾ ਨਹੀਂ ਪਤਾ ਕਿਹੜਾ ਚੂਸ ਚੂਸ ਨੀ ਗਮਚੂਸ ਹਾਂ ਉਹ ਬੋਲੀ ਇੱਕ ਜਿਹੜਾ ਖਾਣੇ ਕਰਨੇ ਹੋਣੇ ਜਿਸ ਨਾ ਗੁਬਾਰਾ ਨਿਕਲਾ ਇਹ ਕਰ ਫੁਸੂ ਹਾਂ ਬਾਦ ਖੜੋਕੇ ਵੀ ਚੜ ਨਹੀਂ ਆਪਣੀ ਦਾਦੀ ਇਸ ਤਰ੍ਹਾਂ ਪਤਾ ਲੱਗਣਾ ਗਾਂ ਵੱਡੀ ਕਰਨੀ ਹਾਂ ਦਾਦੀ ਗੱਲ ਸੁਣੋ ਹਾਂ ਵਾ ਕਦੀ ਆਈ ਨਾ ਲੋ ਛੋਟ ਛੋਟ ਕੀ ਤੇ ਮੁੱਕੇ ਮਾਰਨੇ ਮੈਂ ਦੇਖਿਆ ਮੈਂ ਉਛਲੀ ਉਛਲੀ ਤੇ ਲੱਤਾਂ ਵੀ ਮਾਰਦਾ ਗੂੜੀਆਂ ਮਾਰਿਆ ਉਸ ਦੀਆਂ ਮੈਂ ਮਾਰਦਾ ਉਸ ਦੀਆਂ ਰੋਟੀ ਨਾ ਵੈਸੀ ਐਸੀ ਕੰਮ ਆਤੀ ਹੈ ਤੇਰੀ ਆਂਟੀ ਨਾਲ ਇਸ ਤਰ੍ਹਾਂ ਉਂਗਲੀ ਉਸਕੋ ਨਾ ਸੇ ਛੁਪਾ ਉਸਕੋ ਗੁਸਾ ਜੋ ਗਾਲੋਂ ਕੋ ਗੁਸਾ ਤੇ ਤੂੰ ਉਸਕੀ ਮਾਰ ਰਹਾ ਨਾ ਦਾਦੀ ਔਰ ਹਮ ਰਹਿ ਗਈ ਥੀ ਤੋ ਆਪਨੇ ਕਭੀ ਮੁੱਕਾ ਦਾਦੀ ਵੀ ਗੁਸਾ ਆਪਨੀ ਉਂਗਲੀ ਮੁਝੇ ਗੁਸਾ ਵਾਈਫਾਈ ਮੈਂ ਤੋ ਲਿਆ ਤੇ ਨਾ ਉਸਕੀ ਮਾਰ ਹੀ ਸਕਣਾ ਤੇ ਤੇਰੀ ਵਾਈਫਾਈ ਖੋਲ ਕੇ ਰੱਖ ਦੂੰਗੀ ਮੈਂ ਖੋਲ ਕੇ ਰੱਖ ਇਹ ਨੌਬਤ ਅਛਣੀ ਨਾ ਦੇਰ ਬੱਬਾ ਅਲਾ ਗੱਲ ਸੁਣ ਬਸ ਹੋ ਗਿਆ ਨਹੀਂ ਆਈਆ ਅਲੇ ਹੋਰ ਉਸੀ ਅਲੇ ਅੱਜ ਵੀ ਉਸੀ ਕੱਲ ਵੀ ਉਸੀ ਇਹ ਪਕੜ ਮਾਰ ਮਾਰੇ ਸਰਜ ਮੈਂ ਜੋ ਛੁੱਟੀ ਗੱਛ ਐਵੇਂ ਲੱਗੀ ਵੀ ਹੈ ਗੱਲ ਤਾਂ ਕੋਈ ਨਹੀਂ ਪੂਰੀ ਸੁਣੀ ਕਿੰਨਾ
ਬਾਬਾ ਸਾਵਣ ਕੇ ਆਇਆ ਸਾਡੇ ਗ੍ਰਾਂ ਕੀ ਹੈ ਗੇਰ ਦੀਆਂ ਚੀਜ਼ਾਂ ਲਿਖਣਾ ਲਈ ਪਈਆਂ ਓਏ ਇਹ ਵੀ ਕੋਈ ਸਾਵਣ ਨਹੀਂ ਆਟੋ ਕਹਿ ਵਾਹ ਬਾਜੇ ਕੀ ਕੁਝ ਨਹੀਂ ਆਇਆ ਐਵੇਂ ਕੋ ਆਪਣੀ ਗੱਲ ਕੀਤੀ ਹੈ ਸਾਂ ਓਏਵੇਂ ਤੂੰ ਬੈਠੇ ਵੇ ਆ ਧੁੱਪੇ ਬੈਠੇ ਵੇ ਧੁੱਪੇ ਕੀ ਗਰਮੀ ਨਾਲ ਜਾਨ ਨਿਕਲਣੀ ਤੇ ਧੁੱਪੇ ਬੈਠੇ ਹੋ ਪਾਗਲ ਤੇ ਨਹੀਂ ਹੋ ਬਸ ਗਰਮੀ ਗਰਮੀ ਕਾ ਤੋੜ ਹੈ ਗਰਮੀ ਇੰਨੀ ਆਉਣੀ ਹੈ ਬਰਦਾਸ ਮੈਂ ਜੁਲੀ ਮੈਂ ਕਰਦਾ ਵਿਆਹ ਸਾਂ ਜੀ ਪਾਪਾ ਵੀ ਅਗੋ ਹਟ ਮਾ ਪੈਦਰਾ ਵੇ ਅਜੇ ਮੜੇ ਕੋ ਤੂੰ ਕਤਲ ਹਸੀਆ ਅਜੇ ਮੜੇ ਕੋ ਕਤਲ ਹਸੀ ਮਾ ਹਟ ਅਗੋ ਮਾਰੇ ਫੇ ਮਾਰ ਹਟ ਅਗੋ ਹਟ ਰੁਕ ਤੇ ਮਾੜੀ ਗੱਲ ਤਾਂ ਸੁਣ ਨਾ ਪਹਿਲੇ ਇਹ ਵੀ ਤੇ ਗ੍ਰਾਂ ਜੋ ਆਪੇ ਪੂਰਾ ਗ੍ਰਾਂ ਇਕੱਠਾ ਕਰਨੀ ਹੈ ਤਾਂ ਸਹੀ ਨਾ ਤਮਲ ਮਜ਼ਾਜੀ ਨਾਲ ਕੰਮ ਕਰੇ ਉਹ ਕਾ ਸੁਣ ਵੇ ਕਾ ਰਾਂਚ ਕੇ ਹਾਲ ਬਣਾਇਆ ਇਹ ਪਿੰਟਾ ਵਿੱਚ ਕਿਸ ਤਰ੍ਹਾਂ ਬੜਿਆ ਹੈ ਕਿਸ ਤਰ੍ਹਾਂ ਬੜਿਆ ਭਾਪੇ ਰਾਈਆਂ ਥੱਲਾ ਰੱਖੀ ਖਲੀ ਕੀਤੀ ਨਾ ਮੈਂ ਬੂਟੇ ਪਰ ਛਾਲ ਮਾਰੀ ਸਿੱਧਾ ਪੈਂਟਾਂ ਨੇ ਵਿੱਚ ਆਲਾ ਆਲਾ ਪਾਣੀਆਂ ਵਿੱਚ ਡੱਠਾ ਹੈ ਪੈਂਟਾਂ ਵਿੱਚ ਉਹ ਆਖਣਾ ਪਿੰਟੇ ਵਿੱਚ ਡੱਠਾ ਪਾਣੀ ਵਿੱਚ ਨਾ ਡੱਠਾ ਆਲਾ ਆਲਾ ਪਿੰਟੇ ਵਿੱਚ ਡੱਠਾ ਪਿੰਟੇ ਵਿੱਚ ਡੱਠਾ ਤੇ ਗੱਲ ਸੁਣੋ ਮੈਂ ਆਇਆ ਵਾਂ ਬੜੇ ਦੂਰੋਂ ਆਲਾ ਇੱਥੇ ਇੱਕ ਮਾੜੀ ਪਹਿਣੀ ਨਿੱਕੀ ਜੀ ਨਹੀਂ ਇਤਨਾ ਤਾਂ ਬਿੱਲੀ ਨਾ ਬਚਾ ਹੋਣਾ ਥੋੜੀ ਜੀ ਬੜੀ ਸੀ ਲੋਕੀ ਪਹਿਣ ਮਾੜੀ ਬਖਤੋ ਨਾ ਉਸ ਨਾ ਓਏ ਸਾਰੇ ਮਾਸੀ ਬਖਤੋ ਨਹੀਂ ਵੇ ਗੱਲ ਕਰ ਰਹੇ ਹਾਂ ਹਾਂ ਮਾਸੀ ਬਖਤੋ ਦੀ ਗੱਲ ਕਰ ਰਹੇ ਤਖਤੀ ਨਹੀਂ ਬਖਤੋ ਬਾਬਾ ਸਾਹਿਬ ਬਖਤੋ ਕਿਨਾ ਬਾਣਿਆ ਬੇ ਪੂਰੇ ਗ੍ਰਾਂ ਦੀ ਦਾਦੀ ਲਗੀ ਇਥੇ ਕਿਹੜੀ ਗਾ ਵਾਸੂ ਆਖਣੇ ਕੇ ਮਾਸੀ ਬਖਤੋ ਪੂਰੇ ਗ੍ਰਾਂ ਦੀ ਦਾਦੀ ਲਗੀ ਵੀ ਸਾੜੀ ਵੀ ਦਾਦੀ ਹੈ ਸਾਰਿਆਂ ਦੀ ਦਾਦੀ ਹੈ ਆਹਾਂ ਅਗਾ ਤੁਸਾਂ ਦੀ ਭੈਣ ਹੀ ਆਹਾਂ ਮਾੜੀ ਭੈਣ ਹੀ ਨਿੱਕੀ ਮੈਂ ਇਤਰੇ ਅਰਸੇ ਬਾਅਦ ਆਇਆ ਵਾਂ ਮਖ ਅੱਛਾ ਭੈਣੋ ਨੇ ਮਿਲੇ ਗਿਲੇ ਅੱਛਾ ਭੈਣਾ ਭਰਾ ਨਾਲ ਜਰਾ ਪੈਰ ਮਫਤਾਂ ਫੜਦੀਆਂ ਨਾ ਐਵੇਂ ਸ਼ਕਲੋ ਮੇ ਕੀ ਸ਼ੱਕ ਜਾ ਪੈਣਾ ਸੀ ਕਾ ਇਹ ਤਾਂ ਕੁੱਤਾ ਦੁੱਧ ਲੱਕੀ ਗਿਆ ਆਖਣੇ ਅਖੇ ਸ਼ਕਲੂ ਮੇ ਕੀ ਲੱਗਣਾ ਸਾ ਕਾ ਕਾ ਲੱਗਣਾ ਸਾ ਸ਼ਕਲੂ ਕਿ ਤੁਸਾਂ ਨੇ ਕੀ ਲੱਗਣੀ ਕੀ ਆ ਮਾੜੀ ਸ਼ਕਲ ਮਿਲਣੀ ਉਸਨੇ ਨਾ ਨਾ ਨਿੱਕੀ ਪੈਣੀ ਜੁੜਵਾਰ ਛੰਡ ਹੈ ਬਹੁ ਕਸਵੇ ਮੈਂ ਤਾਂ ਇੱਕ ਵਾਰੀ ਰਹਿਣ ਹੋ ਗਿਆ ਮੈਂ ਹਾਂ ਦਾਦੀ ਵਕਤ ਹੋ ਗਿਆ ਅੱਜ ਕਿਆ ਹੋਇਆ ਖਰ ਤਰੇ ਇੱਕ ਮਿੰਟ ਮਾੜੇ ਕੋਲ ਨਿੱਕੀ ਤਰੇ ਇੱਕ ਮਿੰਟ ਨਿੱਕੀ ਹੈ ਤਰੇ ਮਿੰਟ ਹਾਂ ਅਲਾ ਜੁੜਵਾਇਆ ਨਾ ਇਕੱਠੇ ਇਹਨਾਂ ਨੇ ਨੱਕ ਵੀ ਮਿਲਨੇ ਨਹੀਂ ਆਪਸ ਵਿੱਚ ਹਾਏ ਕਿਹ ਜਮਾਣਾ ਹੋਣਾ 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 ਸਭ ਕੱਲ ਤਾਂ ਕਸਮੇ ਮਲੂ ਤੁਸਾਂ ਨੇ ਮਾਸੀ ਬਖਤੋ ਵਾਲੇ ਦਾਨੋ ਕੀ ਕਹ ਵਾ ਦਾਂਦ ਵੀ ਰੱਖੇ ਵੈਸੂ ਆਣੇ ਦਾਂਦ ਖੁੱਲੀ ਗਏ ਉਹਨਾਂ ਪਿੱਛੇ ਗਏ ਦਾਂਦ ਖੁੱਲੀ ਗਏ ਉਹਨਾਂ ਪਿੱਛੇ ਮੈਂ ਕਿ ਉਸਨੇ ਕਾਰ ਸਮਝਾਓ ਇਹ ਕੁੱਠਾ ਹੈ ਉਸਨੇ ਇਹ ਤਾਂ ਕੋਲਾਂ ਨੇ ਕਾਰ ਜਾਣਾ ਤੁਸਾਂ ਕੋਈ ਉਹੀ ਗੱਲ ਨਹੀਂ ਹਾਂ ਤੂੰ ਉੱਠਣਾ ਪਿੱਛੇ ਮੁੜਨਾ ਉਥੋਂ ਮੁੜੀ ਦਾ ਸਜ਼ਾ ਇਹ ਕਾ ਬਾਣਾ ਇਹ ਆਖਣਾ ਇਥੋਂ ਉੱਠਣਾ ਤੇ ਪਿੱਛੇ ਮੁੜਨਾ ਤੇ ਸਿੱਧਾ ਗਿਸ਼ਨਾ ਸਿੱਧਾ ਗਿਸ਼ੀ ਅੱਗੂ ਖੱਬੇ ਮੁੜੀ ਗਿਸ਼ਨਾ ਖੱਬੇ ਮੁੜੀ ਨਾਲ ਹੀ ਸਜੇ ਨਾਲ ਹੀ ਮੁੜੀ ਸਜੇ ਸਜਾ ਜਾਸੋ ਨਾ ਗਿਆ ਫਿਰ ਗਲੀ ਮੁੜੀ ਖੱਬੇ ਮੁੰਡੀ ਨੇ ਖੱਬੇ ਥੋੜਾ ਜਿਹਾ ਅੱਗੇ ਜਾਈ ਫਿਰ ਮੁੜੀ ਸਜਾ ਹੋਣਾ ਉੱਥੋਂ ਸਜਾ ਜੀ ਲਾਓ ਸੋਨ ਨਾਲ ਹੀ ਖੱਬੇ ਹੋ ਜਾਣਾ ਅਲਾ ਅਲਾ ਨਾਲ ਹੀ ਖੱਬੇ ਸਜਾ ਖੱਬੇ ਸਜਾ ਖੱਬੇ ਸਜਾ ਖੱਬੇ ਸਜਾ ਖੱਬੇ ਇਹ ਕਿਹੜੇ ਪਾਸੇ ਦਾ ਨਾਲ ਹੀ ਖੱਬੇ ਮੁੜਸਾ ਨਾ ਅੱਗੇ ਪਹਿਲਾ ਗੇੜ ਆਸੀ ਪਹਿਲਾ ਛੋੜੀ ਦੂਆ ਗੇੜ ਐਸੀ
ਦੂਆ ਛੋੜੀ ਨਾ ਲੱਗੇ ਤ੍ਰੀਆ ਗੇਟ ਐ ਸੀ ਉਹ ਵੀ ਨੀ ਖੜਕਾਣਾ ਉੱਥੋਂ ਫਿਰ ਸੱਜਾ ਮੁੜੀ ਕਿਸ਼ਨਾ ਸੱਜਾ ਸੱਜਾ ਮੁੜਸਾ ਫਿਰ ਅੱਗੇ ਗੇਟ ਐ ਸੀ ਗੇਟ ਉਸਨਾ ਹੋ ਸੀ ਉਹ ਨੀ ਖੜਕਾਣਾ ਉਹ ਨੀ ਖੜਕਾਣਾ ਉੱਥੋਂ ਵੀ ਅੱਗੇ ਥੋੜਾ ਜਿਹਾ ਅੱਗੇ ਪੀਲੇ ਰੰਗਾਂ ਨਾਲ ਗੇਟ ਦੇ ਸੀ ਹਾਂ ਕਾਲੇ ਰੰਗ ਨਾਲ ਗੇਟ ਅਸੀਂ ਗੱਲ ਫਟ ਸੁਣੀ ਗੱਲ ਇਹੀ ਵੇ ਛੱਪੜ ਨੇ ਨਾਲੋਂ ਇੱਕ ਖੱਬੇ ਪਾਸ ਫਿਰ ਰਾਹ ਲਿਖਣਾ ਉਹਦੇ ਲਈ ਟੱਪੀ ਰਹਿ ਸੋਨ ਅੱਗੇ ਨਾਲ ਇੱਕ ਟਾਇਆ ਜਾ ਬਣਿਆ ਟਾਇਰ ਉੱਪਰ ਨਾ ਚੜੇ ਮਤਲਬ ਟੋਵੋ ਬੁੱਢੇ ਵਾਰ ਹੈ ਉਸਨੇ ਨਾਲੋਂ ਇੱਕ ਹੋਰ ਰਾਹ ਲਿਖਣਾ ਨੇ ਬਸ ਉਹ ਰਾਹ ਪੋੜੇ ਤੇ ਸਿੱਧੇ ਜਾਣੇ ਜਾ ਸੋਨ ਅੱਗੇ ਫਿਰ ਖੱਬਾ ਹੋਈ ਜਾਣਾ ਖੱਬੇ ਦੇ ਪੁੱਤਰ ਪੁੱਠਾ ਰਾਹ ਦੱਸਣੇ ਪੇ ਮਿੱਕੀ ਬੈਠੇ ਰਹੋ ਉੱਥੇ ਇੱਛਾ ਗੱਲਾਂ ਆਖਣੇ ਹੋਣੇ ਇਹ ਬੜੇ ਬੜੇ ਕਿ ਜਿਸ ਲੈ ਕੋ ਤੇ ਨਵੇਂ ਨਵੇਂ ਜਾਪਦਾ ਪੁੱਤਾ ਕੋਲ ਕੋ ਰਾਹ ਨਾ ਪੁੱਛੋ ਪੁੱਠਾ ਦੱਸਣੇ ਮੈਂ ਦੇਸਾ ਖੁੰਡੀ ਨਾ ਸਾਂ ਵੀ ਦੱਸੋ ਬਈ ਨੇਕੀ ਨਾ ਜ਼ਮਾਨਾ ਹੀ ਕੋਈ ਨਹੀਂ ਯਾਰ ਮੈਂ ਆਪੂ ਚੜਾ ਕੇ ਸਾ ਦਫਾ ਵਾ ਤੁਸਾਂ ਕੋਲ ਡੋਰੇ ਗਛਣ ਦੇ ਮਾੜੀ ਪਤਲੀ ਜਿਹਣੀ ਜਾਗਣੀ ਹੈ ਉਹ ਕੋਈ ਮੋਈ ਵੀ ਗੱਲ ਸੁਣ ਮਾਰੀ ਰੌਲਾ ਬਸ ਕਿਹਾ ਸੀ ਨੀ ਕਰਨ ਲਗਾਓ ਤਸੱਲੀ ਨਾਲ ਪਿਆਰ ਨਾਲ ਗੱਲ ਕਰ ਨਾ ਕਰੇ ਕਿ ਜਾ ਇਹ ਮਿੱਕੀ ਧਮਕਾਣੇ ਪਿਆ ਐਵੇਂ ਕੀ ਧਮਕਾ ਹੈ ਕਿ ਨਹੀਂ ਕਰਨ ਲਗਾ ਉਹ ਕਰਾ ਸਹੀ ਮੈਂ ਤੱਕ ਸਾਂ ਅਲਾ ਤੂੰ ਕੀ ਕਰਸੇ ਇਸ ਸਫਾਇ ਅਸਤੀ ਕਰੂੰ ਉਸਕੀ ਮਿਟਾ ਸਾਂ ਉਸਕੀ ਖਾਕ ਬਣਾ ਸਾਂ ਉਸਦੇ ਸਿਰ ਡੰਗਾ ਮਾਰ ਸੇ ਮਾਰ ਸਾਂ ਮੈਂ ਇੱਕ ਡੰਗਾ ਛੋੜੀ ਕੇ ਮਾਰ ਸਾਂ ਐ ਜਲ ਜਲ ਕੇ ਹੀ ਮਾਰ ਸੇ ਆ ਜੁਲ ਗਿਆ ਕਾਰ ਕਾਰ ਬਈ ਗੱਲ ਨਾ ਕਸਨੀ ਮੋੜੋ ਤੇ ਖੱਬੇ ਮੋੜੋ ਸੱਜੇ ਤੇ ਖੱਬੇ ਸੱਜੇ ਮੋੜੋ ਖੱਬੇ ਮੋੜੋ ਇਹ ਸੱਜੇ ਮੋੜੋ ਇਹ ਮੋੜੋ ਇਹ ਗੱਲ ਸੁਣੋ ਕਿਆ ਵਾਹ ਕਰਾ ਮਾੜੀ ਗੱਲ ਸੁਣੋ ਇਧਰ ਇੱਥੇ ਬਖਤੋ ਨਾ ਘਰ ਕੁੱਥੇ ਆ ਇਹ ਮਾੜੇ ਕੀ ਪਤਾ ਖਿਤਾ ਪਠਵਾਰ ਵਿੱਚ ਰਹਿਣੀ ਆਹਾਂ ਇੱਥੇ ਪੱਕਾ ਘਰ ਮਾੜੇ ਕੀ ਨਹੀਂ ਪਤਾ ਅੱਗੇ ਇੱਕ ਬੰਦਾ ਵੇ ਆਣਾ ਸੀਗੇ ਆਹਾਂ ਉਸ ਕੋਲ ਪੁੱਛਿਆ ਉਸ ਕੀ ਪੱਕਾ ਪਤਾ ਹੈ ਅੱਗਾ ਛੰਡਾ ਖਲਤਾ ਛੰਡਾ ਨਹੀਂ ਖਲਤਾ ਬੰਦਾ ਖਲਤਾ ਇੱਥੇ ਖੜੋ ਨੇ ਇੱਥੇ ਖੁਸਰਾ ਦੱਬਿਆ ਇਹ ਬੰਦਾ ਆਲਾ ਬੰਦਾ ਖਲਤਾ ਜੀ ਜੀ ਬੰਦਾ ਖਲਤਾ ਅੱਲਾ ਉਸਨੇ ਕੋਲੋਂ ਪੁੱਛੋ ਉਸਨੇ ਕੋਲੋਂ ਪੁੱਛੋ ਨਾ ਉਹ ਤੁਸਾਂ ਕੀ ਸਹੀ ਐਡਰੈਸ ਸਮਝਾਈ ਛੱਡ ਸੀ ਮਾੜੇ ਕਿਤਨਾ ਪਤਾ ਆ ਓਹੋ ਉਸ ਡੋਰੇ ਨੇ ਘਰ ਆਈ ਵੀ
ਇਥੇ ਤੁਸੀਂ ਕੀ ਸੋਚਿਆ ਸਾ ਕਿ ਉਹ ਕਾਲ ਹੋ ਗਈ ਇੱਕ ਹੋਰ ਹੈ ਇਹ ਕੀ ਆ ਪੈਣ ਭਰਾ ਭੰਡੇ ਉੱਪਰ ਨਹੀਂ ਤੁਸੀਂ ਕੁਣਿਓ ਪਨਈਆ ਮਾੜੀ ਅੰਨੀ ਨਿਆ ਕਹ ਗਾਂ ਖੁੱਲੀ ਕਿਵੇਂ ਖੁੱਲੀ ਕੀ ਮੋੜੀ ਆਣ ਕਰਨਾ ਪੈ ਗਲ ਨਹੀਂ ਆਣਾ ਆਸਤੇ ਬੋਲੋ ਮਾੜੀ ਗੱਲ ਸੁਣੋ ਮੈਂ ਆਇਆ ਵਾਂ ਉਹ ਪੁੱਛਨੇ ਆਸਤੇ ਇੱਥੇ ਉਹ ਬਖਤੋ ਨਾ ਘਰ ਕੁੱਥੇ ਆ ਓਏ ਕੀ ਬਣਾ ਏ ਇੱਧਰ ਓਏ ਕੀ ਬਣਿਓ ਗਾਂ ਨਹੀਂ ਬਣਾ ਵਾਂ ਬਖਤੋ ਨਾ ਘਰ ਕੁੱਥੇ ਆ ਓਏ ਜਿੱਥੇ ਉਸ ਨਾ ਘਰ ਆ ਉੱਥੇ ਹੀ ਆ ਨਾ ਅਸਾਂ ਹੀ ਕਹਿ ਪਤਾ ਅਸਾਂ ਚਾਹੀਦ ਕਿੰਨੀ ਗਿਆਂ ਕੁਰਾ ਰੱਖੀਆਂ ਆ ਮਾੜੇ ਡੋਰੇ ਦਾ ਬੀਣ ਬਜਾਣੇ ਵਾਲੀ ਗੱਲ ਹੈ ਤੂੰ ਤਾਂ ਚੁੱਪ ਕਰੀ ਜਾ ਨਮੀ ਗੱਲ ਕਰਨ ਦੇ ਨਾ ਅਲਾ ਕਰੋ ਕਹਿ ਬਾਣੇ ਉਹ ਪੇ ਭੈਣ ਇਹ ਨਿੱਕੀ ਓ ਪਨਈ ਹੈ ਪਨਈ ਪਾਪਾ ਮਾੜੀ ਪਨਈ ਹੈ ਮਾੜੀ ਭੈਣੂ ਨਹੀਂ ਧੀ ਹੈ ਭੈਣ ਮਰੀ ਕੀ ਹੈ ਰੋਟੀ ਦੁਆ ਕਰੋ ਚਲੋ ਮਰੀ ਕੀ ਭੈਣ ਚਲੋ ਬਿਸਮਿਲਲਾ ਅੱਲਾ ਬਖਸ਼ ਓ 10 ਸਾਲ ਪਹਿਲਾਂ ਮੋਈ ਸੀ 10 ਸਾਲ ਪਹਿਲੇ ਆਹਾਂ ਮੈਂ ਹਾਂ ਅੱਜ ਮੋਈ ਨੇ ਖਲੋ ਖਲੋ ਨਾ ਨਾ ਅਟੋ ਯਾਰ ਕੱਟਣੀ ਹੈ ਕੁੜੀ ਕੁੜਾ ਮਮਾ ਕਵਾਏ ਕੰਨਾਂ ਨਾਲ ਲਾਜ ਕਰਨੀ ਹੈ ਓਏ 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 ਕੰਨਾਂ ਵਿੱਚ ਕੱਕ ਤਰੁਕਲੇ ਮਾਰੇ ਕੰਨਾਂ ਨਾਲ ਬੁੱਝੇ ਫਾੜਨ ਲੱਗੀ ਹੈ ਬੁੱਝੇ ਫਾੜਨ ਲੱਗੀ ਹੈ ਹਾਂ ਹਾਂ ਕੰਟਾ ਹੋ ਗਿਆ ਅਸਾਂ ਕੀ ਨਾਲ ਹੀ ਸਲਾਈ ਤੇ ਰੱਖੀ ਛੋੜਿਆ ਏ ਇੱਧਰ ਉਹ ਵੀ ਗੱਲ ਕਰਨ ਦੇ ਸੁਣਾ ਮਾੜੀ ਗੱਲ ਸੁਣਾ ਤੂੰ ਸਭ ਪੈਣਾ ਕਿ ਨਹੀਂ ਜਾਣਾ ਤੇ ਪੂਰੇ ਗਰਾਂ ਕੇ ਚੀ ਰੌਲਾ ਬਾਈ ਦੇਣਾ ਇਸੀ ਚੁੱਪ ਕਰੀ ਨਿਕਲਣ ਦੀ ਕੋਸ਼ਿਸ਼ ਕਰਨ ਰੌਲਾ ਕੋਣ ਬਾਸੀ ਜਿਹੜਾ ਆਪੂ ਬੁਝਣਾ ਹੀ ਨਹੀਂ ਛੋਲੇ ਕੋ ਕੁੱਥੇ ਕਿਸ ਪਕਾਏ ਛੋਲੇ ਮੇਕੀ ਬਹੁਤ ਚੰਗੇ ਲੱਗਣੇ ਛੋਲੇ ਬੁੱਢੀ ਬਾਰਾ ਛੋਲੇ ਤੁਸਾਂ ਕੋ ਨਹੀਂ ਖਾਣ ਹੋਣੇ ਨਾ ਨਾ ਮੈਂ ਖਾਈ ਕਿ ਨਾ ਮਕੜਾ ਮਕੜਾ ਮਕਰੀ ਤੇ ਖੜਕੇ ਨਾਲ ਖੜਕਾਰ ਕਰ ਮੈਂ ਜੁਲੀ ਰਮਜ਼ਾਨੀ ਪਿੱਛੇ ਕਿਹੜੀ ਚਵਾਣੀ ਆਪਣਾ ਪੇਟ ਨੰਗਾ ਸੀ ਕੁੜਤਾ ਪਿਆ ਪੇਟਾ ਭਰੂ ਪਾਪਾ ਤੂੰ ਕੀ ਸਮਝਾਣੇ ਆ ਸਾ ਪੂਰਾ ਗ੍ਰਾਂ ਸੁਣਾਉਣਾ ਪੈਣਾ ਇਹ ਰੋਲਾ ਕਿਆ ਪਿਆ ਪੂਰੇ ਗ੍ਰਾਂ ਵਿੱਚ ਆਵਾਜ਼ ਦੱਸਣੀ ਪਈ ਇਹ ਚੱਕਾ ਰੋਲਾ ਇਹ ਵੋ ਗੱਲ ਸੁਣੋ ਹਾਂ ਤੁਸਾਂ ਸੁਣਨੇ ਹੀ ਕੋ ਨਹੀਂ ਹੋ ਤੇ ਉੱਥੇ ਤੱਕ ਆਵਾਜ਼ ਕਿਸ ਤਰ੍ਹਾਂ ਸੁਣੀ ਕੀ ਦੀਏ ਮਤਲਬ ਨਹੀਂ ਗੱਲ ਸਮਝ ਆ ਕਿਸ ਨਹੀਂ ਹਲਾ ਹਲਾ ਅਨਾ ਵੋ ਬਖਤੋ ਨਾ ਕਰ ਕੁੱਥੇ ਆ ਮੈਂ ਉਸ ਨਾਲ ਭਰਾ ਆ ਇੱਥੋਂ ਨਿਕਲਾਂ ਹਾਂ ਅੱਗੇ ਕੈਸੇ ਤੇ ਪਹਿਲਾ ਗੇੜ ਆਈ ਕਿਹੜੀ ਗੇੜ ਟੀਨੇ ਨਾ ਗੇੜ ਲਗਾ ਵਾ ਟੀਨੇ ਨਾ ਅਲਾ ਅਲਾ ਪੀਣੇ ਵਾਲਾ ਗੇੜ ਟੀਨੇ ਲਗੇ ਓ ਟੀਂਡੇ ਨਹੀਂ ਲਗੇ ਵੇ ਵਾ ਟੀਨੇ ਨਾ ਗੇੜ ਆ ਅਲਾ ਅਲਾ ਟੀਨੇ ਵਾਲਾ ਗੇੜ ਅਲਾ ਮੈਂ ਝੁਲਿਆ ਫਿਰ ਤੇ ਤੁਸਾਂ ਇੱਥੇ ਕਾ ਲਗੇ ਹੋ ਜ਼ੁਲਮ ਖੁਦਾ ਨਾ ਕਿਆ ਬਾਂ ਕਿਆ ਹੈ ਵਾ ਬਾਣੇ ਜੋਗੇ ਹੀ ਕੁਝ ਨਾ ਰੇ ਪਾਪਾ ਅਲਾ ਰਹਿਣ ਦਿਓ ਫਿਰ ਨਾ ਬਾਣੇ ਓ ਨਹੀਂ ਨਹੀਂ ਸੁਣੀ ਕਿਛੋ ਨਾ ਇਹ ਪੰਗ ਨਾਲੇ ਵਾਲੀ ਬਾੜੀ ਵਾਲੇ ਪੱਟੀ ਨਾ ਮਾੜੀ ਬਾੜੀ ਛੋਟੀ ਛੋਟੀ ਚੱਪੀ ਹੋ ਆਖਣੇ ਨਾ ਪੀਓ ਪੰਗ ਪਾਇਆ ਅੱਲਾ ਨਾ ਨਾ ਜੋਲ ਬਾਈ ਤੇ ਕਹਿਣਾ ਤਾਂ ਜਵਾਨ ਆਦਮੀਆਂ ਕੀ ਨਿਕਲ ਤੂੰ ਹਾਂ ਨਿਕਲ ਲੱਗੂ ਬੜਾ ਆਇਆ ਉਹ ਬਾਬਾ ਇਸ ਬੁੱਢੇ ਨਾਲ ਦਿਮਾਗ ਖਪਾਣਾ ਪਾਗਲ ਕਰ ਦੇ ਜੋੜਿਆ ਉਸ ਜੀ ਮਾਰੇ ਰਮਜ਼ਾਨੀ ਨਾ ਪਤਾ ਨਹੀਂ ਕੀ ਹਾਲ ਕਿਤਾਬ ਅਸੀਸ ਗੋਡਿਆਂ ਥਲਾਈ ਨਾ ਦਿੱਤਾ ਵੈ ਜੁਲਮ ਬੜੀ ਆਈ ਹਰ ਟਾਈਮ ਕੰਮ ਕਰ ਕੰਮ ਕਰ ਕੱਚੀ ਤੇ ਕੁੱਕੜੀ ਨਾਲ ਟਰਾਰ ਲੋੜੀ ਤਾਂ ਮਿਗੀ ਕਿਆ ਪਤਾ ਕੁੱਕੜੀ ਸਕੂਲ ਤਾਂ ਰੱਖੀ ਬੜੀ ਦਾਦੀ ਬਖਤੋ ਬਣੀ ਪੈਸੇ ਦੇਣੀ ਗਈ ਨੀ ਐਵੇਂ ਲਾਰੇ ਲਈ ਰੱਖਣੀ ਹਰ ਟਾਈਮ ਮੈਂ ਦੇਖਾਂ ਦੇ
ਮੈਂ ਸਮਝਿਆ ਉਹ ਰਾਹੇ ਚ ਬੰਦਾ ਖਲਤਾ ਹੋ ਸੀ ਤੇ ਇਹ ਤਾਂ ਬੈਠਾ ਵਾ। ਲੋਕ ਗੱਲ ਨਾ ਬਾਤ ਕਿਸ ਕੋਲ ਪੁੱਛੀ ਤੇ ਬੈਠੇ ਹੋ? ਕਿਆ ਵਾ ਉਹ ਕਿਸ ਕੋਲ ਪੁੱਛੀ ਦੀ ਥਾ ਬੈਠੇ ਹੋ? ਕਿਹੜੇ ਬੈਠੇ ਵੇ? ਉਹ ਤੁਸੀਂ ਕੀ ਇੱਥੇ ਬੈਠੇ ਹੋ? ਮੈਂ ਆਇਆ ਵਾ ਨਾ ਉਹ ਪਾਰੋ ਗ੍ਰਹਿਆਂ ਚੋਂ। ਉਸ ਪਾਰੇ ਗ੍ਰਹਿਆਂ ਚੋਂ ਰਹਿ ਬੰਦੇ ਦੋ ਮਿਲੇ ਆਖਣੇ ਸੱਜੇ ਮੂੜੋ ਤੇ ਖੱਬੇ ਮੂੜੋ ਤੇ ਮੂੜੇ ਤੇ ਫਿਰ ਸੱਜੇ ਮੁੜਿਆ ਖੱਬੇ ਮੁੜਿਆ ਫਿਰ ਇੱਕ ਟਿੰਗਰ ਤਰੁਣਾ ਸੱਪਿਆ ਉਸਨੇ ਕੋਲੋਂ ਪੁੱਛਿਆ ਉਹ ਆਖਣਾ ਖਾ ਅੱਗੇ ਇੱਕ ਜਾਕਤ ਖਲਤਾ ਹੋ ਸੀ ਪਰ ਤੂੰ ਤੇ ਬੈਠਾ ਹੋਵੇਂ। ਅੱਗੇ ਖਲਤਾ ਹੋ ਸੀ ਤੇ ਖਲਤੇ ਤੇ ਬੈਠੇ ਨੀ ਕਿਹੜੀ ਗੱਲ ਮਾੜੀ ਮਰਜ਼ੀ ਮੈਂ ਵਿਆਹ ਜਾਂ ਖਲਾਂ ਤੂੰ ਸੰਗ ਕੂਨੋ ਨੇ ਮਿਜਮਾਨੇ ਕਰਨੇ ਨਹੀਂ ਨਹੀਂ ਤੁਹਾਡਾ ਵਿਆਹ ਨਹੀਂ ਕਰਨਾ ਮੈਂ ਰਾਹ ਪੁੱਛਣਾ। ਵਿਆਹ ਨਹੀਂ ਕਰਨਾ ਮੈਂ ਗੱਲ ਕਿਆ ਪਾਉਣੇ ਤੇ ਬਾਵਾ ਕਾ ਸਮਨਾ ਨਹੀਂ ਨਹੀਂ ਮੈਂ ਹੈ ਮਾੜੀ ਆਪਣੀ ਮਰਜ਼ੀ ਮੈਂ ਵਿਆਹ ਜਾਂ ਖਲਾਂ। ਦਰਜੀ ਅਸਾਂ ਦਰਜੀ ਨਾ ਅਸਾਂ ਕੋਲੋਂ ਕੱਪੜੇ ਤਾਂ ਨਹੀਂ ਸੀੜਨ ਉਹਨੇ। ਦਰਜੀ ਮੈਨੂੰ ਲੱਗਦਾ ਬਾਬਾ ਵੀ ਡੋਰਾ ਗਿਆ। ਉਹ ਦਰਜੀ ਨਹੀਂ ਆਖਿਆ ਮੈਂ ਆਖਾ ਮਰਜ਼ੀ। ਆਸਤਾ ਬੋਲ ਐਡਾ ਵੀ ਡੋਰਾ ਨਾ ਥੋੜਾ ਥੋੜਾ ਘੱਟ ਸੁਣਨਾ। ਥੋੜਾ ਥੋੜਾ ਇਹ ਚੰਗੇ ਬੰਦੇ ਇਹ ਤੇ ਮਿਗੀ ਸ਼ੱਕ ਪੈਣਾ ਇਹ ਤੇ ਸਾਰਾ ਮੱਲੇ ਡੋਰਿਆ ਨਾ ਦਾਦੀ ਕੋਲੇ ਜਾਨ ਛੜਾਈ ਇੱਕ ਹੋਰ ਡੋਰਾ ਟੱਕਰੀ ਗਿਆ ਮਿਗੀ। ਮਾੜੀ ਗੱਲ ਸੁਣ ਕੇ ਰੋਣਾ ਇਹ ਕਹੀਆਂ ਕੀ ਕੀਤਾ ਵਾ। ਮਾੜੀ ਮਰਜ਼ੀ ਮਾੜੀ ਮਰਜ਼ੀ ਮੈਂ ਜੇ ਕ ਮਰਜ਼ੀ ਕਰਾਂ ਤੁਸਾਂ ਕੋਣ ਨਹੀਂ ਮਿਗੀ ਆਖਨੇ ਲੈ। ਮੈਂ ਨਾ ਇਹ ਗ੍ਰਾਂ ਚੋਂ ਆਇਆ ਵਾਂ ਮਾੜੀ ਇਹ ਪੈਰ ਰਹਿਣੀ ਰਹਿਣੀ ਹਾਂ ਤੇ ਮੈਂ ਕਿਆ ਕਰਾਂ ਰਹਿਣੀ ਤਾਂ ਨਹੀਂ ਇਹ ਬਖਤੋ ਨਾ ਉਸ ਨਾ ਬਖਤੋ ਨਾ ਹਾਂ ਬਖਤੋ ਬਖਤੋ ਵਾ ਤੁਸੀਂ ਨਹੀਂ ਭੈਣੀ ਆਹਾਂ ਮਾੜੀ ਨਿੱਕੀ ਜੀ ਭੈਣੀ ਤਰੇ ਇੱਕ ਮਿੰਟ ਨਿੱਕੀ ਹੈ ਜੁੜਵਾ ਜਾਂ ਦੋਏ ਤਰੇ ਮਿੰਟ ਨਿੱਕੀ ਅਵ ਇਕੱਠੇ ਪੈਦਾ ਹੋਏ ਸੀ ਹਾਂ। ਅੱਛਾ 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 ਜੋੜਵੇ ਨਹੀਂ ਹੋ ਹਾਏ ਹਾਂ ਹਾਂ ਗੱਲ ਸੁਣੋ ਹਾਂ ਪੁੱਤਾਂ ਤੁਸੀਂ ਜਾਣਾ ਨੱਕ ਵੀ ਮਿਲਣਾ ਮਾਰਸ਼ਾ ਮੈਂ ਨੱਕਾ ਪਰ ਨੱਕਾ ਫੁਕੀ ਹੋ ਮਾਰਸ਼ੋ ਮੈਂ ਨੱਕ ਫਾਲਤੂ ਆ ਕਿਆ ਵਾ ਚਾ ਚਾ ਨਹੀਂ ਮੈਂ ਨੱਕਾ ਫੁਕੀ ਹੋ ਮਾਰਸ਼ੋ ਅਲਾ ਨਾ ਨਾ ਮਾਰਨਾ ਇਹ ਮਿੱਕੀ ਉਸਨੇ ਘਰ ਦੱਸੋ ਘਰ ਗੇਸ਼ੋ ਹਾਂ ਤੁਸੀਂ ਕਿਆ ਘਰ ਗਜੀ ਕਰਸ਼ੋ ਕੋਈ ਪੈਸੇ ਤਾਂ ਨਹੀਂ ਨੇ ਕਿੰਨੇ ਵਾ ਮਾੜੀ ਪੈਣੀ ਵਾ ਪੈਸੇ ਕਿੰਨੇ ਤੁਸੀਂ ਨਹੀਂ ਪੈਣੀ ਹਾਂ ਸੱਚੀ ਮੁੱਚੀ ਮੈਂ ਉਸਨੇ ਨਾਲ ਮਿਲਣੇ ਉੱਤੇ ਆਇਆ ਇੱਥੇ ਰਹਿ ਸਾ ਕੋਈ ਮਹੀਨਾ ਦੋ ਟਰੈ ਤੁਸੀਂ ਨਾ ਅੱਬਾ ਉਸਨਾ ਅੱਬਾ ਕਿਹੜਾ ਡੱਬਾ ਡੱਬਾ ਨਹੀਂ ਜਿਹੜਾ ਉਸਨਾ ਅੱਬਾ ਹਾਂ ਉਹ ਤੁਸੀਂ ਨਾ ਵੀ ਅੱਬਾ ਆਹਾਂ ਜਿਹੜੇ ਮਾੜੇ ਅੱਬਾ ਹੈ ਨਾ ਹਾਂ ਉਹ ਉਸਨੇ ਅੱਬਾ ਹੈ। ਅੱਛਾ ਜਿਹੜੇ ਉਸਨੀ ਅੰਮੀ ਹੈ ਤੁਸੀਂ ਨੇ ਅੰਮੀ ਹੈ ਕਿਹੜੀ ਤੰਬੀ ਕਿਹੜੀ ਤੰਬੀ ਨਹੀਂ ਮਾੜਾ ਮਤਲਬ ਆ ਜਿਹੜੇ ਉਸਨੇ ਅੰਮੀ ਹੈ ਉਹ ਤੁਸੀਂ ਨੇ ਵੀ ਅੰਮੀ ਹੈ ਜਿਹੜੇ ਉਸਨੇ ਅੰਮੀ ਹੈ ਨਾ ਹਾਂ ਮਾੜੇ ਵੀ ਬੇਹਰੇ ਫਿਰ ਤਾਂ ਰਿਸ਼ਤਾ ਨਾ ਨਾ ਵਾ ਉਹਨਾਂ ਨੇ ਅੰਮੀ ਹੈ ਤੁਸੀਂ ਨੇ ਬੇ ਫਿਰ ਤਾਂ ਨਾ ਨਾ ਅੰਮੀ ਹੋਈ ਆ ਇਸ ਤਰ੍ਹਾਂ ਨਹੀਂ ਵੇ ਜੇ ਨਹੀਂ ਪੁਰਾਣੇ ਜ਼ਮਾਨੇ ਅਸਾਂ ਬੇ ਆਖਣੇ ਹੁਣ ਅਸਾਂ ਲਾਲਾ ਹੋਰ ਤੇ ਬੇ ਹੋਰ। ਅੱਛਾ ਹਾਂ ਤੇ ਤੁਸਾਂ ਉਹਨਾਂ ਨੇ ਘਰ ਜੁੜ ਸੋ ਗੱਲ ਸੁਣੋ ਹਾਂ ਤੁਸਾਂ ਨੇ ਮੂੰਹ ਵਿੱਚ ਰੋਟੀ ਨੇ ਭੋਰੇ ਦਿਆ ਤੇ ਤੁਸਾਂ ਚੂਹਾ ਪੋੜੀ ਕਿੰਨੀ ਹੋ ਮਾਠਾ ਤਫਾ ਮੂੰਹ ਪਰ ਚੂਹਾ ਪੋ ਮੈਂ ਕੁਕੜੁਕੀ ਆ ਮੂੰਹ ਤੁਸਾਂ ਨੇ ਤੇ ਕੁਕੜੀ ਆ ਰਹਾ ਨਾ ਜੀ ਹਾਂ ਗੱਲ ਸੁਣੋ ਹਾਂ ਮੈਂ ਇੱਕ ਸ਼ਰਤ ਹੈ ਫਿਰ ਤੁਸਾਂ ਕੀ ਦਾਜੀ ਬਖਸ਼ਤੋਂ ਨੇ ਘਰ ਖੜੀ ਛਕਣੇ ਕਿਆ ਸ਼ਰਤ ਸੀ ਸ਼ਰਤ ਆਈ ਨਾ ਕਿ ਮਿਗੀ ਪੈਸੇ ਦਿਓ ਕਹਿ ਦਿਆ ਪੈਸੇ ਦਿਓ ਆਸਤਾ ਬੋਲ ਪੈਸੇ ਦਿਓ ਪੈਸੇ ਕੀ ਆ ਦਿਆਂ ਤੁਕੀ ਉਹ ਪੈਸੇ ਦੇਸੋ ਤੇ ਮੈਂ ਗੱਲ ਸੁਣੋ ਮੈਂ ਫ੍ਰੀ ਵਿੱਚ ਕੰਮ ਨਾ ਕਰਨਾ
ਚੋਰੀ ਕਰਨਾ ਹੈ? ਹੁਣ ਮੈਂ ਮਤਲਬ ਮਹਿੰਗਾਈ ਇਤਨੀ ਹੋ ਗਈ ਨਾ, ਮੈਂ ਫ੍ਰੀ ਵਿੱਚ ਕੰਮ ਨਾ ਕਰਨਾ। ਅਲਾ ਮੁਫਤੀ ਨਾ? ਹਾਂ ਮੁਫਤੀ ਨਾ। ਪੈਸੇ ਤੁਸੀਂ ਦੇਣਾ ਹੀ ਪੈਸਾ। ਹਾਂ ਪੈਸੇ ਦੇਸੋ ਤਾਂ ਕੰਮ ਹੋਈ ਗਏ ਸੀ। ਨਸ਼ਵਾਰੀ ਨੇ ਪੈਕਟਾਂ ਵਿੱਚ ਪੈਸੇ ਪਾਏ ਨੇ। ਇਹ ਮਾੜਾ ਬਟਕਾ ਬਟਕਾ, ਇਹ ਤੁਸੀਂ ਨਾ ਬਟਵਾ। ਹਾਂ ਅਸੀਂ ਕਿਆ ਲੱਗਿਆ ਆਸ਼ੰਕ ਕੀਤਾ, ਪੈਸੇ ਚਾਹੀਦੇ ਭਾਵੇਂ ਜਿੱਥੇ ਮਰਜ਼ੀ ਰੱਖੋ। ਸੌ, ਦਸ, ਵੀਹ, ਤੀਹ, ਚਾਲੀ, ਇਹ ਪੋੜੋ। ਪੈਟਰੋਲ ਰੇਟ ਤੇ ਦੇਖੋ ਨਾ ਤੁਸੀਂ ਕਿਹੜਾ ਵਾ, ਨੋਟ ਖੁੱਲੀ ਗਿਆ। ਪੈਟਰੋਲ ਤੇ ਦੇਖੋ ਨਾ ਕਿਤਨਾ ਮਹਿੰਗਾ ਹੋ ਗਿਆ। ਆ ਤੂੰ ਪੈਟਰੋਲ ਪਰ ਚੱਲਣਾ? ਮੇਰੀ ਗੱਲ ਸੁਣੋ, ਮੈਂ ਪੈਟਰੋਲਰ ਚੱਲਣਾ ਦੇਣਾ, ਲੇਕਿਨ ਮਤਲਬ ਹੈ ਮਾੜੀਆਂ ਜੁੱਤੀਆਂ ਤਾਂ ਕਛਣੀਆਂ ਨਾ। ਅਰੇ ਮੈਂ ਤਰਪੜ ਕੇ ਨਹੀਂ ਦੱਸਾਂ ਤੋ ਕੀ ਦੂਏ, ਚੱਲ ਚੱਲ ਰਾਹ ਦੱਸ ਨੇ ਕੀ। ਪੱਕੀ ਗੱਲ? ਹਾਂ ਹਾਂ ਦੱਸ ਤੇ ਹੋਰ ਦੇ ਛੋਣਾ। ਇਹ ਪੋੜ ਨਾ, ਬਾਕੀ ਪੈਸੇ ਜਗ੍ਹਾ ਉੱਪਰ ਪਹੁੰਚਨੇ ਪਰ। ਅੱਲਾ, ਹਾਂ ਹਾਂ ਚਲੋ ਫੇ ਦੱਸ, ਮੈਂ ਕਿੰਸਾਨ ਉੱਥੇ ਗੱਚੀ ਤੇ ਕਿਆ ਵਾ, 10 ਰੁਪਏ ਮੈਂ ਗੱਚੀ ਤੇ ਕਿੰਸਾਨ ਬੁਲਦਾ ਦੀ ਬਖਤੋ ਕੋਲੂ। ਅੱਲਾ ਅੱਲਾ ਪਹੁੰਚ ਤੇ ਸਹੀ ਨਾ। ਕੱਲ ਸੁਣੋ, ਹਾਂ ਦਾਦੀ ਕੀ ਦੱਸਿਆ ਨਾ ਕਿ ਮੈਂ ਚੀਕੂ ਕੀ ਪੈਸੇ ਦਿੱਤੇ। ਜੋ ਜੋ ਪੁੱਤਰ ਨਾ ਦੱਸਣਾ ਤੂੰ, ਠੀਕ ਹੈ? ਚਲੋ ਚਲੋ ਤੁਸੀਂ ਅੱਗੇ ਅੱਗੇ ਜਿਲੋ, ਪਿੱਛੋਂ ਨਸੀ ਨਾ ਕੱਛਾ ਕਰਿਆ। ਅੱਛਾ ਚਲੋ ਫਿਰ ਮੈਂ ਅੱਗੇ ਅੱਗੇ ਜਿਲੋ। ਅੱਗੇ ਅੱਗੇ ਹੋ ਰਾਤ ਨੂੰ। ਅੱਛਾ 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 ਅੱਛਾ, ਯੋ ਆਪਣਾ ਘਰ ਆ, ਆਪਣਾ ਘਰ ਆ, ਤੁਸੀਂ ਸਮਝੀ ਕਿ ਨਾ, ਇਹ ਆਪਣਾ ਘਰ ਆ। ਬਿਓ ਬਿਓ ਸਪਨਾ ਕੋਣੀ? ਸਪਨਾ ਨੀ, ਮਾੜਾ ਮਤਲਬ ਆ, ਇਹ ਅਸਲ ਆਪਣਾ ਘਰ ਆ। ਆਪਣਾ ਘਰ ਆ? ਹਾਂ ਗੱਲ ਸੁਣੋ, ਮਾੜੀ ਭੈਣ ਕੁੱਥੇ ਕੋਲ? ਉਹ ਪਹਿਲਾਂ ਛਾਪ ਤੇ ਦਿਓ ਨਾ। ਕਿਹੜਾ? ਤੁਸੀਂ ਆਨੇ ਸੀ ਨਾ ਬਾਕੀ ਪੈਸੇ ਕਾਰ ਜਲੀ ਤੇ ਦੇਸਾਂ ਹੀ ਪਹਿਲੇ ਮੁੱਦਾ ਤੇ ਬ੍ਰਾਹਮਣ ਤੋਂ ਹੋਇਆ, ਮੈਨੂੰ ਕੀ ਪਤਾ ਇਹ ਬਖਤੋ ਨਾ ਘਰ ਆ ਜਾਂ ਨਹੀਂ। ਮੁੱਦਾ ਕਿਹੜਾ ਮੁੱਦਾ? ਦਾਦੀ ਬਖਤੋ ਆ ਗਈ ਸੀ ਨਾ, ਆ ਗਈ ਸੀ ਨਾ। ਤੁਸੀਂ ਮੈਨੂੰ ਪਹਿਲੇ ਆਪਣੇ ਪੈਸੇ ਦਿਓ, ਜੇ ਆਣਸੋ ਕਾਰ ਗੁਚੀ ਦੇਸਾਂ। ਕਾਰ ਆਣੀ? ਕਿਹੜੀ ਕਾਰ ਆਣੀ ਦੇ ਵਾ? ਇੱਕ ਡੋਰੇ ਕਿਲਾ ਜਾਨ ਚੜ੍ਹ ਦੇ, ਦੂਸਰਾ ਡੋਰਾ ਆ ਗਿਆ। ਗੱਲ ਸੁਣੋ, ਤੁਸੀਂ ਆਣ ਸੁਣੋ ਕਾਰ ਗੁਚੀ ਪੈਸੇ ਦੇਸੀ, ਪੈਸੇ ਦਿਓ। ਵਾ ਯਾਰਾ ਪੈਸੇ ਮਰ ਲਗਾ ਤੂੰ, ਮਰ ਲਵਾ। ਕੱਢੋ ਆਪਣਾ ਨਸ਼ਵਾਰੀ ਵਾਲਾ ਡੱਬਾ। ਕਿਹੜਾ ਅੱਬਾ? ਅੱਬਾ ਨੀ, ਆਪਣਾ ਬਟਵਾ। ਅੱਜ ਕਿਸਾ ਕੰਮ ਨਹੀਂ? 10 ਰੁਪਈਏ ਹੋਏ ਗਏ, 20 ਰੁਪਈਏ ਹੁਣ ਵੀ 10 ਰੁਪਏ ਮਾੜੇ ਮੱਥੇ ਉੱਪਰ ਗਰੀਬ ਤੇ ਨੀ ਲੈ ਗਿਆ ਗੁਰੇ? ਕਿਆ ਵਾ, ਉਹ ਤੁਸੀਂ 10 ਜੀ ਜ਼ਿਆਦਾ ਨਾ ਦੇ ਸਕਨੇ? ਅਸਾਂ ਨੇ ਜ਼ਮਾਨੇ ਚ ਵੀ ਬੜੇ ਹੋਣੇ ਹੋਣੇ ਸੇ। ਉਹ ਤੁਸੀਂ ਆਪਣੇ ਜ਼ਮਾਨੇ ਦੀ ਗੱਲ ਨਾ ਕਰੋ, ਮਾੜੇ ਜ਼ਮਾਨੇ ਨਹੀਂ ਕਰੋ ਨਾ। ਆਹ ਮਾਠਕ ਦੰਦਾ ਆਪੋ, ਉਹ 10 ਰੁਪਏ ਨੇ ਗਮਚੂਸ਼ ਨਹੀਂ ਇਸ ਨੇ। ਅਲਾ ਮਾੜੀ ਗੱਲ ਸੁਣੋ, ਉਹ ਕੁੱਥੇ ਹੈ ਮਾੜੀ ਭੈਣ? ਭੈਣ ਮਾੜੀ ਸ਼ੋ ਖਿਆਲਾ ਚ ਨਾ, ਉਹ ਗਏ ਸਨ ਗ੍ਰਾਂ ਵਿੱਚ ਤੇ ਮੈਂ ਕੱਚੀ ਨਾ ਬੁਲਾਈ ਤਾਂ ਨਾ ਆ। ਬੁਲਾ ਪਈ ਕਿਸ ਵਾਰ? ਬੁਲਾ ਨਹੀਂ, ਮੈਂ ਤੁਸੀਂ ਨਹੀਂ ਭੈਣੋ ਕਿ ਬੁਲਾਈ ਤਾਂ ਅੰਨਾ ਆ। ਅੰਨਾ ਹੈ ਕਿ ਨਹੀਂ ਤਾਂ ਅਸ਼ਨਾ ਆ। ਅਲਾ ਅਸ਼ਨਾ ਹੈ? ਓ ਹੋ, ਕੌਣ ਅਸ਼ਨਾ ਪਿਆ? ਕੌਣ ਅਸ਼ਨਾ ਪਿਆ? ਦਾਦੀ ਬਖਤੋ।
ਅਲਾ ਅਲਾ ਮਾੜੀ ਭੈਣੋ ਕੀ ਕਹਿੰਦੀ ਤਾਂ ਅਸ਼ਨਾ ਬਿਆਨ ਅਸ਼ਨਾ ਬਿਆਨ ਕੈਸੇ ਤਾਂ ਐਸੇ ਨਾ ਵੇ ਕੈਸੇ ਤੇ ਜੁਲੀਆ ਜੁਲੀਆ ਅਲਾ ਗੱਚ ਕੇ ਨਹੀਂ ਅਸ ਤੁਸੀਂ ਚੁਆ ਲਿਆ ਨਾ ਮੈਂ ਤਾਂ ਆਸ਼ਾ ਹੀ ਚੀਨੀ ਪੱਟੀ ਤੁਸੀਂ ਚੋਰੀ ਕਰੋ ਮੈਂ ਕਾ ਪੱਟੀ ਕਿਸ ਖਾਈ ਗਈ ਪੱਟੀ ਨਹੀਂ ਚੀਨੀ ਪੱਤੀ ਆਂਟੀ ਨੇ ਆਂਟੀ ਅੱਜ ਸੋ ਪਿਓ ਮੈਂ ਦਾਦੀ ਕੀ ਕਿੰਨੀ ਤਾਂ ਸੁਣਿਆ ਅਲਾ ਕੀ ਨਹੀਂ ਆ ਬਈ ਰੋ ਇੱਥੇ ਬੈਠਾ ਰਿਹਾ ਬੱਚੇ ਬੈਠਾ ਰਿਹਾ ਦੋ ਤਰੇ ਘੰਟੇ ਪਤਾ ਨਹੀਂ ਖੋਰਾ ਮਾੜੀ ਭੈਣ ਕੀ ਹੈ ਜੀ ਡੁੱਟੀ ਇਹ ਹੁਣ ਤਾਂ ਮਾੜੇ ਅੱਗੇ ਅੱਗੇ ਆਇਆ ਪਤਾ ਨਹੀਂ ਕੁਦਰ ਚਲਾ ਗਿਆ ਇਹ ਕੋਈ ਵਾਹ ਜਿਹੜਾ ਗਾਇਬ ਹੋਈ ਗਿਆ ਖੈਰ ਵਿਆਹ ਹੋਇਆ ਵੈ ਮਾਊ ਨਾ ਮਾੜਾ ਵੀ ਨਾ ਕਾਲੋ ਆ ਕਾਲੋ ਗੋਰੇ ਦੀਆਂ ਨਹੀਂ ਪਿੱਛਾ ਛੋੜਨੀ ਤੁਹਾਡਾ ਤੂੰ ਕਾਲੋ ਕੀ ਈਜ਼ੀ ਸਮਝਿਆ ਇੱਥੇ ਹੁਣ ਜਾਂ ਪੂਰਾ ਗ੍ਰਾਮ ਬੁੱਝੀ ਅਤੇ ਜਾਂ ਫਿਰ ਉਸ ਚਿੰਗ ਚੂਨ ਨਾ ਮੈਂ ਬੰਦੂਰਾ ਛਿੱਕੀ ਅਤੇ ਉਸਕੀ ਇਸ ਗ੍ਰਾਂ ਚੋਂ ਕੱਢੀ ਬੇਇੱਜ਼ਤ ਕਰੀ ਤੇ ਨਾਲ ਮਵੇਂ ਕੀ ਵੀ ਇਹ ਹਾਲੇ ਜਾਣਨੇ ਨਹੀਂ ਕਾਲੋ ਨਾਲ ਮੱਥਾ ਲਾਣੇ ਓਏ ਬੁਝਾਓ ਬੁਝਾਓ ਕਿਉਂ ਹੋ ਗਿਆ ਬੁਝਾਓ ਆਪਕੇ ਸਾਹ ਇਤਨਾ ਫੁਲਾ ਹੋਆ ਹੈ ਤੋ ਹੈ ਮਾੜੇ ਪਿੱਛੇ ਚੁੜੇਲ ਲਗੀ ਹੈ ਕੌਣ ਸਾ ਚੁੜੇਲ ਲਗੀ ਹੈ ਕਹਾਂ ਸੇ ਆਈ ਹੈ ਉਹ ਚੁੜੇਲ ਕਾਲੋ ਚੁੜੇਲ ਮੈਂ ਨਹੀਂ ਬੜਾ ਕਾਲੇ ਚੁੜੇਲ ਤੋ ਮੈਂ ਹੂੰ ਹੂੰ ਸੀ ਵੀ ਜ਼ਿਆਦਾ ਬੜਾ ਚੁੜੇਲ ਹੋ ਸਕਤਾ ਹੈ ਓਏ ਤੁਮ ਚੁੜੇਲ ਨਹੀਂ ਹੈ ਓਏ ਤੁਮ ਪਰੀ ਹੈ ਪਰੀ ਪਰਿਸਤਾਨ ਕੀ ਪਰੀ ਜਿਸਕੇ ਲੀਏ ਮੈਂ ਪਾਗਲ ਹੁਆ ਹੂੰ ਵੋ ਮੁਝੇ ਕਹਿਤੀ ਹੈ ਮੁਝੇ ਸ਼ਾਦੀ ਕਰ ਲੋ ਮੈਂ ਨਹੀਂ ਮੈਂ ਯੇ ਕਿੰਸਾ ਯੇ ਕਿੰਸਾ ਯੇ ਕਿੰਸਾ ਯੇ ਤੂੰ ਹੀ ਆਖਣਾ ਮੈਂ ਯੇ ਕਿੰਸਾ ਯੇ ਕਿੰਸਾ ਕਹੋ ਉੱਚਾ ਬੋਲੀ ਦਾ ਮੈਂ ਯੇ ਕਿੰਸਾ ਵੇ ਤੂੰ ਕੀ ਲਬਦੀ ਵੇ ਇਹ ਅਨਮੋਲ ਹੀ ਜਾ ਗੱਲ ਸੁਣ ਉਹ ਪਤਾ ਹੀ ਮੈਲੇ ਦਾਂਦੇ ਉਸਨੇ ਕਾਲਾ ਰੰਗ ਆ ਉਸਨਾ ਉਸਕੀ ਮੈਂ ਤਗੜਾ ਤੁਮਾੜੇ ਹਲੋ ਮਾਰੇ ਕੋਲ ਬੱਸੀ ਵਾਈ ਲੋਟੀ ਹੁਣ ਅੱਗੇ ਕੁਦਰ ਗੱਛਾਂ ਇੱਕ ਤੇ ਇੱਥੇ ਘਰ ਵੀ ਕਹਿ ਜੇਵੇ ਉਹ ਪਿਛਲੇ ਘਰ ਐਜ ਵੀ ਅਮਰੂਦਾ ਨਾ ਬੂਟਾ ਸਾ ਇਸ ਘਰ ਐਜ ਵੀ ਅਮਰੂਦਾ ਨਾ ਬੂਟਾ ਉਸ ਘਰ ਐਨਾ ਵੀ ਗੇੜ ਸੂਆ ਸਾ ਇਸ ਘਰ ਐਨਾ ਵੀ ਗੇੜ ਸੂਆ ਖੈਰ ਕਿਸੇ ਨਾ ਕਿਸੇ ਬੂਟੇ ਥੱਲੇ ਤਾਂ ਮਿਲਸੀ ਨਾ ਉਸ ਚੈਂਕੜੀ ਕੀ ਤਾਂ ਅੱਜ ਮੈਂ ਦੋ ਦੋ ਹੱਥ ਕਰਸਾਂ ਨਾ ਚੈਂਕੜੀ ਨਾਲ ਜਿਹੜੀ ਕੱਲ ਉਹ ਗਰਾਂ ਬਗੈਰ ਕਰਾਏ ਸੀ ਇੱਥੇ ਪਹੁੰਚੀ ਸਕਣੀ ਨਾ ਇਹ ਤੁਸੀਂ ਨਹੀਂ ਭੁੱਲੀ ਬੱਚੂ ਕਿ ਤੁਸੀਂ ਇੱਥੇ ਛੋੜਦੇ ਸੀ ਤੁਹਾਡੇ ਹਾਲ ਪਰ ਇਹ ਚੈਂਕੜੀ ਤੂੰ ਚੈਂ ਚੈਂ ਕਰਨੀ ਨਾ ਨੱਠੀ ਤੇ ਮਾੜਾ ਵੀ ਨਾ ਕਾਲੋ ਨੀ ਪਿੰਨੇ ਪਿੰਨੇ ਹੋਗੇ ਮੇਰੇ ਸਾਥ ਕਰੋਗੇ ਤੇ ਪਿੰਨੇ ਪਿੰਨੇ ਹੋਗੇ ਉਸ ਕਾਲੇ ਕੇ ਸਾਥ ਕਰੋਗੇ ਤੇ ਬਹੁਤ ਸਾਰੇ ਪਿੰਨੇ ਪਿੰਨੇ ਹੋਗੇ ਨਹੀਂ ਮੈਂ ਉਸੇ ਜਾਨ ਛੜਾਤਾ ਹੂੰ ਤੂੰ ਮੇਰੀ ਉਸੇ ਜਾਨ ਛੜਾਓ ਨਾ ਉਹ ਕਾਲੇ ਛੜਾ ਆਏ ਕਹਾ ਸੀ ਉਹ ਅਸਲ ਮੈਂ ਮੇਰੀ ਫੁੱਫੀ ਬੁਆ ਅੱਬੇ ਕੀ ਭੈਣ ਨਹੀਂ ਹੈ ਉਸ ਕੀ ਧੀ ਹੈ
वो बचपन में खानदान में सी है। हां वो दांत काली है ना साढ़े जूए है उना नाम ही काली क्या कुदरा क्या कुदरा। अच्छा मैं पता सा तू किसे ना किसे बूटे थलु लब से पूछा ना पूछा ना। हेलो इधर है ना इधर हां उधर छपड़ा फिरना है मैं छपड़ा बुझाओ ना। अच्छा ए ये ओचना अंकणी अच्छा मैं भी हां की आडा पागल होया जड़ा ना काले रंग का मैं गया तू चना अंकणी के अद्दे कपड़े लाए फिरनी है ते तू मड़े मुसेरा की पागल कीता हैं। नहीं मैंने तो पागल तो नहीं की। क्यों थे आई है साढ़े ग्राम वो खुद ही कह रहे थे कि मैं काला चुड़ैल के साथ शादी नहीं कोई नहीं करना हो शादी कन खोली सुनी कि ओ सिर्फ कालो ना वो कह रहे थे कि मैं काला चुड़ैल के साथ शादी करो तो हमारा बच्चा भी काला हो गया तो फिर मैं क्या करूँगी इसलिए मैं तुम जैसी चिट्टी के साथ शादी करूँगी। हेलो एडी तू चिट्टी कौन है समझ आई है ना कोई चिट्टी नहीं जरा जी ऐसी रही रही के थोड़ी जी देखो मुझे तो देखो। हेलो रमेनल खबरदार मड़े ओ माड़ा मंगे तेरा और बचपन सुआ खबरदार उसने पर डोरे बने नहीं कोशिश की थी आधे कपड़े लाए थे। ये किस्सा बोल रही है वो तो मेरे से शादी करेगी कोई नहीं ओ सिर्फ कालो ना तू एमे चकोतरिए दिए चुंडी ना पट्टी हैं तू ही वो कहां शादी करेगी गोडियां थला दिता ना सीधी हो गया सिर्फ मेरे साथ करेगी देखना नहीं करना अब तो कभी भी नहीं करेगा अगर आपके साथ करना हो तो मेरे पीछे क्यों हुई है किस्सा हुई है किस्सा हुई है किस्सा कपड़े लाई फिर जहाँ पे दद्दू वाले जगह से तो हम उसके साथ मुलाकात हो चले चले चुंडी पर सही में हाँ हाँ मैं निकल मैं वरना मैं वो करूंगी तो आप लोग क्यों उधर गिर जाओगे मैं बता रही हूँ क्या क्या आपको नहीं पता मुझे कराटे आते हैं यही तो कराटियाँ ली करी दस दिखाओ दस ये पकड़ चल आए 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 लोटी तू तो सर्कस ही इतने रही अब बता वाह ये तो कराटियां ना ये मेरे मरिया बाछा बन सी पहुंच के पता है हाथ मारे सब तक उड़ के आ जाए चले चल दफे हां और रमजानी ओए और कुदर चला गए हैं ओहो तेरी कोनी नहीं जाने ਆ ਵਾ ਆਖਿਆ ਸਾਬ ਇਹ ਪੈ ਫਟਾਵਾ ਸੀ ਕੋ ਰਬੜ ਬਣੀ ਜੁੜਿਆ ਬਸ ਇੱਕ ਵਿਆਹ ਨਾ ਪੂਤ ਸਵਾਰਾ ਸਨ ਦਿਮਾਗਾ ਚ ਉਹ ਮਾੜੇ ਰਮਜ਼ਾਨੀ ਤੂੰ ਕਿ ਮੈਂ 100 ਵਾਰੀ ਮਣੇ ਕੀਤਾ ਸਾਂ ਆ ਵਾ ਵਿਆਹ ਤੁਹਾਡੀ ਮੈਂ ਮੰਗਣੀ ਕਰੀ ਛੋੜੀ ਤੇ ਤੂੰ ਚੁੱਪ ਕਰੀ ਗੋ ਤਾਂ ਉਸ ਜਨਾਨੀ ਨਾਲ ਵਿਆਹ ਕਰੀ ਤੇ ਚੁੱਪ ਕਰੀ ਨਿਕਲੀ ਗਏ ਨਵੀਂ ਮੁਸੀਬਤ ਪਾਈ ਦਿੱਤੀ ਆ ਗ੍ਰਾਂ ਚ ਰੌਲਾ ਪਾਈ ਤੇ ਕਿਆ ਕਰਾਂ ਅੱਬਾ ਓਏ ਅੱਬਾ ਓਏ ਅੱਬਾ ਓਏ ਅੱਬਾ ਹਾਂ ਉਹ ਜੜੇ ਮਾਲ ਪੀਛੇ ਪੈ ਗਿਆ ਮੀ ਚੁੰਬੂਟੀ ਗਈ ਤੂੰ ਕੀ ਮੈਂ ਮਣੇ ਕੀਤਾ ਸਾ ਨਾ ਇਹ ਯਾਰਾ ਤੁਹਾਡੀ ਮੰਗਣੀ ਹੋਈ ਕਿ ਤੁਹਾਨੂੰ ਇਸ ਜ਼ਬਾਨਾਂ ਕੀ ਤਾਲਾ ਬਾ ਤੂੰ ਤਾਲਾ ਹੀ ਨਹੀਂ ਕਿਆ ਖਮਤ ਗਈ ਮੈਂ ਰਮਜ਼ਾਨੀ ਮੈਂ ਤੁਹਾਡੇ ਕੋਲ ਬੜਾ ਤੰਗ ਆ ਲੋਗਾ ਕੀ ਖੁਸ਼ਖਬਰੀ ਸੁਣਾਈ ਕਿ ਮਾੜੀ ਸ਼ੀ ਫੰਗ ਨਾਲ ਵਿਆਹ ਹੋਣ ਲਗਾ ਉਹ ਜਿਹੜੀ ਕਾਲੀ ਫੰਗ ਆਈ ਵੀ ਉਸ ਨਾਲ ਕੋਣ ਲਾਜ ਦੱਸੀ ਆ ਅੱਬਾ ਜੀ ਬਹੁ ਕਾਲੀ ਕਿਉਂ ਬੜੀ ਹੈ ਤੂੰ ਸਾਂਭਰ ਗਈ ਮਾੜੀ ਭੈਣੋ ਨਹੀਂ ਧੀ ਹੈ ਤੇ ਇਧਰ ਗੱਲ ਸੁਣ ਮਾੜੀ ਉਸਕੀ ਹੋਂ ਤਰੀਕੇ ਨਾਲ ਇਥੋਂ ਟਾਲਣਾ ਸਮਝਿਆ ਨਾ ਗੱਲ ਅੱਬਾ ਸਾਡਾ ਖਾਨਦਾਨ ਬੰਗਲਾਦੇਸ਼ ਤੋਂ ਆਇਆ ਜਾਂ ਅਫਰੀਕਾ ਤੋਂ ਬਹੁ ਕਾਲੇ ਕਲੋੜੇ ਹੋ ਤਾਂ ਸਾਰੇ ਸ਼ੁਕਰ ਆ ਬਿੱਜੂ ਮੈਂ ਮੂੰਹ ਸਿਰੇ ਲਾਂ ਤੇ ਮਾਂ ਮੂਲੀ ਦੇ ਪਿਓ ਪਿਆਜ਼ ਪੁੱਤਰ ਜਮਿਆ ਸ਼ਾਹ ਨਵਾਜ਼ ਅਮ ਮੈਂ ਦੇਸਾਂ ਹੀ ਪਿੱਛੂ ਕਿਹੜੀ ਜਗ੍ਹਾ
ਬੈਲੂ ਕਲਾ ਉੜੇ ਜੰਮੀ ਆ ਕੋਈ ਤਰੀਕੇ ਨਾਲ ਗੱਲ ਕਰਿਆ ਕਰ ਓਏ ਹਰ ਵੇਲੇ ਬਲਾਉਂਗੀਆਂ ਮਾਰਨਣੇ ਬੱਬਾ ਮੈਂ ਉਹ ਕਿਨ ਜਾ ਚਾਈਨੀ ਉਹ ਕਿਨ ਜਾ ਅਲਾ ਤੂੰ ਕਿੰਦ ਮੈਂ ਜੁੜਿਆ ਫਿਰ ਮੈਂ ਉਸੀ ਕੋਲ ਮਣੇ ਕਰਸੀ ਆ ਓ ਮਾਲੇ ਬਿਜੇ ਬੈਗੀ ਓਏ ਓ ਬਲਾ ਸਿਰੂਲਾ ਤਾਂ ਫਿਰ ਕੋਈ ਗੱਲ ਕਰਸਾਂ ਉਹ ਜਿੱਚਰ ਜਿਉਂ ਬਲਾ ਥਾਰਾ ਸੀ ਆ ਨਾ ਉਹ ਨਾਲ ਜਿਸ ਦਰਾਨੀ ਨਾਲ ਤੁਹਾਡਾ ਵਿਆਹ ਹੋਣਾ ਖਾਣਾ ਉਸਕੀ ਵੀ ਭੰਸੀ ਆ ਰਿਸ਼ਤਾ ਤੇ ਫਿਰ ਖਾਇਆ ਉਧਰੋਂ ਵੀ ਕੈਸੇ ਤੇ ਉਧਰੋਂ ਵੀ ਕੈਸੇ ਕੁਝ ਕਰ ਰਹਾ ਮੈਂ ਕੁਝ ਕਰ ਰਹਾ ਕੀ ਕਰਸੋ ਜੁੜੋ ਮੈਂ ਚਲਾ ਕੇ ਸਾ ਮੈਂ ਉਹ ਕੁਝ ਕਰਾਂ ਨਾ ਕਰਾਂ ਦੁਆ ਕਰਸਾਂ ਯਾ ਖੁਦਾ ਇਹ ਬਲਾ ਮਗਰੂਲਾ ਯਾ ਖੁਦਾ ਇਹ ਬਲਾ ਮਗਰੂਲਾ ਯਾ ਖੁਦਾ ਇਹ ਬਲਾ ਮਗਰੂਲਾ ਯਾ ਖੁਦਾ ਯਾ ਅੱਲਾ ਇਸ ਮਾੜੇ ਰਮਜ਼ਾਨੀ ਕੀ ਆਦਤ ਦੇ ਓਏ ਮੁਸੀਬਤ ਵਾਲੇ ਸਿਰ ਪਈ ਹੋਈ ਹੈ ਕੁਦਰ ਗਿਆ ਅੱਜ ਨਾ ਇਸ ਛੋੜਨੀ ਅੱਜ ਮਾਂ ਇੱਕ ਗੱਲ ਮਾੜੀ ਕੰਨ ਖੋਲੀ ਬੁੱਝ ਗਈ ਨਾ ਜੇ ਮੈਂ ਗਰਾਉਂ ਆ ਗਈ ਨਾ ਆਪਣੀ ਇੱਜ਼ਤ ਬੇਇੱਜ਼ਤੀ ਖਤਮ ਕਰੀ ਆਈ ਨਾ ਇੱਥੇ ਛੋੜਨੀ ਤੁਸਾਂ ਨਹੀਂ ਵੀ ਨਾ ਕੱਖ ਨਾ ਛੋੜਨੀ ਇਸ ਤੋਂ ਪਹਿਲਾਂ ਉਸਕੀ ਸਮਝਾਈ ਕਿ ਨਾ ਤੁਸਾਂ ਆਪ ਵੀ ਸਮਝੀ ਕਿ ਛੋਤ ਬਿਹਤਰ ਹੈ ਹਾਂ ਹੁਣ ਜੇ ਮਾੜਾ ਨਹੀਂ ਨਾ ਰਿਹਾ ਤਾਂ ਤੁਹਾਡਾ ਵੀ ਮੈਂ ਛੋੜਨੀ ਨਾ ਇੱਕ ਕੱਖ ਤਾਂ ਗੱਲ ਸੁਣ ਮੈਂ ਕੀਆਂ ਗ੍ਰਹਿ ਜੀ ਮੀ ਬੇਇੱਜ਼ਤ ਕਰਨੀ ਹੈ ਮੈਂ ਤੁਹਾਡੇ ਅੱਗੇ ਹੱਥ ਜੋੜਨਾ ਵਾਂ ਅੱਲਾ ਨਾ ਵਾਸਤਾ ਇੰਨਾ ਮੀ ਗ੍ਰਹਿ ਜੀ ਮਾੜੀ ਇੱਜ਼ਤ ਕੀ ਚਾਲ ਇਧਰ ਜੇ ਕੁਝ ਹੋਣਾ ਸਾਵੇ ਗਿਆ ਪੁੱਤਰ ਕਿਹੜੀ ਇੱਜ਼ਤ ਕਿਹੜੀ ਇੱਜ਼ਤ ਤੁਹਾਡੀ ਇੱਜ਼ਤ થઈ ਤੂੰ ਮਾੜੀ ਇੱਜ਼ਤ ਕੀਤੀ ਤੂੰ ਇਹ ਵੀ ਨਹੀਂ ਖਿਆਲ ਆਇਆ ਕਿ ਮਾੜੀ ਮਰੀ ਭੈਣੂ ਨਹੀਂ ਧੀ ਹੈ ਤੂੰ ਸੋਚਿਆ ਇਹ ਗੱਲ ਠੱਡਾ ਹੀ ਗਿਆ ਸੀ ਮਾਮਾ ਤੁਹਾਡੇ ਜੇ ਬਹੁ ਠੱਡੇ ਹੋਈ ਗਏ ਜਿਹਦੇ ਸਾਲ ਹੋਈ ਗਏ ਤੂੰ ਇਤਨੇ ਸਾਲ ਤੁਹਾਡੇ ਚਸ਼ਮੇ ਨਹੀਂ ਬਦਲੀ ਸਕੇ ਤੁਹਾਡੇ ਹਾਲਾਤ ਨਹੀਂ ਬਦਲੀ ਸਕੇ ਤੇ ਤੁਹਾਡੀ ਨੀਅਤ ਕਿਸ ਤਰ੍ਹਾਂ ਬਦਲੇਗੀ ਮਾਮਾ ਤੁਸੀਂ ਗੈਰਤ ਨਹੀਂ ਆਈ ਕੋਈ ਫਾਇਦਾ ਨੀ ਜੇ ਮੈਂ ਹੁਣ ਬਗੈਰ ਕਿਰਾਏ ਸੁਧਰਾਉ ਆ ਗਈ ਆ ਨਾ ਤੇ ਮੈਂ ਹੁਣ ਇੱਥੋਂ ਵਿਆਹ ਕਰੀ ਤੇ ਕਹਿ ਸਹੀ ਮਾਮਾ ਇਹ ਗੱਲ ਕੰਨ ਖੋਲੀ ਸੁਣੀ ਕਿ ਇੱਕ ਵਾਰੀ ਵੀ ਦੋ ਵਾਰੀ ਵੀ ਤਰੇ ਵਾਰੀ ਮਾੜੀ ਗੱਲ ਪੁੱਤਰ ਧੀਆਂ ਘਰ ਅਸੀਂ ਤਾਂ ਸਹੁਰਿਆਂ ਨੇ ਘਰ ਅਸੀਂ ਤਾਂ ਨਹੀਂ ਆਉਣੀਆਂ ਮਾੜਾ ਰਿਸ਼ਤਾ ਮੈਂ ਤੂੰ ਵਿਆਹ ਕਰੀ ਤੇ ਗੈਸਾਂ ਪੁੱਤਰ ਤੂੰ ਗੋ ਮੈਂ ਕੋਈ ਹੱਲ ਸੋਚਣਾ ਹੋਣਾ ਵੀ ਸੋਚਣਾ ਅੱਛਾ ਮਾੜੀ ਵਾਰੀ ਧੀਆਂ ਨਹੀਂ ਸੋਚਣੀਆਂ ਤੂੰ ਉਧਰ ਪੁੱਤਰ ਸੋਚਣੇ ਹੋਣੇ ਨਿੱਕਿਓਂ ਨਹੀਂ ਮੰਗ ਜਿਹੜੀ ਹੈ ਆਪਣੀ ਸਕੀ ਫੁੱਫੀ ਨਹੀਂ ਧੀ ਜਿਹੜੀ ਹੈ ਇਹ ਵੀ ਨਹੀਂ ਗੈਰਤ ਆਈ ਕਿ ਉਸਨੀ ਮਾਂ ਮਰੀ ਗਈ ਕੱਲੀ ਹੈ ਵਿਚਾਰੀ ਹੈਂ ਉਧਰ ਨਹੀਂ ਆ ਪੁੱਤਰ ਸੋਚ ਯਾਦ ਆਈ ਮਾਂ ਨੂੰ ਛਿੰਚ ਕਰਨਾ ਹੀ ਮੜੇ ਕੇ ਰਾਤੀ ਕੁੱਕੜ ਖਾਦਾ ਸਹੀ ਤੂੰ ਇਹ ਜਿਹੜਾ ਰਾਤੀ ਭੇਜਿਆ ਸੀ ਹਾਂ ਹਾਂ ਖਾਦਾ ਸਾ ਉਹ ਵੀ ਮੈਂ ਚੋਰੀ ਕੀਤਾ ਸਹੀ ਅੱਲਾ ਅੱਲਾ ਚੋਰੀ ਕੀਤਾ ਸੀ ਇਹ ਵੇ ਪਾਪਾ ਮੈਂ ਚੈੱਕ ਕੀਤਾ ਹੀ ਪੁਰਾਣੇ ਗੁਰ ਮਾਰੇ ਤੇ ਹਲੇ ਵੀ ਥੇ ਬਖਸ਼ੀ ਰਿਆ ਤੁਹਾਡੀ ਭੈਣੂ ਕੀ ਅੱਲਾ ਕਦੇ ਮਾੜੇ ਸਾਹਮਣੇ ਜ਼ਬਾਨ ਨਹੀਂ ਸੀ ਚਲਾਈ ਉਹ ਨਹੀਂ ਸੀ ਚਲਾਣੀ ਮੈਂ ਚਲਾਣੀ ਆ ਉਹ ਤੁਹਾਡੀ ਭੈਣ ਸੀ ਤੇ ਮੈਂ ਉਸਨੀ ਧੀ ਆ ਅਗੂ ਪਤਾ ਲਈ ਗਿਆ ਮਾਮਾ ਇਹ ਚੈਨ ਛੋੜ ਦੇ ਆਪਣੇ ਪੁੱਤਰਾ ਕਿ ਸਿੱਧੇ ਤਰੀਕੇ ਨਾਲ ਸਮਝਾ ਸਿੱਧੇ ਤਰੀਕੇ ਨਾਲ ਉਸ ਚੰਕ ਜੀ ਚੁੰਕ ਜੀ ਕੀ ਥੂ ਕੱਢੋ ਤੇ ਮਾੜੇ ਨਾਲ ਤਰੀਕੇ ਨਾਲ ਨਿਕਾਹ ਕਰੇ ਤਾਂ ਫਿਰ ਵਰਨਾ ਮਾੜੀ ਗੱਲ ਇਹ ਤਾਂ ਘਰੇ ਨਹੀਂ ਗੱਲ ਹੀ ਹੈ ਨਾ ਘਰੇ ਨਹੀਂ ਓਏ ਪਹਿਲਾਂ ਸੁਣੀ ਕਿੰਨਾ ਮਾੜੀ ਇਹ ਘਰੇ ਨਹੀਂ ਗੱਲ ਆ ਪੁੱਤਰ
ਘਰੇ ਵਿੱਚ ਅਸਾਂ ਹੱਲ ਕਰੀ ਗਏ। ਉਹ ਮਾਵਾ ਹੁਣ ਘਰੇ ਨਹੀਂ ਗੱਲ ਰਹੀ ਕਿੱਥੋਂ ਹੀ ਐ, ਘਰੇ ਨਹੀਂ ਅਦੂਜੀਆਂ ਸੀ ਜਦੂਜੀਆਂ ਤੂੰ ਮੰਗਣੀ ਨਹੀਂ ਸੀ ਕੀਤੀ, ਹੁਣ ਘਰੇ ਨਹੀਂ ਗੱਲ ਪੂਰੇ ਗ੍ਰਾਂ ਚ ਫੈਲੀ, ਹੁਣ ਘਰੇ ਨਹੀਂ ਗੱਲ ਘਰੇ ਚ ਨਹੀਂ ਰਹੀ। ਪਛੇਰੋ ਘਰੋਂ ਦਾ ਇਹ ਕੁੜੀ ਕੁਣੀ ਇੱਧਰ ਆ ਨਾ, ਇੱਧਰ ਆ। ਅੱਛਾ ਹੀ ਐ, ਠੀਕ ਆ। ਕਿਉਂ ਘਰੋਂ ਲਾ ਭਾਇਆ ਏ ਕਿਆ ਬੋ, ਇਹ ਕੁਣੀ ਕੁੜੀ ਇਹ ਮਾੜੀ ਗੱਲ ਸੁਣੋ, ਉਹ ਜਾਕੋਤ ਕਾ ਨਾ ਉਸ ਨਾਲ ਰਮਜ਼ਾਨੀ ਨਾ ਵਿਆਹ, ਉਹ ਮਾੜੀ ਨਿੱਕੀ ਨਾਲ ਉਹ ਗੱਲ ਬਾਤ ਚੱਲਦੀ ਸੀ ਤੇ ਇਹ ਦਿਨਾਰ ਸ਼ਨਾਰ ਆਪਸ ਦੀ ਗੱਲ ਹੀ ਮੁੱਕੀ ਗਈ ਨਹੀਂ ਹਲਾ। ਹਾਂ ਹੁਣ ਬੁੱਕ ਭਾਂਗਲੇ ਤਾਂ ਇੱਕ ਬਨੇਰੇ ਤਾਂ ਦਿਲ ਹੀ ਆਵੇ, ਹੁਣ ਲਾਈਏ ਪਤਲੂਨ ਛੂਣ ਅੱਛੀ ਆ ਆਪਣੇ ਪੁਰਾਣੇ ਗੈਟਾਂ ਵਿੱਚ ਗਰਾਂ ਨੇ ਜੀ ਪਹਿਲੇ ਵੀ ਵਕਤ ਪਾਇਆ ਸੀ, ਇੱਕ ਵਾਰੀ ਫਿਰ ਪਾਈਆ ਨੇ। ਗੱਲ ਸੁਣਨਾ ਭਲਾ ਵੇਈਏ, ਜਿਹੜਾ ਤੂੰ ਆਏ ਤਾਂ ਮਾੜੀ ਵੀ ਰੋਜ਼ੀ ਲੱਗੀ ਗਈ ਸੀ। ਥੋੜਾ ਜਾ ਘੱਟ ਸੁਣੀਆਂ ਨਾ ਤੂੰ ਕੁੜੀਆਂ ਐਡੀ 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 ਜ਼ਬਾਨ ਕੱਢੀ ਤੇ ਜ਼ਬਾਨ ਮਾੜੀ ਹਲੇ ਤੂੰ ਸੁਣੀ ਕਿੱਥੇ ਦੀ ਐ ਜੇ ਤੂੰ ਜਾਣ ਹਲੇ ਮੈਂ ਸੁਣ ਕੇ ਮੈਂ ਲੱਗੋ ਆ ਮੈਂ ਮਾਰਸਾ ਨਾਸਾ ਵਿੱਚ ਤਰੁਕਲੇ ਉਹ ਕਿਉਂ ਨੇ ਮੈਂ ਇਹ ਦੇਸਾ ਹੀ ਨਾਸਾ ਹੀ ਤਰੁਕੜੀਆਂ ਬਹੁਤ ਜ਼ਿਆਦਾ ਜਾਣੀ ਸਮਝਾ ਇਸ ਕੀ ਗੱਲ ਸੁਣਨਾ ਇਹਨੇ ਤਰੁਕਲੇ ਰੋਕ ਜਿਸਲੇ ਮਾੜੇ ਤਰੁਕਲੇ ਤਾਂ ਖੇਡ ਇਸ ਨਾਸਾ ਨਾਲੂ ਲਈ ਗਿਆ ਸੁਣ ਮੇਰਾ ਕਰ ਪਰ ਕਰ ਤੇ ਕੜੀਆਂ ਦੀਆਂ ਤਰੁਕਲੇ ਹੋਣੇ ਕਿਵੇਂ ਜਾਣਨੇ ਕਿਵੇਂ ਕੀ ਦਾਦੀ ਉਸੇ ਕੰਮ ਤੇ ਜਾਈ ਇਹ ਨਟੀ ਇਹ ਮਾਰ ਲਗੀ ਇਹ ਪਾਪਾ ਇਹ ਗੱਲ ਮਿਕੀ ਦੱਸ ਇਹ ਹਰ ਵੇਲੇ ਬਖਤੋ ਨੇ ਘਰ ਰੋਲਾ ਪਿਆ ਰਹਿਣਾ ਸਾ ਪਰ ਅੱਜ ਤੱਕ ਕੋ ਸ਼ੇਰੂ ਨੇ ਘਰੂ ਰੋਲੇ ਨਹੀਂ ਆਵਾਜ਼ ਆਈ ਬਹੁ ਕੋ ਚੀਕਾਂ ਕੋ ਮਾਰ ਰਹੇ ਸ਼ੇਰੂ ਨੇ ਘਰ ਰੋਲਾ ਪਿਆ ਵਾ ਹਾਂ ਵਾ ਮੀ ਤਾਂ ਲੱਗ ਰਿਹਾ ਜਿੰਨੇ ਦਿਖਣੇ ਆ ਕੋ ਰਮਜ਼ਾਨੀ ਨਾਲ ਚੜੇ ਤਾਂ ਨਹੀਂ ਚ ਮੁੱਟੀ ਰਹੀ ਬਸ ਆ ਜੁੰਨੇ ਆ ਪਤਾ ਲਈਏ ਫਿਰ ਆ ਪਤਾ ਲਾਣਾ ਜੁੰਨੇ ਆ ਪਤਾ ਉੱਠ ਪਤਾ ਲਈਏ ਆ ਕੇ ਬਾਕੀ ਹੁਣ ਮਿਸ਼ਨ ਚੋਰੀ ਵਾਲਾ ਤਿਆਰ ਤਿਆਰ ਏ ਮਾਰ ਲਈ ਬਹੁਤ ਜਾਈਏ ਬਹੁਤ ਹੈ ਅਰੇ ਏ ਜੇਰੂ ਏ ਜੇਰੂ ਏ ਏ ਕਾਲੋ ਏ ਕਾਲੋ ਅੱਲਾ ਦਾ ਨਾਮ ਦਰਬੇ ਹੀ ਕੋ ਏ ਏ ਕਿਹੜੀ ਕਾਲੋ ਜੇ ਏ ਲੋਟੀ ਏ ਆ ਮੇਰੀ ਕਾਲ ਮਾਰੇਗੀ ਆ ਦਹਾ ਏ ਦਹਾ ਚੀਰਨਾ ਜੋਗੀਏ ਏ ਵਿੱਚ ਪੈਈਏ ਏ ਮੌਜੂ ਜੋਗੀ ਤੂੰ ਮੌਜੂ ਜੋਗੀ ਤੂੰ ਮੌਜੂ ਜੋਗੀ ਦਹਾ ਏ ਦਹਾ ਤੂੰ ਬੁੱਢੀ ਜਾਨੇ ਦੀ ਮਾਰਨੀ ਆ ਰਾਮ ਨਹੀਂ ਆਇਆ ਦਹਾ ਛੋਟੀ ਏ ਕਾਲੋ ਏ ਵੀ ਦਹਾ ਏ ਏ ਏ ਲੱਗ ਮਾਰੀ ਕੀ ਏ ਦਹਾ 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 ਠੀ ਨੇ ਜੋ ਕੇ ਦਹਾ ਦਹਾ ਕਿ ਜੀ ਬਿਆ ਇਹ ਦਹਾ ਏ ਕਾਲੋ ਏ ਅੱਲਾ ਨਾ ਨਾ ਕੀ ਆ ਗਰਾਂ ਕੀ ਬਜਾਣੀ ਏ ਮਾੜੀ ਗੱਲ ਸੁਣ ਕੀ ਆਈ ਓ ਮਾੜੀ ਹਾਂ ਪਹਿਲਾਂ ਮਾੜੀ ਗੱਲ ਸੁਣੀ ਕਿ ਨਾ ਅੱਲਾ ਨਾ ਵਾਸਾ ਹੀ ਪਹਿਲੇ ਓ ਸੁਣੀ ਤੇ ਕਿ ਨਾ ਨਾ ਕੋਈ ਕਰੇ ਓ ਤੁਸਾਂ ਨਹੀਂ ਨਾ ਸੁਣਨੀ ਮਾੜਾ ਜਿਤਨਾ ਰਮਜ਼ਾਨੀ ਨਾਲ ਵਿਆਹ ਨਹੀਂ ਹੋਣਾ ਮੈਂ ਕਿਸੇ ਨਹੀਂ ਨਾ ਸੁਣਨੀ ਗੱਲ ਸੁਣ ਚੱਲ ਇਹ ਤਾਂ ਘਰਾਂ ਦੀ ਗੱਲ ਹੈ ਨਾ ਮੈਂ ਤੁਸੀਂ ਬਾਣਾ ਸਮਝਿਆ ਮਾੜੀ ਗੱਲ ਪਹਿਲਾਂ ਪੂਰੀ ਸੁਣੀ ਗਈ ਇਹ ਤਾਂ ਘਰਾਂ ਦੀ ਗੱਲ ਐਸਾ ਘਰਾਂ 'ਚ ਵੀ ਗੱਲ ਕਰੀ ਗਏ ਸਾਂ ਉਹ ਕੁੜੀ ਆਈ ਵੀ ਬਾਹਰੋਂ ਹੈ ਪਰ ਇਹ ਮੁਲਕਾਂ 'ਚ ਗੱਛੀ ਤਾਂ ਉਹ ਕਹਿ ਦੱਸੀ ਕਿ ਪਾਕਿਸਤਾਨੀਆਂ ਨੇ ਕਹਿ ਜ਼ਬਾਨਾਂ ਹੀ ਹਾਂ ਰੋਟੀ ਨਹੀਂ ਇਹ ਕੁੜੀ ਆ ਕੁੜੀ ਆ ਵਿਆਹ ਕਸੇ ਉਹ ਬਾਹਰੋਂ ਮੁਲਕਾਂ 'ਚ ਜਾਈ ਤਮਗੇ ਲਾਸੀ ਤੁਸਾਂ ਨੇ ਨਾਏ ਪਰ ਤੁਸਾਂ ਦੀਆਂ ਕਮਰਾਂ ਪਰ ਅੱਛੀ ਤੇ ਫੁੱਲ ਹਾਰ ਜਿਹੜਾ ਸੀ ਕਿਆ ਆਕਸੀ ਬਾਹਰੋਂ ਮੁਲਕ ਜੋ ਮਰਜ਼ੀ ਆ ਹੁਣ ਬਾਹਰੋਂ ਮੁਲਕ ਤੁਸਾਂ ਨੇ ਕੁਝ ਲੱਗਣੇ ਮੈਂ ਤਾਂ ਤੁਸਾਂ ਨਹੀਂ ਸੱਕੀ ਲੱਗਣੀ ਆ ਜਿਸ ਜਿਹੜੀ ਲੱਗਣੀ ਉਸ ਦਾ ਲਿਆਦ ਨੇ ਤੁਸਾਂ ਕਰਨੇ ਤੁਸਾਂ ਬਾਰੇ ਮੁਲਖਾਂ ਨਹੀਂ ਸੋਚਦੇ ਆ ਕੋੜੇ ਕੋੜੀ ਕੁੱਥੋਂ ਬੰਦ ਹੋੜੀ ਏ ਇਹ ਮਾੜੀ ਮਾੜੀ ਗੱਲ ਸੁਣੋ ਤੂੰ ਫਿਰ ਆ ਰਹੀ ਏ ਮਾੜੀ ਖੁੰਡੀ ਮੱਖੇ ਨਾਈਆਂ ਇਹ ਮੈਂ ਖੁੰਡੀ ਕੀ ਨਾਈ ਆਈ ਏ ਇਹ ਦਫਾ ਇਹਨਾਂ ਮਾਰਿਆ ਇਹ ਅੱਡੇ ਘਾੜੀਆਂ ਪੁੱਟੀ ਛੱਡੀਆਂ ਚੀਰ ਨੇ ਜੋ ਕੇ ਬਸਤੋ ਤੂੰ ਤਾਂ ਚੁੱਪ ਕਰਨਾ ਇਹ ਖੁੰਡੀ ਆ ਗੱਡੀ ਇਹ ਲੱਟੀ ਪੁੱਟੀ ਅੱਡੀਆਂ ਬਣੀਆਂ ਇਹ ਵਿੱਚ ਪੈਸੀ ਏ ਨਿਕਲ ਦਫਾ ਨਿਕਲ ਬਾਰ ਬਾਰ ਆ ਰਹੀ ਇਹ ਮਾੜੀ ਗੱਲ
ਕੀ ਅੰਗਰੇਜ਼ੀ ਬਜਾਣੀ ਆ ਉਹ ਤੱਕ ਬਾਹਰ ਲੋਕ ਖਲਦੇ ਨਹੀਂ ਤਕੜੇ ਬੁੱਝਣ ਉਹ ਬੁੱਝਾ ਤੁਸੀਂ ਸਾਰੇ ਮੜੇ ਮਾਵੇਂ ਮੜੇ ਨਾਲ ਮੰਗਣੀ ਪਨਾਈ ਛੜੀ ਉਹ ਬੁੱਝਾ ਸਾਰੇ ਪਿੰਡ ਮਾਵੇਂ ਜੀ ਪਿੰਡ ਪਿੰਡ ਮਾਵੇਂ ਜੀ ਤੁਸੀਂ ਦੱਸੋ ਵਾਰੀ ਮੜੇ ਕਰਨਾ ਨਾ ਲੋਕਾਂ ਹੀ ਬੁਝਾ ਦੂਏ ਗੱਲ ਕਰਨੀ ਹੈ ਕੀ ਆਪਣ ਸਟਾ ਐਕਸ਼ਨ ਇਹ ਬੁੱਝਾ ਪੂਰਾ ਗਿਆ ਪਿੰਡ ਮਾਵੇਂ ਜੀ ਮਾਵਾ ਮਰੀ ਗਈ ਜੀ ਜਾਣ ਛੁੱਟੀ ਗਈ ਜੀ ਮਾੜੇ ਜੀ ਤੁਸਾਂ ਕੀ ਗੋਰਾਂ ਚ ਲਾਈ ਤੇ ਮਰਸੀ ਮੈਂ ਰਮਜ਼ਾਨੀ ਕੀ ਵਿਆਹ ਕਰੀ ਖੜਸਾਂ ਭਾਵੇਂ ਇੱਥੋਂ ਤੁਹਾਡੀ ਗੌਰ ਕਰਨੀ ਪੈ ਭਾਵੇਂ ਤੁਸੀਂ ਜਨਾਜ਼ਾ ਕਰਨਾ ਪੈ ਸਮਝ ਆਈ ਆ ਮਾਵਾ ਯਾਲਾ ਮੈਂ ਕਿਹੜੀ ਗਲਤੀ ਕਰੀ ਬੈਠਾ ਰਿਸ਼ਤੇ ਨਾ ਕਿਆ ਕਰ ਸੋ ਤਮੂੜੀ ਜੀ ਪਤਾ ਨੀ ਕੌਣ ਮੱਛਾ ਲਗੀ ਬੱਕਰੀ ਵੱਜੀ ਕਿਆ ਕਰੀ ਲੋਹੜੀ ਲੋਹੜੀ ਤੇ ਮੈਂ ਕੱਟੀ ਛੁੜਕੀ ਗਿਆ ਮੈਂ ਉਧਰ ਗਈ ਸੀ ਸ਼ੇਰੂ ਨੇ ਘਰ ਰਿਸ਼ਤੇ ਨਾਲ ਪੁੱਛਣ ਵਾਸਤੇ ਰਿਸ਼ਤੇ ਨਾਲ ਪੁੱਛਣ ਵਾਸਤੇ ਗਏ ਬੰਦਾ ਦਸ਼ਿਦੇ ਦਾ ਗਸ਼ਣਾ ਬਿਲਕੁਲ ਤੁਸਾਰ ਬੰਦਾ ਆਇਆ ਸੰਡਾ ਆਇਆ ਉਹ ਸੰਡਾ ਨਹੀਂ ਆਇਆ ਤੁਸਾਰ ਬੰਦਾ ਆਇਆ ਮਾੜੇ ਯਾਰ ਬੰਦਾ ਕਿਸ ਤਰ੍ਹਾਂ ਆ ਰਿਹਾ ਉਹ ਆਖਣਾ ਕਿ ਮੈਂ ਦਾਦੀ ਬਖਸ਼ਾਂ ਨਾ ਮੈਂ ਦਾਦੀ ਜਿਹੜਾ ਨਾ ਦਾਦੀ ਕੋਲਾ ਜਿਹੜਾ ਨਾ 3 ਮਿੰਟ ਜਿਹੜਾ ਦੱਸਣ ਦਾ ਫਰਕ ਆ ਤੁਸੀਂ ਯਾਦ ਆ ਹਾਂ ਇਹ 3 ਮਿੰਟ ਪਹਿਲੇ ਪੈਦਾ ਹੋਇਆ 3 ਮਿੰਟ ਬਾਅਦ ਮੈਂ ਬੋਲੋ ਦਾਦੀ ਯਕੀਨ ਕਰੋ ਨਾ ਤੁਸੀਂ ਨਾ ਨੱਕ ਤੇ ਉਸਨਾ ਨੱਕ ਗਿਆ ਜਿਆ ਹਾਂ ਕਿਆ ਹੋਇਆ ਤੁਸੀਂ ਨਾ ਨੱਕ ਤਾਂ ਉਸਨਾ ਨੱਕ ਦੂਸਰਾ ਲੱਗਣੇ ਜਿਸਾ ਦੋਏ ਭੈਣ ਭਰਾ ਆਏ ਦੋਏ ਭੈਣ ਭਰਾ ਆਇਆ ਨਾ ਨੱਕ ਭੈਣ ਭਰਾ ਨਹੀਂ ਹੋਣੇ ਅਸਾਂ ਦੋਏ ਭੈਣ ਭਰਾ ਆਇਆ ਅੱਛਾ ਤੇ ਪਹਿਲੇ ਪਹਿਲੇ ਜੁਲੋ ਮੋਨੋ ਕੀ ਘਰ ਬਿਠਾਈ ਤਾਂ ਆਇਆ ਮੈਂ ਆਖਾਂ ਮੈਂ ਦਾਦੀ ਕੀ ਕਿੰਨੀ ਤਾਸ਼ਨੇ ਆ ਰਿਸ਼ਤੇ ਨੂੰ ਪੁੱਛਣ ਅੱਗੋ ਤਮਰੂੜੀ ਅਰ ਚਮੁੱਟੀ ਗਈ ਪੰਜਾਹ ਹਜ਼ਾਰ ਗੱਲਾਂ ਸੁਣਾਈਆਂ ਅਪਰੋ ਮਿਕੀ ਮਾਰਿਆ ਵੀ ਆ ਦਾਦੀ ਮੈਂ ਜੁਲਿਆ ਨੇ ਫਿਰ ਇਹ ਖਲੋ ਕਿੱਥਾ ਜੁਲਿਆ ਹੈ ਮੈਂ ਗੇਚੀ ਤੁਸੀਂ ਸ਼ਾਬਾਸ਼ ਦੇਸਾਂ ਤੁਸੀਂ ਕੀ ਕੋ ਮਾਰ ਰਹੇ ਹੋ ਨਾ ਜੋ ਗਿਆ ਕੋ ਛੋੜਾ
ਕਾਰਜਲੀ ਦੇ ਕਿਤਨੇ ਪੈਸੇ ਦੇਸੋ? ਕਿਹੜੇ ਲੈਸੇ ਪੈਸੇ ਦੇਸੋ? ਕਿਤਨੇ ਪੈਸੇ ਮੈਂ ਕੀ ਦੇਸਾਂ? ਮੈਂ ਤੁਸੀਂ ਭਰਾ ਕਿ ਨਹੀਂ ਆਇਆ ਨਾ? ਤੂੰ ਕਿੱਥੋਂ ਕਿੰਜੀ ਤਾਂ ਆਇਆ? ਉਹ ਭਰਾਓ ਨਾ ਘਰਾਂ ਭੈਣੋ ਨੇ ਯਾਰ ਦਾ ਇਸ਼ਤਾ ਚਾਰਾ ਟੁਰੀ ਤਾਂ ਆ ਰਿਹਾ ਟੁਰੀ ਤਾਂ ਆ ਗਿਆ ਤਾਂ ਆਖਰ ਕਰ ਤੇ ਮੈਂ ਆਉਂਦਾ ਨਾ ਅਲਾ ਦੇਸਾ ਇਹਨਾਂ 10 ਰੁਪਏ ਦੇਸੋ ਹੀ ਐਵੇਂ ਤੇ ਨਹੀਂ ਨੈਸ਼ਨਲ ਮੋਸ ਕਹਿੰਦਾ ਚੱਲ ਜਾ ਆ ਅੱਬਾ ਜੀ ਪੁੱਤਰ ਲੱਗਣਾ ਹੈ ਅਨੀ ਨੇ ਆ ਪੁੱਤਰ ਤੂੰ ਹੈ ਉਹ ਵੀ ਹੈ ਇਸ ਕਾਲੋ ਕੋਲ ਡਰੀ ਤੇ ਜੀ ਹਾਂ ਬੁਲਾਇਆ ਹੀ ਮਾੜੀ ਗੱਲ ਸੁਣ ਬੜਾ ਖੁਸ਼ ਨਸੀਬ ਹੈ ਯਾਰਾ ਤੂੰ ਮੈਂ ਹਾਂ ਤੱਕ ਨਾ ਲੋਕਾਂ ਦੀ ਇੱਕ ਨਹੀਂ ਲੱਭਣੀ ਤੁਹਾਡੀਆਂ ਦੋ ਦੋ ਹੈ ਤੇ ਯਾਰਾ ਗੱਲ ਸੁਣ ਮੈਂ ਤੇ 20 ਸਾਲ ਹੋ ਗਏ ਤੁਹਾਡੀ ਮਾਂ ਮੋਇਓ ਯਕੀਨ ਮਨ ਪੁੱਤਰ ਅੱਜ ਦਿਹਾੜੇ ਤੱਕ ਮੀਂਹ ਕੁਛ ਮੂੰਹ ਹੀ ਨਹੀਂ ਲਾਇਆ ਬੋਸ ਨਹੀਂ ਉਸੇ ਮੂੰਹ ਚ ਯਾਰਾ ਮੈਂ ਵੀ ਹਾਂ ਤੂੰ ਤੂੰ ਚਿੰਗ ਚੁੰਗ ਨਾਲ ਚੱਲ ਕਰਾ ਦੇ ਸਨਾ ਵਿਆਹ ਕਰੀ ਦੇ ਉਹ ਕਿਮ ਸਿੰਘ ਲੰਗੜੀ ਹੈ ਤੇ ਚੱਲ ਕੋਈ ਗੱਲ ਹੀ ਨਾ ਕਹਾਣੀ ਵੀ ਹੈ ਇੱਕ ਅੱਖ ਨਿਕਲੀ ਹੋਰ ਪਿੱਛਾ ਰਹਿ ਗਿਆ ਅੱਬਾ ਸ਼ਾਬਰੀ ਬੇਟੀ ਜਾ ਹੀ ਨਾ ਦਿਆ ਤੁਹਾਡੇ ਦੇ ਪੁੱਤਰ ਹੋਣ ਨਾ ਤਾਂ ਫਿਰ ਡਰ ਹੀ ਬਣੀ ਇੱਕ ਥਈ ਹੈ ਜਨਾਨੀ ਹਾਂ ਪਰ ਅੰਨੀ ਹੈ ਦਰ ਅੰਨੀ ਨੇ ਪੁੱਤਰਾ ਐਵਾ ਮੈਂ ਉਸ ਕੀ ਸੰਭਾਲ ਸਾਂ ਜਾਂ ਮਿਗੀ ਉਹ ਸੰਭਾਲ ਸੀ ਮਿਗੀ ਤੇ ਲੱਗਣਾ ਜੜੇ ਲਈ ਸੰਭਾਲ ਸੀ ਅੱਬਾ ਗੁਰੇ ਉਹ ਜੜੇ ਦੀ ਨਾ ਆ ਜਾ ਕਾਲੋ ਕਿਥੇ ਕਿਆ ਸਿਰ ਜੋੜੇ ਨੇ ਪਿਓ ਪੁੱਤਰਾ ਕਿਹ ਪੇ ਬਣੇ ਹੋ ਆ ਪੁੱਤਰਾ ਤੁਹਾਡੇ ਬਾਰੇ ਜੀ ਗੱਲਾਂ ਬਣੇ ਸੇ ਮੈਂ ਵੀ ਗੱਲ ਕਰਾਉਣ ਆਈ ਆ ਸਾਫਤ ਦੋ ਟੋਕ ਜੀ ਜੀ ਬਾ ਪੁੱਤਰ ਕੀ ਆ ਮਾਮਾ ਗੱਲ ਇਹ ਹੈ ਕਿ ਮੀ ਤਾਰੀਖ ਦੇ ਤਾਰੀਖ ਕਚਹਿਰੀ ਦੇ ਲੱਭ ਸੀ ਤੁਈ ਤੂੰ ਚੁੱਪ ਕਰ ਕਚਹਿਰੀ ਸੂ ਕਿਹੜੇ ਕੇਸ ਚੱਲੇ ਪੇ ਪੁੱਤਰ ਜੇ ਤੁਸੀਂ ਤਾਰੀਖ ਦੱਸ ਇਹ ਨਿਕਾਹ ਤੋਂ ਪਹਿਲੇ ਤਲਾਕ ਹੋ ਗਈ ਤੂੰ ਤਲਾਕ ਦੇਣੇ ਵਾਲਾ ਜੰਮਿਆ ਕਿਆ ਹਲੇ ਕਹਾਣੀ ਸ਼ੁਰੂ ਹੋਈ ਸਮਝ ਆਈ ਹੈ ਨਾ ਇਹ ਹੁਣ ਇਸ ਦੀ ਬੁੱਧੀ ਬੰਦ ਕਰਾਓ ਤੇ ਮਿਕੀ ਡੇਟ ਦਿਓ ਮਿਕੀ ਤਾਰੀਖ ਦਿਓ ਬਸ ਕਿਹੜੀ ਲੰਮੀ ਜ਼ਬਾਨੀ ਹੈ ਓਏ ਜਿਸ ਘਰ ਗਏ ਸੀ ਜਨਮ ਹੀ ਹੋ ਸੀ ਨਿੱਕੇ ਉਸ ਨੇ ਵੀ ਕੋਈ ਨਹੀਂ ਚੁੰਗਦੀ ਨਹੀਂ ਓ ਉਹਨਾਂ ਨਹੀਂ ਗੱਲ ਨਾ ਕਰੋ ਕੋਣ ਮਜ਼ਾਨੀ ਹੂੰ ਚੁੱਪ ਕਰ ਨਾ ਜਾਨੀ ਜੀ ਹੋਰ ਪੁੱਤਰ ਮਾਮਾ ਹਸਣਾ ਸੋਹਣਾ ਨੇ ਤੂੰ ਲੱਗਣਾ ਲਿਆਜ਼ਾ ਸਿਆ ਨਾ ਕਰ ਜਿਹੜੀ ਗੱਲ ਪੁੱਛੀ ਉਹ ਸਿੱਧੀ ਸਿੱਧੀ ਦੱਸ ਅੱਛਾ ਆ ਬਾਸ ਨੇ ਸੋਹਣਾ ਨਹੀਂ ਲੱਗਣਾ ਤੂੰ ਰੋਣੇ ਹੋਈ ਸੋਹਣੀ ਨੇ ਲੱਗਣੀ ਮੈਂ ਭਵੇਂ ਜਿਸ ਤਰ੍ਹਾਂ ਮਰਜ਼ੀ ਲਗਾ ਤੂੰ ਕਿਆ ਤਕਲੀਫ ਹੀ ਤੂੰ ਤਾਂ ਵੈਸੇ ਵੀ ਚੁੰਗੜੀ ਨੇ ਪਿੱਛੇ ਪਿਆ ਹੈ ਮਾੜੇ ਮੱਥੇ ਨਾ ਲਾਗੋ ਤੂੰ ਵੀ ਮਾੜੇ ਮੱਥੇ ਨਾ ਲਾਗ ਮੈਂ ਮਾਮੇ ਨਾਲ ਗੱਲ ਕਰਨੀ ਹੈ ਮੈਂ ਮਾਰਦਾ ਪਟਕਾਰ ਚੱਲ ਤਰ ਮੈਂ ਵੀ ਪਟਕਾਰ ਮਾਰਸਾਂ ਅਸਾਂ ਦੋ ਗੋਡਿਆਂ ਥੱਲੇ ਦੇ ਸਹੀ ਥੈ ਗੋਡਿਆਂ ਥੱਲੇ ਨਾ ਦੇ ਅਬ ਤੂੰ ਸਾ ਕਿਆ ਤਮਾਸ਼ਾ ਬਣਾਇਆ ਵਾਨੀ ਨਹੀਂ ਪੁੱਤਰੋ ਮੈਂ ਕਰਾਂ ਨਾ ਬਣਾ ਜਾਂ ਤੂੰ ਸਾਏ ਹੋਏ ਅਬ ਤੂੰ ਤਾਂ ਫਿਰ ਚੁੱਪ ਕਰੀ ਜੋ ਮੈਂ ਗੱਲ ਕਰਨ ਦੇ ਤੂੰ ਜ਼ਰੂਰੀ ਆ ਸੀ ਛੇੜਨਾ ਨਾਲੇ ਮਾਵਾ ਮਾੜੀ ਮਾਂ ਮਰੀਗੀ ਅੰਨੀ ਇਸ ਨਹੀਂ ਮਾਂ ਹੋਈ ਸੀ ਯਾਰਾ ਪੁੱਤਰ ਮਾੜੀ ਗੱਲ ਸੁਣਾ ਮੈਂ ਕਦੋਂ ਇਨਕਾਰੀ ਕੀਤੀ ਤੂੰ ਆਖਿਆ ਨਾ ਕਰੇ ਨੀ ਗੱਲ ਕਰੇ ਵਿੱਚ ਹੀ ਮਕਾਸਾ ਨਾ ਮੈਂ ਨਾ ਤੇ ਨਾ ਤਕੀ ਸੁਣੀ ਮੈਂ ਜ਼ਹਿਰ ਖਾਈ ਕੀ ਨਾ ਡੜਨ ਡੜਨ
ਅੱਜ ਤਾਂ ਕੋਈ ਦੂਰਾ ਦੂਰਾ ਥੋੜ੍ਹੀ ਸ਼ਿਕਾਰ ਕੋਈ ਨਹੀਂ ਦਿਸਣਾ ਪਿਆ ਵੇ। ਐਵੇਂ ਸੁਣਿਆ ਬਈ ਭਾਪੇ ਸ਼ੇਰੂ ਨੇ ਘਰ ਬਹੁਤ ਕੜੈ ਕੜੈ ਦੀ ਆਵਾਜ਼ ਅੱਛਣੀ, ਲੱਗਣਾ ਕੋਈ ਚੌਕੀਆਂ ਮੋਟੀਆਂ ਮੋਟੀਆਂ ਬਤਖਾਂ ਰੱਖੀਆਂ। ਸਾਜੂ ਕੀ ਕਰਨੇ? ਚੰਗਾ ਹੋਇਆ ਪਾਪਾ ਅੱਛੀ ਰਿਹਾ। ਇੱਕ ਗੱਲ ਤਾਂ ਬਾ ਪਾਪਾ ਬੋਲ, ਕਦੇ ਬਤਖਾ ਨਾਲ ਗੋਸ਼ ਖਾਧਾ ਹੀ? ਜਿਹੜਾ ਮੈਂ ਨਹੀਂ ਖਾਧਾ ਪਾਪਾ, ਬਹੁਤ ਮਜ਼ੇ ਨਾਲ ਹੋਣਾ ਹੀ, ਐਡਾ ਸਵਾਦਲਾ ਹੋਣਾ ਹੀ, ਮਿੱਠਾ ਸਲੂਣਾ ਨਮਕੀਨ ਪਤਾ ਨਹੀਂ, ਬਹੁਤ ਸਾਡੇ ਟੇਸਟ ਹੋਣੇ। ਅੱਲਾ ਇਖਲਾ ਨਾ, ਅੱਜ ਮੈਂ ਖਾਣਾ ਫਿਰ ਤੂੰ ਟੈਨਸ਼ਨ ਨਾ ਕਰ, ਪੂਰਾ ਪਲਾਨ ਕੀਤਾ ਨਾਲੇ ਤਾਂ ਗਈ ਮਾੜਾ ਪੁਰਾਣਾ ਗੈਟਰ ਪੁਰਾਣੇ ਰੋਪੀ ਅੱਛੀ ਆ ਗਈ। ਫਿਰ ਗੱਲ ਇਹੀ ਵੇ ਵਰਦਾਤ ਬਾਣੀ ਜ਼ਰਾ ਤੱਕੀ ਸੁਣੀ ਤੇ ਪਤਾ ਤੇ ਹੈ ਨਾ ਸ਼ੇਰੂ ਨਾ ਹਾਂ ਸਾਡੇ ਜੇ ਚੋਹਾਂ ਕੇ ਕਲਿਆ ਪ੍ਰਤੀਗਣਾ ਉੱਥੇ ਕੀ ਕਰਨਾ ਤਾਂ ਦਾ ਉਹ ਪੂਰਾ ਉਸਨੇ ਘਰ ਬੌਂਗ ਤਗੜੀਆਂ ਬਤਖਾਂ ਜ਼ਹਿਰਾ ਜ਼ਹਿਰਾ ਰਮਜ਼ਾਨੀ ਅੱਲਾ ਨਾ ਵਾਸਾ ਹੀ ਵਾ ਗੱਲ ਮਿਟਣ ਦੇ ਓਏ, ਉਹ ਤੂੰ ਚੁੱਪ ਕਰੀ ਗਾ ਓਏ, ਤੇ ਮਿਟਣ ਦੇ ਨਾ ਇਸਕੀ ਉਹ ਨੰਗੀ ਪੁੰਗੀ ਚਾਹੀ ਨਹੀਂ ਹੈ ਨਾ ਸ਼ੀਫਾਂ ਸ਼ੀਫੰਗ ਮੈਂ ਉਸਕੀ ਵੀ ਗੋਡਿਆਂ ਥਲਾ ਦੇ ਸਭ ਤੋਂ ਹੀ ਵੀ ਉਹ ਗੱਲ ਸੁਣ ਮੈਂ ਆਪਣੀ ਮਾਫ ਕਰ ਦੇ ਸਾ ਉਸਨੀ ਗੱਲ ਕੀਤੀ ਆ ਜੇ ਗੱਲ ਕੀਤੀ ਆ ਉਸਨੀ ਤੇ ਬਈ ਘਰ ਅੱਲਾ ਰਮਜ਼ਾਨੀ ਜੀ ਗੱਲ ਮਕਾਉਣ ਦੇ ਸੇ ਜਾਂ ਗੱਲ ਲਮਕਾ ਸੇ ਲਮਕਾਈ ਤੂੰ ਮਕਾ ਪਤਾ ਲਗਾ ਤੇ ਹੋਣ ਮਾਰਾ ਦਿਲ ਹੈ ਬਈ ਸਾਰਾ ਕੁਝ ਤਾਂ ਖਾ ਰਿਹਾ ਕੀ ਹੈ ਨਾ ਬਤਕ ਖਾਈਏ ਚੱਲ ਨਾ ਫਿਰ ਆਈ ਕੋਈ ਭਾਈਏ ਅੱਲਾ ਉੱਠ ਫਿਰ ਮਾਰ ਨਾਰਾ ਦਾ ਜੁੱਲੇ ਜੁੱਲਾ ਫਿਰ ਨਾਲਾ ਉੱਠ ਕੇ ਹੁਣ ਦੇਰ ਕੈਸਨੀ ਭੁੱਖ ਵੀ ਬਹੁਤ ਡਾਂਡੀ ਲੱਗੀ ਵੀ ਚੱਲ ਫਿਰ ਚੱਲ ਫਿਰ ਵਸਤਾ ਹੀ ਚੁੱਪ ਕਰੀ ਗਾ ਓਏ ਉਹ ਕਿਹੜੀ ਮਿੱਟੀ ਨਾਲ ਬਣਿਆ ਹੋਇਆ ਵਾ ਤੂੰ ਓਏ ਮੈਂ ਜਿਸ ਮਿੱਟੀ ਨੇ ਤੁਸਾਂ ਬਣੇ ਹੋ ਇਹ ਕਾਲੋ ਗੱਲ ਸੁਣ ਮਾੜੀ ਪੁੱਤਰ ਤੂੰ ਤੁਹਾਡਾ ਮਾਵਾਂ ਨਾ ਮੈਂ ਹਾਂ ਤੂੰ ਮਾੜੇ ਕਰਨ ਨਹੀਂ ਤੋ ਤਰਵਾਣੀਏ ਮੈਂ ਚਾਹਵਾਂ ਕਿ ਤੁਹਾਡਾ ਮੈਂ ਗੱਜੀ ਬੱਜੀ ਤੇ ਵਿਆਹ ਕਰਾਂ ਸਮਝ ਅਗਰ ਮੈਂ ਵਾਦਾ ਕਰਾਂ ਤੁਹਾਡਾ ਤੇ ਟਾਈਮ ਦਿਓ ਨਾ ਫਿਰ ਟਾਈਮ ਦਿਓ ਮਿੱਕੀ ਪੁੱਤਰ ਸਾਲ ਖੰਡ ਲਕਸੀ ਨਾ ਓਏ ਸਾਲ ਖੰਡ ਸਾਲ ਖੰਡੀ ਚ ਤਾਂ ਜੇ ਮੈਂ ਇੱਥੇ ਸਬਰ ਕਰਨੀ ਵੀ ਆ ਤੇ ਇਹ ਚੁੰਗੜੇ ਜੰਮੀ ਛੋੜੇ ਵਾਹ ਮਾਮਾ ਤੂੰ ਚੰਗਾ ਇਨਸਾਫ ਕੀਤਾ ਬਹੁਤ ਦੂਰ ਨਹੀਂ ਸੋਚਣੀ ਸਾਲ ਗੁਜ਼ਰਨੇ ਅੱਜ ਕੱਲ੍ਹ ਪਤਾ ਲੱਗਣਾ ਮਾੜੀ ਮਾੜੀ ਸੁਣਨਾ ਸ਼ਕਲ ਤੁਹਾਡੀ ਪਗਿਆੜਿਆ ਰਹੀ ਪਰ ਗੱਲ ਤੂੰ ਗਿੱਦੜਿਆ ਲਈ ਕਰੀ ਛੋੜੀ ਲੂਮੜੀ ਬਈ ਕੀ ਲੂਮੜੀ ਬਣਾਇਆ ਅੱਬਾ ਲੂਮੜੀ ਆ ਸਿਆਣਾ ਹੋਣਾ ਤੇ ਸ਼ੀ ਫੰਗ ਮਾੜੀ ਹੁਣ ਜਨਾਨੀ ਮੈਂ ਯਾਰ ਤੂੰ ਤਾਂ ਚੁੱਪ ਕਰ ਲੂਮੜੀ ਨੇ ਪੁੱਤਰਾ ਤੂੰ ਤਾਂ ਚੁੱਪ ਕਰ ਨਾ ਗੱਲ ਮੁਕੜੀ ਚਾਰੋਂ ਤਰਫ ਸ਼ੀ ਫੰਗ ਫਿਰਨੀ ਪਈ ਕਾਲੋ ਗੱਲ ਸੁਣ ਮਾੜੀ ਪੁੱਤਰ ਤਾਂ ਤੁਹਾਡੀ ਮਾਂ ਹੋਈ ਤੁਹਾਡਾ ਹੋਰ ਕਿਆ ਪਛਾਤ ਕੋਈ ਇਹ ਕਿਹੜਾ ਝੂਠਾ ਮਾਂ ਮੋਈ ਵੀ ਨਾ ਹੁਣ ਜਿਣੀ ਹੋਈ ਪੈਸੀ ਮਾੜੀ ਗੱਲ ਸੁਣੋ ਬੱਚੇ ਕਟਾਣੇ ਮੈਂ ਤੁਸੀਂ ਜਿਹੜੀ ਗੱਲ ਆਖਣਾ ਮਾੜੀ ਗੱਲ ਸੁਣਿਆ ਕਰਨਾ ਮੈਂ ਤੁਸੀਂ ਇਹ ਗੱਲ ਆਖਣਾ ਪੁੱਤਰ ਤੁਹਾਡੀ ਮਾਂ ਮੋਈ ਵੀ ਤੁਹਾਡਾ ਦਾਜ ਦਮਨ ਵੀ ਮੈਂ ਬਣਾਉਣਾ ਜ਼ੇਵਰ ਵੀ ਮੈਂ ਤੁਗੀ ਬਣਾ ਧੀ ਬਣਾ ਮੈਂ ਆਪਣੇ ਕਾਰਨ ਸਾ ਮੈਂ ਹੀ ਸਾਰਾ ਖਰਚਾ ਕਰਸਾ ਨਾ ਤੁਹਾਡਾ ਨਾ ਪਿਓ ਆ ਨਾ ਮਾਂ ਹੀ ਆ ਮੈਂ ਕੁਛ ਨਹੀਂ ਕਰਦਾ ਨਹੀਂ ਉਸ ਜ਼ੇਵਰਾਂ ਦੀ ਖੁਸ਼ੀ ਜ਼ਰਾ ਨਹੀਂ ਆਉਣ ਲੱਗੀ ਉਹ ਜ਼ੇਵਰ ਮਾੜੇ ਵਾਸਤੇ ਜ਼ਹਿਰ ਬਣੀਦਾ ਸੀ ਜੇ ਗਰੀ ਚੜ ਜੀਆਂ ਚੁੰਗੜੇ ਪੈਦਾ ਹੋ ਗਏ ਫਿਰ ਓਏ ਜ਼ੇਵਰ ਬਣ ਦੇ ਜ਼ੇਵਰ ਹੋਣਾ ਚਾਹੀਦਾ ਸ਼ਰੀਕ ਗੱਲਾਂ ਕਰਸਾ ਮਾਂ ਅੱਜ ਆਖਰੀ ਮੌਕਾ ਤੂੰ ਦੇ ਦੇ ਜੁਲੀ ਆ ਇਸ ਤੋਂ ਬਾਅਦ ਮੈਂ ਇਸਕੀ ਚਿੰਗੜੀ ਨਾਲ ਨਾ ਤੱਕਾਂ ਜੇ ਮੈਂ ਤੱਕੀ ਕਿਦਾ ਤੂੰ ਮੇਰੇ ਤੇ ਪੂਰਾ ਗ੍ਰਾਮ ਬੁੱਝੀ ਆ ਮਾਵਾ ਤੇ ਨਾਲ ਤੁਹਾਡਾ ਹੋਈ ਮੈਂ ਕੱਖ ਨਾ ਛੋੜਨ ਲੱਗਿਆ ਆਓ ਆਓ
और गल सुन मारी तू भी आऊ आऊ सीधी गाली आ पुत्र दे 100 बारी पे नाराज हो 100 गलन एक गाली आ कर सही ब्याह साला डेढ़ा बार बस जे कीता तो बिस्मिल्ला नहीं तो नाराज ना आया तो फिर माड़ी गल भी कान खोल सुनी किनो जी मैं भी साल पूरा इथे ही हां इथू अली गछे तो फिर कालो ना कोई और ही पियो सी पुत्र पीछे माल डंगर आ पीछे तोड़े बुए वे दरवाजे वे मकान है त्रुटी पजी गया सन यार इसकी समझा न वे ब्याह उसनाल करसा छी फंगना इसको करने कम करासा मुफ्त नी नौकरानी ओए मारे पागल ने पुत्रा पहला मारी गल पूरी सुनना के करसिया तोड़ा ब्याह उसे नाली लेकिन इधर तरीके ना अच्छा अब्बा जी मारा छी फंगनल ब्याह गया ना ਤਾਲਾਵੀ ਮੇ ਕਿਸੇ ਚੱਲੀ ਬਲੇਲੀ ਨਾਲ ਕਰਾਈ ਦੇ ਸੋ ਤੁਹਾਡੇ ਪਰ ਹੀ ਉਮੀਦ ਹੈ ਅੰਨੀ ਨੇ ਪੁੱਤਰਾ ਦਿਲ ਕਰਨਾ ਹੀ ਵਾਰੀ ਤੇ ਦਿਓ ਇਹਨਾਂ ਨਾਸਾਂ ਪਰ ਤਾਂ ਉੱਥੇ ਕਿਸੇ ਪੈਣ ਨਹੀਂ ਨਾਸਾਂ ਮਾੜੀ ਮੰਗਣੀ ਦੱਸ ਨਾ ਕਾਲੋ ਨਾਲ ਬਹੁਤ ਜੇ ਸੋਹਣਾ ਤੇ ਕਾਲੋ ਗੋਰੀ ਕਰਾਈ ਦੇ ਸਾਂ ਤੁਸੀਂ ਨਾ ਮੂੰਹ ਨਾ ਨਾਸਾਂ ਮੈਂ ਵੀ ਪਿੰਡੀ ਜਾ ਸਾਂ ਬੜੇ ਆਏ ਉਹ ਕੋ ਛਿੱਟੇ ਮਾ ਗੱਲ ਵੀ ਨਹੀਂ ਮਾਰੇ ਨਾਲ ਕਰ ਜੀਗੂ ਜੀਗੂ ਹੁਣ ਜੂ ਜੂ ਜੀਗੂ ਹੁਣ ਕੀ ਹੋਇਆ ਕੀ ਹੋਇਆ ਜੀਗੂ ਹਾਂ ਚਾਈਨੀਜ਼ ਕੋ ਥਈਏ ਕੀ ਹੈ ਦਸ਼ਾ ਮੈਂ ਪਾਗਲ ਹੀ ਜੀ ਦਸ਼ਾ ਕੋ ਥਈ ਚਾਈਨੀਜ਼ ਹੂੰ ਦੱਸ ਨਾ ਕੀ ਹੈ ਦਸ਼ਾ ਤੂੰ ਮੈਂ ਕੀ ਆਖਾ ਸਾ ਉਸਲੇ ਤੂੰ ਵੀ ਪੈਸੇ ਦਿੱਤੇ ਤੇ ਤੂੰ ਕਹਿੰਦਾ ਮੈਂ ਰੋਜ਼ ਪੈਸੇ ਦਿਆ ਕਰਸਾ ਤਾਂ ਮੈਂ ਰਿਸ਼ਤਾ ਕਰਾ ਬੜੀ ਪੈਸੇ ਨਹੀਂ ਨਹੀਂ ਦਿੱਤੇ ਪੈਸੇ ਇਹ 10 ਰੁਪਏ ਕੇ ਕੁਦਰੀ ਹੈ ਓਜਰੀ ਪਰੀ ਮੈਂ ਮੈਂ ਪੈਸੇ ਕਿਨਸਾ ਮੈਂ ਨੀ ਪਤਾ 10 ਰੁਪਏ ਹੋਰ ਦਾ 10 ਰੁਪਏ ਹਾਂ ਇਹ ਵੀ ਬੜੇ ਤੂੰ ਅੱਛਾ ਇਹ ਤੁਹਾਡੇ ਕਰਤੂਤ ਹੈ ਉਹ ਯਾ ਕੋ ਨਹੀਂ ਕਾਲੀ ਬੂਜੋ ਜੀ ਓਏ ਕਾਲੀ ਬੂਜੋ ਅਸੀਂ ਤੁਹਾਡੀ ਬੇ ਜਾਨਣਾ ਪਿਆ ਹੈ ਨਾ ਪਹਿਲਵਾਨ ਰੈਸਲਰ ਓਏ ਇਸ ਕੀ ਆਹ ਮੈਂ ਬਹੁਤ ਛੋੜਾ ਸਮਝ ਗਿਆ ਭੱਜੀ ਗਿਆ ਸੀ ਇਹ ਮੈਂ ਹਲੇ ਚੁੰਡਾ ਵੀ ਪਟਸਾ ਉਹ ਗੱਲ ਨਹੀਂ ਬੱਜੀ ਆ ਉਹ ਗੱਲ ਨਹੀਂ ਬੱਜੀ ਇਹ ਗੱਲ ਸੁਣਾਏ ਇਹ ਪੈਸੇ ਕਿ ਨਹੀਂ ਤੂੰ ਉਹ ਜਲੁੰਦਰੀ ਨਾਲ ਮਲਾਣਾ ਇਸ ਕੀ ਜਲੁੰਦਰੀ ਕਰੀ ਓ ਚਿੰਗ ਚੁੰਗੀ ਦੀ ਅੱਛਾ ਉਹ ਯਾ ਠੀਕ ਕੋ ਨਹੀਂ ਸਮਝਾਣਾ ਹੈ ਨਾ ਰਮਜਾਨੀ ਕਾ ਹੈ ਹੱਥ ਸਿੱਧਾ ਕਰ ਇਹ ਕਾ ਕੀਤਾ ਯਾ ਮਾਰਾ ਸਿੱਧਾ ਮਾਰਾ ਛੋਗੇ ਹੱਥ ਨਾ ਲੈ ਮੈਂ ਪਹਿਲਾਂ ਤੁਸੀਂ ਉਹ ਗੱਲ ਨਹੀਂ ਕਿ ਲੋਕਾਂ ਨਹੀਂ ਮੁਲਾਕਾਤਾਂ ਕਰਨਾ ਹੈ ਉਹ ਗੱਲ ਸੁਣ ਮੈਂ ਲੋਕਾਂ ਨਹੀਂ ਮੁਲਾਕਾਤਾਂ ਕਰਨਾ ਓਏ ਰਮਜਾਨੀ ਮੇਰੀ ਗੱਲ ਸੁਣ ਅੱਛੇ ਨਾ ਇਧਰ ਅੱਛੇ ਨਾ ਸਿੱਧਾ ਓਏ 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 ਲੋਕਾਂ ਨਹੀਂ ਮੁਲਾਕਾਤਾਂ ਉਹ ਨਾ ਮਾਰ ਨਾ ਲੋਕਾਂ ਨਹੀਂ ਮੁਲਾਕਾਤਾਂ ਕਰਨਾ ਹੈ ਓਏ ਰਮਜਾਨੀ ਇੰਦਾ ਮਲਾਸੇ ਇਸ ਕੀ ਇੰਦਾ ਉਸ ਚੁੰਗੜੀ ਨਾਲ ਮਲਾਸੇ ਓਏ ਰਮਜਾਨੀ ਮੇਰੀ ਗੱਲ ਸੁਣ ਠਹੀ ਤੇ ਜਨਾ ਨਹੀਂ ਲੇਕਿਨ ਤਾਕਤ ਦੀ ਸ਼ਿਸ਼ ਮਰਦਾਨਾ ਹੀ ਹੋਏ ਮੈਨੂੰ ਛੋੜ ਤੂੰ ਮੈਂ ਜੁਲੀਆ ਮੈਂ ਕਹਿੰਦੀ ਦਾਦੀ ਕੀ ਦੱਸੋ ਦਾਦੀ ਕੀ ਦੱਸੋ ਦਾਦੀ ਤੁਹਾਡੀ ਕਿ ਮੈਂ ਖੁਦ ਅਸਨੀ ਆ ਤੁਹਾਡੀ ਦਾਦੀ ਕਿ ਮੈਂ ਦੱਸਨੀ ਆ ਕਿ ਤੁਹਾਡੇ ਕਰਤੂਤ ਹੈ ਹਾਂ ਭਾਈ ਕੀ ਕਰਨਾ ਸੀ ਜਲਸੇ ਪਰ ਜੁਲੀਆ ਚੰਗਾ ਹੋਇਆ ਜਿਹੜਾ ਜਲਸੇ ਪਰ ਜੁਲੀਆ ਹੈ ਜੇ ਚੁੰਗੜੀ ਦਾ ਜੁਲੀਆ ਹੋਣਾ ਹੈ ਨਾ ਫਿਰ ਤੂੰ ਤੱਕੇ ਯਾਰ ਤੁਹਾਡਾ ਵੀ ਹਾਲ ਹੋਇਆ ਯਾਰ ਓਏ ਚੋਰਾ ਚੋਰਾ ਚੋਰਾ
ਮੈਂ ਬਿਊਟੀ ਪਾਰਲਰ ਜੋਲਿਆ ਬਕਵਾਸ ਕਰਨਾ ਬਕਵਾਸ ਕਰਨਾ ਚੋਰੀ ਕਰਨ ਆਇਆ ਮਾੜੇ ਮਾਵੇ ਦੀਆਂ ਬਤਖਾਂ ਨਾ ਮਾੜਾ ਕਾਲੋ ਆ ਸਿਆ ਕਾਲਾ ਤੂਤਨਾ ਤੂੰ ਆਇਓ ਖਬਰਦਾਰ ਜੇ ਮੈਂ ਹੁਣ ਹੱਥ ਲਾਏ ਇਲਾਕੇ ਕੇ ਮੌਜ਼ਜ਼ੀਨ ਮੇ ਮੇਰਾ ਨਾਮ ਆਤਾ ਹੈ ਅੰਦਾਜ਼ਾ ਕਰੋ ਚੋਰ ਪਿਆ ਖੜੇ ਸਮੋਜ਼ ਚੋਰਿਆ ਇੱਕ ਤਾਂ ਮਾੜੇ ਮਾਮੇ ਨੀ ਬਤਖਾਂ ਖੜਨ ਲਗੇ ਸੀ ਅਬਰੋ ਮਿਕੀ ਸਫਾਈਆਂ ਦੇਣੇ ਚਿੱਟੀ ਤੇ ਤੁਸਾਂ ਨਾਲ ਮੈਂ ਇੱਥੇ ਧਨੀਆਂ ਪੀਤ ਰੱਖਸਾਂ ਜਿੱਥੇ ਕਾਲੋ ਹੋਇਆ ਉੱਥੇ ਕੋਈ ਨੀ ਅੱਛੀ ਸਕਦਾ ਬੜੀ ਗੱਲ ਸੁਣੀ ਕਿ ਨਾ ਜਿਲੇ ਵਾ ਕਦੇ ਅੱਛਾ ਨਾ ਉਸਕੀ ਸ਼ਹੀਦ ਨੂੰ ਮਾਰਨ ਅੱਛਾ ਕਹਿ ਘਰ ਅੱਛਾ ਚਾਹੀਦਾ ਮੈਂ ਆਪਾਂ ਇਹ ਤੇਰਾ ਤਾਲ ਨਹੀਂ ਇਹ ਤੇਰਾ ਤਾਲ ਨਹੀਂ ਆਪਣਾ ਪੋਤਰਾ ਸਾਵੇਂ ਛਪਣਾ ਛਪਣਾ ਇਧਰ ਦਾਦੀ ਦੇ ਅੱਗੇ ਦਾਦੀ ਅੱਗੇ ਇਹ ਕੁੜੀ ਇਹ ਇਹ ਕੁੜੀ ਜੀ ਜਿਸ ਵਿੱਚ ਮਾਰਿਆ ਇਹ ਇਹ ਪਿੱਛਾ ਕਰ ਮੈਂ ਕਹਿੰਦੀ ਤੂੰ ਵੀ ਆ ਜਾ ਮੈਂ ਦੱਸੇ ਅੱਗੇ ਇਹ ਕਾਲੋ ਜੀ ਜਿਸ ਵਿੱਚ ਮਾਰਿਆ ਆ ਮਿਜ ਮਾਰਿਆ ਓ ਇਸ ਨੇ ਕੋਲ ਪੁੱਛ ਸਹੀ ਕੀਤਾ ਗਿਆ ਤੇਰਾ ਤਾਲ ਨਹੀਂ ਦਾਦੀਏ ਹਾਏ ਲੋਟੀ ਤੇਰਾ ਤਾਲ ਨਹੀਂ ਆਖਰੀ ਲੋਟੀ ਲੋਟੀ ਇਹ ਮਾਰਿਆ ਨਾ ਇਹ ਮਾਰਿਆ ਤੇ ਪਸਲੀਆਂ ਨਾ ਛੱਡ ਦੇ ਕੋਲ ਏ ਏ ਲੋਟੀ ਇਹ ਲੋਟੀ ਪੁੱਛ ਇਹ ਜੁਗੇ ਜੁਗੇ ਇਹ ਅੱਗੇ ਪਸਲੀਆਂ ਫਜੀਆਂ ਨਹੀਂ ਇਹ ਲੋਟੀ ਮਾਰ ਲਈ ਜਲਦੀ ਗੱਲ ਸੁਣੋ ਤੂੰ ਕਹਿ ਕੀਤਾ ਤੂੰ ਕਹਿ ਕੀਤਾ ਇਸ ਦੇ ਨਾਲ ਮੈਂ ਕੁਝ ਨਹੀਂ ਕੀਤਾ ਮੈਂ ਖਦੇ ਗੱਲਾਂ ਕਰ ਰਿਹਾ ਸੀ ਅਜੀ ਤੇ ਮਿਗ ਮਾਰਿਆ ਇਸ਼ੂ ਅੱਗੇ ਉਹਨਾਂ ਦਾਦੀ ਮਾਂ ਨਾ ਖੁੰਡੀ ਡਿੰਗਿਆ ਅਥਾਲੇ ਕੋਲੋਂ ਪੁੱਛ ਕਿਆ ਕਿ ਉਹ ਰਮਜ਼ਾਨੀ ਕੋਲੋਂ ਪੈਸੇ ਕਿ ਨਹੀਂ ਤੇ ਉਸकी ਇਹ ਨਾ ਕਰ ਮਿਗੀ ਮੈਂ ਦੱਸੇ ਕਿ ਦਾਦੀ ਕੋ ਵਿੱਚ ਬੋਲ ਲੈ ਵਿੱਚ ਬੋਲ ਲੈ ਪੈਸੇ ਕਿ ਨਹੀਂ ਖਾਣੇ ਲਈ ਕੌਮ ਸ਼ਕੁਰੀ ਡਰਾਮ ਨਹੀਂ ਸ਼ਕੁਰੀ ਇਸ ਨਹੀਂ ਅਖਰ ਕੋ ਕਾ ਤੇ ਪੁੱਛਣ ਦੇ ਸੋ ਨਾ ਇਸ ਕੀਤਾ ਕਿਆ ਅੱਗੇ ਦਾਦੀ ਇਹ ਤੁਹਾਡਾ ਮੈਂ ਲਿਆਜ਼ ਕਰੀ ਗਈ ਸੀ ਜਦੋਂ ਉੱਥੇ ਘਰ ਆਈ ਸੀ ਹਾਂ ਠੀਕ ਹੈ ਨਾ ਅੱਜ ਮੈਂ ਕਿਸੇ ਨਾਲ ਲਿਆਜ਼ ਨਾ ਮੈਂ ਕੀਤਾ ਕਿ ਆਈ ਸੋ ਇਸ ਕੀਤਾ ਇਹ ਆ ਕਿ ਰਮਜ਼ਾਨੀ ਕੋਲੋਂ ਕਿ ਨਹੀਂ 20 ਰੁਪਏ ਚਵਾਣੀ ਕਿਹੜੀ ਬੋਲਣੀ ਕੁੜੀਆਂ ਆ ਰਹੀ ਕੁੜੀਆਂ ਕੁੜੀ ਤੂੰ ਨੀ ਇਹ ਕੁੜੀ ਹੈ ਨਾ ਮਾੜੀ ਗੱਲ ਸੁਣ ਮਾੜੀ ਮਾੜੀ ਪੱਥਰੀਆਂ ਪੱਲੀ ਸਟੀਆਂ ਇਸ ਮਾੜੀ ਛੋੜਾ ਮਾੜੀ ਗੱਲ ਤੂੰ ਰਹਿ ਸਿੱਧ ਕਰਸੇ ਨਾ
ਕਿਉਂ ਜੁਮਾਨਾ ਬਿਆਹ ਨਾ ਕਰਨੀ ਹੈ? ਅੱਲਾ ਮਾੜੀ ਗੱਲ ਸੁਣਨਾ, ਇਹ ਕਿਆ ਕੀਤਾ ਰਮਜ਼ਾਨੀ ਨਾਲ? ਰਮਜ਼ਾਨੀ ਕੋਲੋਂ ਪੈਸੇ ਕਿੰਨਾ ਹੈ? ਇਸ ਨੇ ਮੁਲਾਕਾਤ ਕਰਨਾ ਉਸਨੇ ਨਾਲ? ਅੱਲਾ ਹਾਂ, ਇਸ ਨਾਲ ਕੁਛ ਇਸਨੇ ਕੋਲੋਂ ਕਿ ਜਿਹੜਾ ਇਹ ਰਿਸ਼ਤਾ ਆ ਇਹ ਇਸੇ ਤਾਂ ਹੀ ਮੈਂ ਆਖਾਂ ਪਹਿਲੂ ਪਿੱਛੇ ਜੇ ਮਿੱਕੀ ਆਉਣਾ ਸਾਖ ਹੈ ਔਰ ਰਮਜ਼ਾਨੀ ਬਹੁਤ ਚੰਗਾ ਆ। ਜ਼ਾਹਰੀਆ ਕੀ ਦੱਸ ਅਸ ਹਾਏ ਆਈ ਡੋਟੀ ਪੁੰਛ ਇਸਨੇ ਕੋਲ ਵਾਲੇ ਸੋ ਇਸਨੇ ਇੱਕ ਕਰਤੂ ਡੰਡ ਕਰਨਾ ਕੋ ਠੀਕ ਫਿਰ ਔੜੀ ਬਣ ਲਾ ਫਾੜੀ ਨਾ ਦਾਦੀ ਸ਼ਿਕਾਇਤ ਨਹੀਂ ਗੱਲ ਨਾ ਕਰੋ ਇਹ ਝੂਠੀ ਨੇ ਇਹ ਕਿਹਨੇ ਮਾਰਿਆ ਮੈਂ ਮਾਰਿਆ ਲੱਗੀ ਐ ਇਸਨੇ ਦੁਨੀਆ ਨਾ ਸਾਰਿਆ ਚੁੱਪ ਕਰ ਦਾਦੀ ਇਹ ਝੂਠ ਬੋਲੀ ਬੋਲੀ ਦੇਖੋ ਇਸਦਾ ਰੰਗ ਵੀ ਕਾਲਾ ਹੋ ਗਿਆ ਨੇ ਚੁੱਪ ਕਰ ਵੇ ਚੁੱਪ ਕਰ ਘਰ ਆਈਏ ਜਿਹੜਾ ਮਾਰਸੀ ਜਾਂਦੇ ਮਸਲੀਆਂ ਨਾ ਜਾ ਉਹ ਇਸਨੇ ਕੋਈ ਮਾੜੇ ਸਾਹਮਣੇ ਪੁੱਛੇ ਮੈਂ ਕੀ ਹੱਕੀਆਂ ਕੀਤਾ ਇਹ ਕੰਮ ਮਾਰਥਾ ਜਾਤਾ ਪਰ ਦਾਦੀ ਮੈਂ ਸ਼ੇਰ ਮੁਸ਼ਕਰਾ ਚਾਰ ਰੁਪਿਆ ਕਿੰਦਾ ਸਰ ਡੋਟੀ ਸ਼ਕਲ ਹੀ ਤੁਹਾਡੀ ਖਾ ਕੇ ਰਹਿੰਦੀ ਹੈ ਮਾਰ ਦੇਣਾ ਸਾਰਾ ਗੱਲ ਕਰ ਸਮਝ ਗਈ ਨਾ ਇੱਥੇ ਮਾੜੀ ਦਾਦੀ ਹੈ ਮੈਂ ਕੱਲਾ ਸੀ ਤਾਂ ਮਾਰ ਖਾਦੀ ਨਾ ਮਾਰੇ ਦਾਦੀ ਨੇ ਮਾਫੀ ਨਾ ਬਣਿਆ ਹੋਇਆ ਕੋਈ ਬੱਚਾ ਦਾਦੀ ਅੱਗੇ ਹੋ ਨਾ ਕਿਆ ਕਰ ਮੈਂ ਕੀ ਮਾੜੀਆਂ ਡੀਆਂ ਪਨ ਬੁੱਢੀ ਪਰ ਹੈ ਦਾਦੀ ਖੈਰ ਹੀ ਤੁਸੀਂ ਨਹੀਂ ਭੱਜੀ ਗਈਆਂ ਤਾਂ ਕੋਈ ਗੱਲ ਨਹੀਂ ਨਾ ਮੈਂ ਤਾਂ ਨੇ ਵਿਆਹ ਵੀ ਕਰਸ਼ਨ ਨਾ ਕਰਸੇ ਤੂੰ ਵਿਆਹ ਜੋਗਾ ਰਹਿਸੇ ਤੂੰ ਵਿਆਹ ਕਰਸੇ ਨਾ ਲੰਮੀਆਂ ਨਸਾ ਲਿਆ ਤੁਹਾਡੀਆਂ ਉਸ ਤੋਂ ਪਹਿਲਾਂ ਹੀ ਮੈਂ ਨਸਾ ਪਰ ਨਹੀਂ ਛੋੜ ਸਾਂ ਅੜੀਆਂ ਨਾਸ਼ਾ ਕੀ ਬਣਸੇ ਆਪਣੀਆਂ ਪਾਨਾਂ ਜਿਹੜੀਆਂ ਬੋੜਾ ਮਾੜਾ ਬਚਾਇਆ ਅੱਲਾ ਮੈਂ ਇਸਕੀ ਮਾਰਨੀ ਹੈ ਮੈਂ ਇਸਕੀ ਦਸਨੀ ਹੈ ਤੂੰ ਜੁਲਣਾ ਮੈਂ ਇਸਨੇ ਹਿਸਾਬ ਕਿਤਾਬ ਕਰਨੀ ਅਰੇ ਟਬਰੇ ਕੀ ਮੈਂ ਖਫਨਾ ਕਰਿਤ ਗਿਆ ਸਾਂ ਮਾਸ਼ੀ ਮੈਂ ਰਮਜ਼ਾਨੀ ਦਾ ਖਾਣਾ ਵੀ ਦੱਬ ਹੈ ਥੋੜੀ ਹੈ ਮੋਟੇ ਮਾਰ ਮਾੜੀ ਗੱਲ ਸੁਣੋ ਜਿਸਲੇ ਤੂੰ ਮਿੱਕੀ ਆਉਣਾ ਸੀ ਰਮਜ਼ਾਨੀ ਬਹੁਤ ਚੰਗਾ ਬਹੁਤ ਅਕਲੇ ਵਾਲਾ ਇਸਾ ਗੱਲਾ ਆਉਣਾ ਸੀ ਪੈਸੇ ਕਿਵੇਂ ਦੇਣੇ ਜੀ ਮੈਂ ਬਾਰਾਂ ਨਾ ਮੰਗਾ ਮੈਂ ਹਰ ਵੇਲਾ ਤੁ ਦੇਣੀ ਰਹਿਣੀ ਆ 10 ਰੁਪਈਏ ਦਸ਼ਨ ਵੀ ਨਾ ਗੁਜ਼ਾਰਾ ਹੋ ਸਕਣਾ ਤੁਸੀਂ ਪੈਟਰੋਲ ਦੇ ਦੇਖੋ ਨਾ ਕਿਆ ਰੇਟ ਹੋ ਗਿਆ ਬਸ ਪੈਟਰੋਲ ਪਰ ਚੱਲਣਾ ਅੱਜ ਤੋਂ ਬਾਅਦ ਕੰਨ ਖੋਲੀ ਸੋਣੀ ਕੀ ਰਮਜ਼ਾਨੀ ਦਾ ਮੈਂ ਰਿਸ਼ਤਾ ਇਸ ਨਾਲ ਨਾ ਕਰਨੀ ਬਸ ਆਹਾਂ ਦਾਦੀ ਕਰੀ ਛੋੜਨ ਤੇ ਮੈਂ ਪੈਸੇ ਮੰਗਸੀ ਮੰਗਸੀ ਮੰਗਾ ਹੀ ਨਾ ਮੰਗਾ ਹੀ ਪੈਸੇ ਗੱਡਾ ਹੈ ਉੱਚਾ ਕੰਡ ਕਰੋ ਹਾਂ ਮੈਂ ਦਾਦੀ ਮੈਂ ਮੁਰੀ ਦੇ ਨਾਲ ਛੱਡ ਦਿੱਤਾ ਕੋ ਹਾਂ ਤਬਾ ਹਾਂ ਮੈਂ ਡਿਊਟੀ ਸ਼ੁਕਰ ਹੈ ਕੋਲੇ ਇਸ ਕੁੜੀ ਤੇ ਹੈ ਤੇ ਪਤਾ ਨਹੀਂ ਕਰੇ ਟਰੱਕ ਡਰਾਈਵਰ ਰਹੀ ਹੈ ਮੈਂ ਮਾਰੀ ਮਾਰੀ ਤੇ ਮਾਰੀਆਂ ਪਰ ਨਹੀਂ ਪਰ ਨਹੀਂ ਛੱਡੀਆਂ ਅਭੀ ਕੀ ਮੈਂ ਤਕਿਆ ਉਹ ਬਖਤੋ ਨੀ ਉਸ ਨਾਲ ਹਾਂ ਤੂੰ ਲਵ ਸੀਨ ਕਰਨੇ ਸੀ ਵੀ ਮੈਂ ਧਮਕੀ ਦਿੱਤੀ ਮੈਂ ਸਭ ਕੋ ਬਤਾ ਦੂੰਗਾ ਸਭ ਕੋ ਦੱਸੂਗਾ ਫਿਰ ਆਣੇ ਦੱਸਿਆ ਨਾ ਦੱਸ ਕਿਆ ਛੱਡਦੀ ਮੈਂ ਮਾੜਾ ਸ਼ੀ ਫੰਗ ਨਾ ਵਿਆਹ ਕਰੋ ਮੈਂ ਬੜਾ ਤੰਗ ਫੰਗਾ ਅੱਛਾ ਹਮਾਰੀ ਦਾਦੀ ਬਖਤੂ ਦੁਆਰਾ ਹੁਆ ਦੋਨੋਂ ਕੀ ਇਸ਼ਕ ਕੀ ਮਸ਼ਰੂਬ ਪਕੜੇ ਗਏ ਅਬ ਜਾ ਕੇ ਮਾਨਾ ਅਗਰ ਨਹੀਂ ਤੋ ਨਹੀਂ ਮਾਨ
ਦਾਦੀ ਦਾੜੀ ਵੈਸੇ ਸ਼ਰੀਫ ਹੈ, ਮਾੜਾ ਪਿਓ ਹੀ ਬੜਾ ਬੜੇ ਵੇ ਨਾ ਸਾਡੇ ਤੂੰ ਪਹਿਲਾਂ ਆਏ ਸੀ ਨਾ ਇਸ ਵਾਸਤੇ ਸਿਆਣੇ ਵੇ ਉਹ ਚਾਹਣੇ ਕਿ ਤੁਹਾਡਾ ਮਾੜਾ ਪਿਆ ਪੈ ਅਸਾਂ ਚਾਈਨਾ ਚਲੇ ਜਾ ਚੀਨ ਚਲੇ ਜਾ ਪਿੱਛੇ ਉਹ ਵਿਆਹ ਖੜਕਾਈ ਕਿ ਨਾ ਮੈਂ ਕਿਹਾ ਠੀਕ ਹੈ ਵਿਆਹ ਕਰੀ ਕਿ ਸਾਂ ਅਸਾਂ ਚਾਈਨਾ ਜਾਣਾ ਹੀ ਨਾ ਵਿਆਹ ਉਹਨਾਂ ਨਾਲ ਆਉਣਾ ਹੀ ਨਹੀਂ ਕਿਆ ਖਿਆਲ ਹੀ ਬੁੱਢੀ ਬਾਰੇ ਹੁਣ ਦੋ ਮੁਰਦੇ ਕੌਣ ਸੰਭਾਲ ਸੀ ਚਾਈਨਾ ਟਾਊਨ ਬਣਾਏ ਕਿਨਸਾਂ ਤੂੰ ਮਿਲੇ ਨਾ ਤੇ ਮੈਂ ਬੜੇ ਬੜੇ ਟਾਊਨ ਬਣਾਏ ਕਿਨਸਾਂ ਕਦੇ ਲੈਫਟ ਟਾਊਨ ਕਦੇ ਰੈਡ ਟਾਊਨ ਕਦੇ ਚਾਈਨਾ ਟਾਊਨ ਰਾਈਟ ਟਾਊਨ ਲੈਫਟ ਟਾਊਨ ਰੈਡ ਟਾਊਨ ਚਾਈਨਾ ਟਾਊਨ ਪਾਕਿਸਤਾਨ ਟਾਊਨ ਸਭ ਬਣਾਏਗੇ ਬੀਜਿੰਗ ਅੱਛਾ ਬੀਜਿੰਗ ਕੁਰਮਚੇ ਸ਼ਿੰਗਾਈ ਤਲਾਗੰਗ ਤਲਾਗੰਗ ਕਹਾਂ ਸੇ ਆ ਗਈ ਤਲਾਗੰਗ ਕੋਈ ਪਤਾ ਨਹੀਂ ਤਲਾਗੰਗ ਮੈਂ ਗੁਲੇ ਹੀ ਵੰਜ ਸੱਜਣਾ ਨਾਲ ਤੇ ਟਿੱਟਰਾਂ ਦੋ ਲੈ ਲੈ ਅੱਛਾ ਠੀਕ ਹੈ ਤੁਮ ਸ਼ਾਦੀ ਖੜਕਾਏ ਨਾ ਮੁਝੇ ਮੈਂ ਵੀ ਮਾੜੀ ਗੱਲ ਪੂਰੀ ਹੋ ਸੀ ਕਿ ਇਹ ਕਿਨ ਸਾਈ ਇਹ ਕਿਨ ਸਾਈ ਇਹ ਕਿਨ ਤੁਮ ਵੀ ਬੋਲੋ ਮੁਝੇ ਮੈਂ ਵੀ ਇਹ ਕਿਨ ਸਾਈ ਇਹ ਕਿਨ ਸਾਈ ਇਹ ਕਿਨ ਓਏ ਇਹ ਮਿਲਦੀ ਆ ਨਾ ਇਹ ਮਿਲਦੀ ਆ ਆਏ ਆਏ ਰਮਜ਼ਾਨੀ ਚਾਈਨਾ ਟਾਊਨ ਆ ਇਹ ਜੇ ਕਰਦੇ ਨੇ ਸਾਗਾ ਨਾ ਵੀ ਪਰ ਟੋੜਨੇ ਪੈਣੇ ਤਨੂਲੇ ਨਾ ਸਾਗ ਆ ਨਾ ਪਤਾ ਹੀ ਨਾ ਪੁਰਾਣੇ ਜ਼ਮਾਨੇ ਚ ਖਾਣੇ ਹੋਣੇ ਸੀ ਹਾਏ 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 ਕਿਆ ਸਵਾਦ ਆ ਯਕੀਨ ਮਨ ਬਖਤੋ ਪੁਰਾਣਾ ਜ਼ਮਾਨਾ ਯਾਦ ਆ ਗਿਆ ਕਿਆ ਗਾਣਾ ਯਾਦ ਆਇਆ ਪੁਰਾਣਾ ਜ਼ਮਾਨਾ ਯਾਦ ਆ ਗਿਆ ਅਲਾ ਪੁਰਾਣਾ ਜ਼ਮਾਨਾ ਹੋ ਨਾ ਉਸਲੇ ਇਹ ਸਾਗ ਤੇ ਇਹ ਅੱਜ ਖਾਣੇ ਹਣ ਚ ਉਹ ਕੜੀ ਖਾਣੇ ਅਲੜੇ ਵਾਲਾ ਸਾਗ ਹੈ ਤਨੂਲੇ ਨਾ ਸਾਗ ਹੁਣ ਤੇ ਲਬੜੇ ਨਹੀਂ ਪਿਆੜੀ ਪੁਰਾਈਆਂ ਮਖਾ ਕੋਰਾ ਚੁਣੀ ਆਣਾ ਤੂੰ ਕੀ ਸਮਝਾਣਿਆ ਸਾ ਪੂਰੇ ਦਿਨ ਕੀ ਸੁਣਾਉਣਾ ਪੈਣਾ ਕਿਹੜੀ ਗਾਂ ਨਹੀਂ ਨਹੀਂ ਮੈਂ ਹੋਰ ਪਾਇਆ ਮੈਂ ਆਖਿਆ ਬਖਤੋ ਇਹ ਨਾ ਕੰਨਾ ਨਾ ਕੋਈ ਇਲਾਜ ਕਰਾਈ ਕਿ ਨਵੇਲੇ ਨਾਲ ਤੁਹਾਡੇ ਨਾਲ ਗੱਲ ਕਰਨੇ ਐਸਾ ਪੂਰੇ ਗ੍ਰਹਿ ਕੀ ਸੁਣਾਉਣਾ ਪੈਣਾ ਕਿਆ ਕਰਾਂ ਥੋੜੀ ਜਿਹੀ ਡੋਰੀ ਆ ਨਾ ਪਦਾਸ਼ੀ ਭਰਾ ਵੀ ਮਾੜਾ ਆਇਆ ਵਾ ਉਹ ਥੋੜਾ ਜਿਹਾ ਤ੍ਰੈਕ ਮਿੰਟ ਉਹ ਵੀ ਜਿਹੜਾ ਨਾ ਲੇਟ ਆ ਇੱਧਰ ਹਾਂ ਉਹ ਇੱਕ ਇਤਨੀ ਸਾਰੀ ਮਸ਼ੀਨ ਆਈ ਵੀ ਨਿੱਕੀ ਜੀ ਇੱਥੇ ਕੰਨੇ 'ਚ ਲਾਓ ਨਾ ਹਾਂ ਉੱਥੇ ਬੰਦਾ ਬੋਲਣਾ ਮੈਂ ਨਾ ਇੱਥੇ ਸੁਣੀ ਕਿੰਨੇ ਹਲਾ ਤੇ ਆਣੀ ਦੇ ਨਕਰ ਹੈ ਆਹੇ ਇਹ ਤੂੰ ਜ਼ਿੰਦਗੀ 'ਚ ਪਹਿਲੀ ਵਾਰੀ ਮਾੜੇ ਨਾਲ ਫਰਮਾਇਸ਼ ਕੀਤੀ ਬਖਤੋ ਹਾਂ ਇੱਕ ਹੋਰ ਗੱਲ ਵੀ ਕਰਨਾ ਚਾਹਣਾ ਸਾ ਤੁਹਾਡੇ ਨਾਲ ਕਹਿ ਇੱਥੇ ਕਿਹੜਾ ਕੋਈ ਸੁਣਨਾ ਪਿਆ ਸੋਨਾ ਕਿਹੜਾ ਪਰ ਸੋਨਾ ਨਹੀਂ ਹਾਂ ਮੈਂ ਆਖਿਆ ਇੱਥੇ ਕਿਹੜਾ ਕੋਈ ਸੁਣਨਾ ਕਹਿ ਮਤਲਬ ਆ ਤੁਹਾਡਾ ਕਿਆ ਆਖਣਾ ਚਾਹਣਾ ਹੈ ਓਹੋ ਮਾੜਾ ਮਤਲਬ ਆ ਕੱਖ ਨਾ ਤੁਹਾਡੇ ਚੀਕੂ ਨਾਲ ਵਿਆਹ ਹੋ ਗਿਆ ਸੀ ਹਾਂ ਹਾਂ ਉਹ ਚਲਾ ਗਿਆ ਸੀ ਜਨਾਨੀ ਕਿ ਨਹੀਂ ਤੈ ਤੂੰ ਕੱਲੀ ਕੱਲੀ ਹੈ ਨਾ ਉਹ ਜਿੱਥੇ ਹੀ ਹੈ ਚੈਣਾ ਨਹੀਂ ਉਹ ਮਾੜੇ ਰਮਜ਼ਾਨੀ ਨਾਲ ਵਿਆਹ ਹੋਣ ਗਿਆ ਸੀ ਨਾ
ਹਾਂ ਉਹ ਚੈਨਾ ਚਲੀ ਗਿਆ ਸੀ ਹਾਂ ਜਾਣੇ ਕੀ ਗਿਣੀ ਦਾ ਫਿਰ ਤੁਹਾਡਾ ਕੁਣਾ ਤੇ ਮਾੜਾ ਕੁਣਾ ਜੇ ਤੂੰ ਬਿਮਾਰ ਹੋਈ ਗਿਆ ਛੇ ਹਾਂ ਤੁਸੀਂ ਕੌਣ ਤੱਕ ਸੀ ਜੇ ਮੈਂ ਬਿਮਾਰ ਹੋਈ ਗਿਆ ਛਾਂ ਤਾਂ ਮਿਗੀ ਕੌਣ ਤੱਕ ਸੀ ਨਹੀਂ ਮਤਲਬ ਕਿਆ ਤੁਹਾਡਾ ਕੌਣ ਤੱਕ ਸੀ ਡਾਕਟਰ ਅੱਛੀ ਤੱਕ ਸੀ ਨਾ ਅਬ ਬਿਮਾਰ ਹੋ ਸੇ ਤਾਂ ਡਾਕਟਰ ਕੋਲ ਕਿਸ ਰਹਿ ਗਿਆ ਸੇ ਕਿਆ ਵਾ ਡਾਕਟਰ ਕੀ ਮੈਂ ਆਖਿਆ ਬਿਮਾਰ ਹੋ ਗਈ ਹੈ ਤੈ ਹਾਂ ਡਾਕਟਰ ਕੋਲ ਕਿਸ ਰਹਿ ਗਿਆ ਸੇ ਕੋਈ ਬੰਦਾ ਉਸੀ ਤਾਂ ਖੜਸੀ ਨਾ ਫਿਰ ਕਿਆ ਮਤਲਬ ਆ ਤੁਹਾਡਾ ਫਿਰ ਕੋ ਖੜਸੀ ਉਹ ਮਾੜਾ ਤੂੰ ਕੀ ਸਮਝਾਣਿਆ ਤਾਂ ਪੂਰਾ ਗ੍ਰਾਂ ਸੁਣਾਉਣਾ ਪੈਣਾ ਤੈ ਆ ਨਾ ਬੋਲ ਪੁੱਛਣੀਆਂ ਥੋੜਾ ਥੋੜਾ ਇੱਧਰ ਹਾਂ ਮਾੜਾ ਮਤਲਬ ਇਹ ਹੈ ਕਿ ਮੈਂ ਵੀ ਇੱਧਰ ਹਾਂ ਕਿਆ ਮਤਲਬ ਉਹ ਕਿਆ ਤਰ੍ਹਾਂ ਹੈ ਕੱਟੇ ਯਾਰ ਦੰਦ ਕੱਢਣਾ ਹੈ ਸਮਝਿਆ ਕਰਨਾ ਬਖਤੋ ਇੱਧਰ ਹਾਂ ਕਿਆ ਮਤਲਬ ਤੁਹਾਡਾ ਵਿਆਹ ਕਰ ਛੇ ਮਾੜੇ ਨਾਲ ਨਹੀਂ ਹੋਰ ਮੈਂ ਕਿਆ ਬਣਾ ਪਿਆ ਸੋਚੀ ਕਹਿਣਾ ਇਧਰ ਇਤਨੀ ਲੰਮੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰ ਸੇ ਚਲੀਏ ਕਹਿ ਦੱਸਾਂ ਐ ਆਈ ਹੈ ਨਾ ਗੱਲ ਇਸਰੇ ਮਾੜਾ ਮੀਆਂ ਮਰਿਆ ਨਾ ਹਾਏ ਤੇ ਉਹ ਦਿਹਾੜੇ ਤੇ ਦਿਹਾੜੇ ਜ਼ਿੰਦਗੀ ਕੱਲੀ ਗੁਜ਼ਾਰਨੀ ਆ ਵੀ ਆਣੇ ਸੀਆਂ ਕੋਈ ਹੁਣ ਮਰੀ ਗਈਆਂ ਤਾਂ ਕੌਣ ਸੰਭਾਲ ਸੀ ਮੀ ਗੱਲ ਦੱਸ ਹਾਂ ਜਿਵੇਂ ਤੁਹਾਡਾ ਘਰ ਵਾਲਾ ਮਰਿਆ ਹਾਂ ਸਾਰੇ ਲੋਕ ਆਏ ਰੋਣੇ ਵਾਸਤੇ ਹਾਂ ਉਸ ਤੋਂ ਬਾਅਦ ਤੁਹਾਡੇ ਵਿਹੜੇ 'ਚ ਕੋਈ ਵੜਿਆ ਕੋਈ ਵੀ ਨਹੀਂ ਆਇਆ ਕੋਈ ਨਾ ਵੜਿਆ ਨਹੀਂ ਆਇਆ ਆਏ ਜੀਵਨ ਸਾਥੀ ਨਾਲ ਹੀ ਬਾਹਰ ਆਈਆਂ ਸਮਝਿਆ ਕਰ ਬਖਤੋ ਵਾਸਤੇ ਬੋਲ ਨੰਗਾਰ ਕੁੱਠਿਆ ਕੋਈ ਸੁਣੀ ਗਿਆ ਸੀ ਤਾਂ ਤੂੰ ਜੇ ਉੱਚੀ ਸੁਣਨੀ ਹੈ ਤਾਂ ਮੈਂ ਹੁਣ ਕਿਆ ਕਰਾਂ ਅੱਡਾ ਮਾੜੀ ਗੱਲ ਸੁਣੋ ਕੋਰਾ ਕੋਰਾ ਮੈਂ ਵੀ ਸੋਚਨੀ ਸੀ ਤੁਹਾਡੇ ਬਾਰੇ 'ਚ ਹਾਂ ਆਖਣੀ ਆਉਣੀ ਸੀ ਕੋਰਾ ਇਹ ਕੋਰਾ ਤੂੰ ਵੀ ਛੜਾ ਹੈ ਰੰਡਾ ਹੋਇਆ ਹੈ ਤੇ ਮੈਂ ਵੀ ਬੇਵਾ ਹੋਈ ਹਾਂ ਬਾਬਾ ਕਹਿ ਬਾਈ ਓਏ ਮੈਂ ਤਾਂ ਆਪਣਾ ਪਾਸਪੋਰਟ ਵੀ ਫਾੜੀ ਛੋੜਿਆ ਟਿਕਟ ਵੀ ਜ਼ਾਇਆ ਕਰੀ ਸੱਟੀ ਦਿਨਾਰ ਵੀ ਬੁੱਕੀ ਗਏ ਸੋਚਿਆ ਸੀ ਕੋਈ ਚੋਰੀਆਂ ਕਰਸਾਂ ਦਿਹਾੜ ਚੰਗੀ ਲੱਗੀ ਜਾਣੀ ਕੋਈ ਖਰਚਾ ਪਾਣੀ ਬਣਨਾ ਰਿਹਾ ਸੀ ਕਹਿ ਕਰਾਂ ਵਾ ਜਿੱਧਰ ਪੈਰ ਬਣਿਆ ਉੱਧਰ ਹੀ ਕੋਈ ਨਾ ਕੋਈ ਪੋਠੀ ਆਉਣਾ ਐਂ ਵਾ ਅਗਲੇ ਦਿਨ ਕੁੱਕੜੀ 'ਚ ਪਾਉਣ ਗਏ ਉੱਧਰ ਮਗਰ ਲੱਗੀ ਗਏ ਉਹ ਕਹਿੰਦੇ ਨੇ ਘਰ ਗਏ ਬਹੁਤ ਸੁੱਤੇ ਸੀ ਜੋਈ ਮੈਂ ਕੰਨ ਤਰੱਪੀ ਪੜ੍ਹ ਲਈ ਸਾਰੇ ਉੱਠ ਕੇ ਪਏ ਨੇ ਉੱਥੋਂ ਵੀ ਨਸਿਆ ਉਹ ਕਿਹਾ ਹੀ ਮੈਂ ਉਸਨੇ ਕਿਹਾ ਆਖੀ ਨੇ ਉਹ ਸ਼ੇਰੂ ਨੇ ਘਰ ਉਹ ਕਾਲੀ ਜੀ ਕਾਈ ਕਲੂਟਣੀ ਜੀ ਮਿਕੀ ਤਾਣੇ ਵੀ ਮਾਰੇ ਅਪਰੂ ਲੱਤਾਂ ਦਾ ਮੁੱਕੇ ਵੀ ਮਾਰੇ ਕਸਮੇ ਪਸਲੀਆਂ ਝਾਲੇ ਵੀ ਦਰਦ ਹੋਣਾ ਪਿਆ ਕੋਈ ਸਮਝ ਨਹੀਂ ਲੱਗਣੀ ਹੁਣ ਮੈਂ ਕਰਾਂ ਤੇ ਕਰਾਂ ਕਹਿ ਵੇ ਗੱਲ ਸੁਣ ਮਾੜੀ ਜਦ ਤੱਕ ਗ੍ਰਾਏ ਨਾ ਕੋਈ ਬੰਦਾ ਨਾ ਹੋਵੇ ਨਾ ਵਿੱਚ ਭੇਜੀ ਤਾਂ ਗ੍ਰਾਏ ਵੀ ਚੋਰੀ ਨਹੀਂ ਹੋਈ ਸਕਦੀ ਗ੍ਰਾਏ ਨਾ ਕੋਈ ਬੰਦਾ ਵਿੱਚ ਬਣੇ ਘਰ ਤਾਂ ਆਹਣੇ ਨੂੰ ਮਿਸਾਲ ਦਿੱਤੀ ਨੇ ਬਾਈ ਘਰ ਕਾ ਪੈਂਦੀ ਤਾਂ ਲੰਕਾ ਟਾਏ ਬਾਬਾ ਗੱਲ ਸੁਣਿਆ ਆਹ ਜੀ ਅਸਲਾਮ ਅਲੈਕੁਮ ਗੱਲ ਬਹੁਤ ਆਉਂਦੇ ਜੀ ਪਹਿਲੀ ਵਾਰੀ ਨੀ ਤੱਕਿਆ ਨੇ ਅਸਲ ਪਛਾਣਿਆ ਨੀ ਨੇ ਮੈਂ ਜ਼ਰਾ ਪਤਾ ਨਾ ਦੁਬਈ ਸ਼ਹੀ ਤੁਰੀ ਗਿਆ ਸਨ ਬਹੁਤ ਚਿਰਾ ਬਾਅਦ ਆਇਆ ਨੇ ਭਾਪਾ ਹੈ ਮਾੜੇ ਪਰਲੇ ਗ੍ਰਾਂ ਰਹਿਣੇ ਉਹ ਬੋਲ ਕਸੀ ਕੋਲ ਜਿਹੜਾ ਘਰ ਆ ਹੁਣ ਅੱਜ ਕੱਲ੍ਹ ਇੱਧਰ ਆਈ ਗਏ ਗਿਆ ਨਾ ਤੇ ਸੁਣਾਓ ਕਿਆ ਮੁਕਾਮ ਸ਼ਾਰ ਕਰ ਇਹ ਨਾ ਯਕੀਨ ਨਾ ਹੱਥ ਲਾ ਨਾ ਕਰੰਟ ਲੱਗਣਾ ਹੀ ਨਾ ਕੀ ਕਰਨਾ ਹੈ ਸ਼ੇਰੂ ਨਾ ਬਖਤੋ ਹਾਂ ਮੈਂ ਵੀ ਤੁਹਾਡੇ ਨਾਲ ਗੱਲ ਕਰਨਾ ਚਾਹਣਾ ਸਾਂ ਇਸ ਵਾਸਤੇ ਮੈਂ ਕੋਈ ਮੌਕਾ ਹੀ ਨਹੀਂ ਸਾ ਪਿਆ ਮਿਲਣੋ ਹੁਣ ਤੂੰ ਕਲਿਓ ਸਾਗ ਬਈ ਖੁਣੀ ਹੈ ਤੇ ਮੈਂ ਆਖਿਆ ਚਲੋ ਗੱਲ ਕਰੀ ਕਿ ਨਾ ਸੋਚੀ ਕਿ ਨਾ ਮਾੜੇ ਬਾਰੇ ਸੋਚਿਆ ਜ਼ਰੂਰ ਯਕੀਨ ਮਨ ਇੱਧਰ ਤੂੰ ਵੀ ਸੁਖੀ ਰਹਿ ਸੀ ਮੈਂ ਵੀ ਸੁਖੀ ਰਹਿ ਸਾਂ
ਸ਼ੇਰੂ ਇਹ ਨਾ ਆਖਿਆ ਕਿ ਮੈਂ ਤੁਹਾਡੇ ਨਾਲ ਨਸੀ ਗੱਛਾ, ਮੈਂ ਆਪਣੇ ਖਾਨਦਾਨ ਨੀ ਤੇ ਮੋ ਪਿਓ ਨੀ ਇੱਜ਼ਤ ਕੀ ਬੋਲਣਾ ਨਾ ਇਹ ਜਾਣੀ। ਓਹੋ ਚਲੀਏ, ਮੈਂ ਕਦੋਂ ਤੁਸੀਂ ਆਖਿਆ ਨਸੀ ਜੁਲਸਾਂ ਇੱਧਰ ਮਾਂ ਪਿਓ ਜੀਣੇ ਹੋਣ ਨਾ ਤਾਂ ਧੀਆਂ ਪੁੱਤਰਾਂ ਨੇ ਰਿਸ਼ਤੇ ਤੈਅ ਕਰਨੇ, ਸਾਡਾ ਤਾਂ ਕੋਈ ਨਹੀਂ ਨਾ ਅੱਲਾਹ ਤੋਂ ਇਲਾਵਾ। ਇੱਧਰ ਅੱਲਾਹ ਨੇ ਆਸਰੇ ਬਰਜੁਲੇ ਆ ਮੌਲਵੀ ਹੋਰਾਂ ਕੋਲ, ਮਸੀਤੀ ਜੀ ਬਹਿਦਾ ਦੋ ਕਲਮੇ ਪੜੀਦਾ, ਇੱਧਰ ਸ਼ਰੀਅਤ ਕਰੀ ਕਿੰਨੇ ਆ, ਮੈਂ ਕਿਹੜਾ ਜ਼ੇਵਰ ਬਣਾ ਜਾਂ ਦਾਜ ਦੇਣਾ ਤੂੰ, ਤੁਹਾਡਾ ਕੋਣਾ ਦਾਜ ਦੇਣ ਵਾਲਾ, ਮਾੜਾ ਕੋਣਾ ਜ਼ੇਵਰ ਬਣਨ ਵਾਲਾ। ਉੱਥੇ ਰਿਆ ਗੱਲ ਮਾੜੇ ਦਿਲਾਂ ਨਹੀਂ ਕੀਤੀ, ਐਵੇਂ ਕੋਰਾ ਸੋਚ ਨਹੀਂ ਆਉਣੀ ਸੀ ਕਿ ਕੋਰਾ ਸ਼ੇਰੂ ਕੀ ਕੋਰਾ ਆਪੋ ਹੀ ਮਤਾ ਖਿਆਲ ਰੱਖੇ। ਵੈਸੇ ਗੱਲ ਸੁਣ, ਜਿਸਦਾ ਵਿਆਹ ਹੋਇਆ ਨਾ ਮਾੜਾ ਨਾ ਤਾਂ ਮੈਂ ਵੀ ਤੁਕੀ ਬਹੁ ਤੱਕਣੀ ਆਉਣੀ ਸੀ। ਜੈਸੂ ਪਹਿਲੂ ਤੂੰ, ਹਾਂ ਯਕੀਨ ਮਨ ਤੂੰ ਰਾਤੀ ਖਵਾਬ ਚ ਆਈਏ ਨਾ, ਹਾਂ ਤੂੰ ਬਹੁਤੀ ਬਣਤੀ ਵੀ ਹੈ। ਹਾਏ ਲੋਟੀ ਯਕੀਨ ਮਨ ਕਿਤਨੀ ਸੋਹਣੀ ਲੱਗਣੀ ਉਹ ਸਾ, ਤੇ ਮੈਂ ਇਧਰ ਕਿਆ ਬਣਤੀ ਵੀ ਆ ਬਹੁਤੀ ਬਹੁਤੀ। ਹਾਏ ਬਹੁਤੀਆ ਲੈ ਆ ਭਾਈ, ਬਸ ਇਹ ਕੋਈ ਥੋੜੀਆਂ ਬੁੱਧੀਆਂ ਗੁਜ਼ਾਰੀਆਂ ਲੱਗ ਜਾਂਦੀਆਂ ਅੱਜ ਕੱਲ੍ਹ, ਨਹੀਂ ਪਤਾ ਇਹ ਬੜੀ ਬੇਰੋਜ਼ਗਾਰੀ ਹੈ, ਹਰ ਬੰਦਾ ਮਜਬੂਰ ਹੈ। ਕੋਲ ਉਸ ਕੋ ਥਰੇਣੇ ਹੋ, ਮੈਂ ਨਾਲ ਮੜਾ ਭਰੇ ਘਰ ਅੱਲਾ ਦਾ ਇਸੇ ਗ੍ਰਾਈਨ ਹੈ, ਉਹ ਗ੍ਰਾਈਨ ਹੈ ਠਹਿਰ ਗਾ ਇਸੇ ਗ੍ਰਾਈਨ ਹੈ ਵਾ ਬਾਬਾ, ਕਿਆ ਲੱਭਣਾ ਵਾ ਦਿਹਾੜੀਆਂ ਚ, ਪੂਰੇ ਦਿਹਾੜੀਆਂ ਬਣਿਆ ਰਹੋ, ਰੁਪਈਆ ਸ਼ਾਮੀ 500 ਨਾਲ ਲੱਭਣਾ, ਆਪਾਂ ਕਿ ਵੀ ਤਰੋੜੋ ਤੇ ਜਾਣ ਵੀ ਖਤਮ ਕਰੋ। ਮੈਂ ਆਖਣਾ ਨੇ ਵੀ ਮਸ਼ਰਾ ਸਾਡੇ ਕੋਲ ਬੜਾ ਚੰਗਾ ਨੇ, ਨਾਲ ਰਲੀ ਜੋ ਸਾੜੇ ਰਲੀ ਮਿਲੀ ਤਾਂ ਜਿਲ੍ਹਾ ਕੰਮ ਵਾਹਿਆ ਨਾ ਲੱਗਿਆ, ਤੁਸਾਂ ਇਹ ਮਹੀਨੇ ਨੇ ਤੁਸਾਂ ਦਿਹਾੜੀਆਂ ਪ੍ਰਾਪਰ ਵੀ ਲਾਓ ਨਾ ਤਾਂ 20,000 ਰੁਪਇਆ ਨਹੀਂ ਬਣਨਾ, ਸਾਡੇ ਨਾਲ ਰਾਤ ਲਾਸੋ ਸਵੇਰੇ ਉੱਠੀ 30,000 ਉਹ ਪਏ ਆ ਨੇ। ਉਹ ਕਿਹੜਾ ਕਾਰੋਬਾਰ ਹੈ? ਭੈਣਾ ਜੀ ਇਹ ਅੱਜ ਕੱਲ੍ਹ ਪਤਾ ਨਹੀਂ ਮਹਿੰਗਾਈ ਨੇ ਦੌਰ ਹੈ ਜਿੱਥੇ ਹਰ ਚੀਜ਼ ਮਹਿੰਗੀ ਹੋਈ, ਡੰਗਰਾਂ ਨੇ ਰੇਟ ਤਾਂ ਸਮਾਣਾ ਪਰ ਚੜੀ ਗਏ, ਬੱਕਰੀ ਹਾਡੀ ਜੀ ਕਿੰਨੇ ਦਾ ਜਾਓ ਨਾ ਕਸਮ ਹੈ 30,000 ਹਜ਼ਾਰਾਂ ਨਹੀਂ, ਹੋਰ ਤਾਂ ਹੋਰ ਹੈ ਕਿਸੇ ਨੇ ਪੱਛਾ ਖੋਲੀ ਕਿਣੋ ਨਾ ਰੁਪਈਆ ਲੱਖ ਉਹ ਪਏ ਆ ਨੇ। ਵਧੀਆ ਕੰਮ ਨੇ, ਮੈਂ ਆਉਣਾ ਬਸ ਤੁਸਾਂ ਇਤਨਾ ਜਿਹਾ ਕੰਮ ਕਰਨਾ ਬਈ ਅੱਗੇ ਪਿੱਛੇ ਗਰਾਂ ਫਿਰੀ ਭੇਤ ਲਾਉਣਾ, ਕਿਹੜੇ ਬੰਦੇ ਨੇ ਡੰਗਰ ਲੁਕੇ, ਕਿਹੜੇ ਪਾਸੇ ਚਰਨੇ ਪਏ, ਕਿਹੜੇ ਪਾਸੇ ਘਰ ਬੰਦਾ ਕੋਈ ਨਹੀਂ, ਕਿਤੋਂ ਅਸਾਂ ਆਰਾਮ ਨਾਲ ਕੋਈ ਬੱਕਰੀ ਕੋਈ ਮੰਝ ਕੋਈ ਗਾਂ ਕੋਈ ਖੋਤੀ ਕੋਈ ਜਿਹੜੀ ਵੀ ਗੱਲ ਵੈ ਕੁੱਕੜ ਵੀ ਵੈ ਤਾਂ ਚੱਲ ਸੀ, ਤੁਸਾਂ ਖਾਲੀ ਅਸਾਂ ਕੀ ਦੱਸਣੇ ਜੋ ਚਾਣਾ ਕੋ ਫਿਰ ਤੱਕੋ ਬਈ ਮੈਂ ਚਾਣਾ ਬੜੀ ਡੈਡੀ ਸਮਝੀ ਅਯਾਸ਼ੀ ਮਰਥੋ ਅਯਾਸ਼ੀ ਦਿਮਾਗ ਨੀ ਗੱਲ ਹੀ ਲੱਭੀ ਗਏ ਹੋ, ਇਹ ਕਸਮ ਹੈ ਬਹੁਤ ਡਾਢਾ ਕੰਮ ਦੱਸਿਆ ਤੁਸਾਂ ਕਿ ਰਾਤ ਖਾਲੀ ਤੁਸਾਂ 2-4 ਘੰਟੇ ਜਾਗਣਾ, ਸਵੇਰਾ ਰੁਪਈਆ ਲੱਖ ਹੋ ਪਿਆ ਨੇ, 10,000 ਬੜਾ ਫਿੱਟ ਕੰਮ ਹੈ ਜੀ, ਇਸ ਤੋਂ ਫਿੱਟ ਕੰਮ ਹੋ ਹੀ ਨਹੀਂ ਸਕਣਾ ਨੇ, ਤੁਸਾਂ ਫਿਰ ਰਲੋ ਸਹੀ ਸਾਡੇ ਨਾਲ, ਕਿਆ ਸੋਚਣੇ ਹੋ ਫਿਰ? ਆਖਿਆ ਮੈਂ ਸਮਝਿਆ ਆਖਿਆ ਖੋਤੀ ਬਣਤੀ ਹੈ, ਪੁੱਠਾ ਹੀ ਸੁਣਨੀ ਹੈ ਤੁਸੀਂ ਸੁਣਾਣੇ ਵਾਸਤੇ ਵੀ ਪੂਰਾ ਗ੍ਰਾਂ ਚਾਹੀਦਾ ਨਾ, ਮਾੜੀ ਗੱਲ ਸੁਣ, ਯਕੀਨ ਮਨ ਮੈਂ ਘੋੜੇ ਪਰ ਆਇਆ ਇੱਧਰ ਐ ਸੇਰਾ ਵਧਾ ਵਾ ਹੈ, ਇੱਥੋਂ ਹੀ ਲੜੀਆਂ ਚਾਹੀਦਾ ਐਂ ਐ ਇਤਰਾ ਪਤਾ ਲੱਗਣਾ ਸੀ ਮਾਮਾ ਮੂਦਾ ਪਗਿਆੜ ਹਾਏ ਇਹ ਮਾਮਾ ਮੂਦਾ ਪਗਿਆੜ ਵਿੱਚ ਕੁਥਾ ਕਿ ਨਹੀਂ ਆਈਆਂ ਐਡੇ ਸੋਹਣੀਆਂ ਗੱਲਾਂ ਬਣੇ ਜਾਵੇ, ਮੈਂ ਕੀ ਕਰਾਂ ਜਿਸ ਤੇ ਆਈਆਂ ਕੱਢਣਾ ਨੇ ਤਰੇ ਕੱਟੇ ਯਾਰ ਮੂੰਹ
ਮਾੜੇ ਕਰ ਵੀ ਆਪੂ ਅੱਛੀਆਂ ਬਾਣੇ ਨਾਲ ਸਮਝਿਆ ਕਰਨਾ ਮੇਰੀ ਸਾਗ ਪੱਟਣੇ ਬਣੇ ਜੀ ਆਲਾ ਰਾਤੀ ਐਸਾ ਹੀ ਸਾਗ ਦੇਣ ਸ਼ੇਰੂ ਮਾਰੇ ਨਾਲ ਗੱਲ ਕੀਤੀ ਮਾਰੇ ਦਿਲੇ ਦੀਆਂ ਟਲੀਆਂ ਵੱਜੀਆਂ ਸਾਗ ਬਹੁਆ ਦਿੱਲੀਆਂ ਘਰ ਹੋਣੀ ਨਾ ਸਾਗਾ ਕੀਤਾ ਸ਼ੇਰੂ ਨੇ ਘਰ ਦੇਖਾ ਨਹੀਂ ਸ਼ੇਰੂ ਮਾਰੇ ਨਾਲ ਗੱਲ ਪਾਈ ਅਤੇ ਦਿਲੇ ਦੀਆਂ ਟਲੀਆਂ ਵੱਜੀਆਂ ਬੜਾ ਕੁਝ ਕਹਿਣਗੀਆਂ ਅੱਖੀਆਂ ਹਾਏ ਇਸ ਤਰ੍ਹਾਂ ਪਤਾ ਲੱਗਣਾ ਦਿਲ ਜਵਾਨ ਹੋਈ ਗਿਆ ਮੈਂ 16 ਸਾਲਾਂ ਨਹੀਂ ਹੋਈ ਗਈ ਹਾਏ ਵਾਹ ਸ਼ੇਰੂ ਜਾਣੇ ਨਿਆ ਪੁੱਤਰਾ ਜੀਣਾ ਰਹੋ ਤੱਕਿਆ ਪਾਣੀ ਪਾ ਲਾਈਆਂ ਤੇ ਮੈਂ ਆਖਾ ਸ਼ੇਰੂ ਕੀ ਗੱਠੀ ਤੇ ਪਾਣੀ ਦੇ ਬੋਲ ਨਾ ਕੋਈ ਸੁਣਸੀ ਚੀਜ਼ ਨੇ ਜੋਗਿਆ ਤੁਕੀ ਵੀ ਸੁਣਾਉਣੇ ਵਾਸਤੇ ਪੂਰਾ ਗਾਉਣਾ ਚਾਹੀਦਾ ਉਹਨੂੰ ਵਾਸਤੇ ਮਾੜੀ ਗੱਲ ਸੁਣ ਮੈਂ ਪੂਰੀ ਰਾਤ ਹੀ ਸੋਚਣੀ ਰਹੀ ਹਾਂ ਤਾੜੇ ਬਾਰੇ ਸਾਰੀ ਰਾਤ ਹੀ ਮਿੱਕੀ ਨੀਂਦਰ ਨਹੀਂ ਪਈ ਹਾਏ ਮੈਂ ਹੀ ਸੋਚਣੀ ਰਹੀ ਹਾਂ ਸ਼ੇਰੂ ਆਖਿਆ ਸਾ ਆਖੇ ਸੋਚੀ ਤਾਂ ਦੱਸਿਆ ਏ ਅਤੇ ਮੈਂ ਸੋਚਿਆ ਕਹਿ ਸੋਚਿਆ ਜੀ ਮੈਂ ਆਖਿਆ ਜੇ ਨਹੀਂ ਕੋਈ ਤਾਂ ਕੱਲ੍ਹ ਗੌਰ ਖਫੰਡ ਕੌਣ ਕਰਸੀ ਤੂੰ ਅਸੀਂ ਮੈਂ ਤੁਹਾਡਾ ਆਸਰਾ ਤੂੰ ਮਾੜਾ ਆਸਰਾ ਅਤੇ ਬਹੁਤ ਚੰਗਾ ਸੋਚਿਆ ਜੀ ਹਾਂ ਹਾਂ ਯਕੀਨ ਮੰਨੋ ਹਾਂ ਇੱਧਰ ਇੱਕ ਅੱਲਾ ਵੀ ਰਾਜ਼ੀ ਹੋ ਗਿਆ ਸੀ ਪਾਣੀ ਬਹਾ ਨਾ ਪਹਿਲੇ ਅੱਜ ਬਹੁਤ ਗਰਮੀ ਹੈ ਯਕੀਨ ਮਨ ਬਖਤੋ ਗਰਮੀ ਮੈਂ ਤੁਮਾਰੀ ਛੋੜੀ ਆਪਣੇ ਹੱਥਾਂ ਪਾਣੀ ਪਿਲਾ ਆਪਣੇ ਹੱਥਾਂ ਨਾਲ ਪਾਣੀ ਪਿਲਾ ਇਹਨਾਂ ਤਾੜੀ ਧਰਿਆਈ ਬੋਗੀ ਚੱਕ
ਪਾਣੀਆਂ ਦਾ ਮਜ਼ਾ ਆਇਆ ਨਾ। ਮੈਂ ਕਹਿਣਾ ਇਸ ਤਰ੍ਹਾਂ ਪਤਾ ਲੱਗਣਾ ਜਿਸ ਤਰ੍ਹਾਂ ਵਿੱਚ ਸ਼ੱਕਰ ਬਾਈ ਆ। ਹਾਏ ਲੱਕੜ ਬਾਈ ਸ਼ੱਕਰੂ ਵਾਲਾ ਸ਼ਰਬਤ ਨਹੀਂ ਬਣਾਉਣੇ ਹੋਣੇ ਸੀ ਆ ਨਿੱਕਿਓ। ਹਾਏ ਉਹ ਲੱਗਣਾ ਹਾਂ ਮਾੜਿਆ ਹੱਥਾਂ ਨਾਲ ਪੀ ਹੁਣ ਕੁਮਾਰਾ ਤੇ ਨਾ ਆਖੀ ਸਕੜੀ। ਪਾਣੀ ਦੇ ਗੱਛੋ ਪਾਣੀ ਨੀ ਗੱਲਾਂ ਇਸ਼ਕ ਮਸ਼ੂਕੀਆਂ ਚੱਲਣੀਆਂ। ਕਿਹੜੀਆਂ ਸਜ਼ੂਕੀਆਂ ਚੱਲਣੀਆਂ? ਸਜ਼ੂਕੀਆਂ ਨੀ ਇਸ਼ਕ ਮਸ਼ੂਕੀਆਂ। ਕੋਈ ਨੀ ਚੱਲਣੀਆਂ। ਪੁੱਤਰ ਗੱਲ ਸੁਣ ਮਾੜੀ ਇਸ ਤਰ੍ਹਾਂ ਨੀ ਬਾਈ ਨਾ ਬੜਿਆਂ ਦੀਆਂ ਗੱਲਾਂ ਚ ਨੀ ਬੋਲੀ ਨਾ ਤੂੰ ਨਿੱਕਾ ਜਾ ਲੈ। ਅੱਛਾ ਮਿਗੀ ਉਹ ਕੇ ਦੱਸੋ ਪੁੱਛ ਚਾਚਾ ਸ਼ੇਰੂ ਜੀ ਉਹ ਮਾੜੀ ਮਸ਼ਹੂਮ ਦਾਦੀ ਕੀ ਤੁਸੀਂ ਡੋਰੇ ਪਾਉਂਦੇ ਹੋ ਉਹ ਤੁਸਾਂ ਤਾਂ ਦੁਨੀਆ ਫੇਰੀ ਵੇ ਉਹ ਤੁਸਾਂ ਤਾਂ ਕੋਈ ਸ਼ਰਮ ਕਰੋ ਮਾੜੀ ਦਾਦੀ ਦੀ ਜਿਹੜੀ ਮਸ਼ਹੂਮ ਹੀ ਇਹ ਤਾਂ ਕਦੇ ਘਰਾਂ ਬਾਹਰ ਹੈ ਨਹੀਂ ਨਿਕਲੀ ਤੇ ਇਸਕੀ ਡੋਗਰੀ ਚ ਨਹੀਂ ਤਾਂ ਆ ਰਹੇ ਹੋ। ਔਰ ਮੈਂ ਤਾਂ ਇਹ ਖਕੜੀਆਂ ਕੱਢਣਾ ਸਨ ਪਿਆ ਪੁੱਤਰ ਇਹ ਤੱਕ ਨਾ ਮੱਕਾ ਚ ਹੋ ਗਈਆਂ ਗਲਾਸ਼ਾਂ ਨਾਲ ਪਲਾਨੇ ਹੋ। ਮੈਂ ਤੇ ਸਾਰੇ ਗ੍ਰਹਿ ਕੀ ਦੱਸਾਂ ਮੈਂ ਤੇ ਸਾਰੇ ਗ੍ਰਹਿ ਕੀ ਦੱਸਾਂ ਮੈਂ ਸਾਰੇ ਗ੍ਰਹਿ ਕੀ ਦੱਸਾਂ ਮੇਰਾ ਪੁੱਤਰ ਉਹ ਮੇਰਾ ਪੁੱਤਰ ਨਾ ਦੱਸਿਆ ਇਧਰ ਮਾੜੀ ਚੀਕੋ ਮਾੜੀ ਗੱਲ ਸੁਣਾ ਮੇਰਾ ਪੁੱਤਰ ਟਾਫੀ ਖਾ ਕਮ ਦੇਖੋ ਇਤਨਾ ਬੜਾ ਤੇ ਇੱਕ ਟਾਫੀ ਮੈਂ ਤੇ ਗ੍ਰਹਿ ਦਾਦੀ ਗੱਲ ਸੁਣੋ ਪੈਟਰੋਲਾ ਦਾ ਰੇਟ ਕਿਤਨਾ ਹੋ ਗਿਆ ਇੱਕ ਟਾਫੀ ਵਾਰਾ ਖਾਣੀ ਮੈਂ ਪੈਟਰੋਲਾ ਪਰ ਚੱਲਣ ਨਾ ਚੱਲ ਮਾੜੀ ਮਰਜ਼ੀ ਪੁੱਤਰ ਇਹ ਟਾਫੀ ਕਿਨ ਇਹ ਪਕੜੋ ਤੇ ਇਹ ਨਾਲ 10 ਰੁਪਏ ਦਾਦੀ ਜੁਸ਼ਾ ਮੈਂ ਦੱਸੋ ਇਹ 10 ਰੁਪਏ ਦਾ ਕੰਮ ਥਿਆ ਮੈਂ ਨਾ ਕਿੰਨਾ ਕਹਿ ਮੈਂ ਗ੍ਰਹਿ ਕੀ ਦੱਸੋ ਮਾੜੇ ਕੋਲ ਵੀ ਪੈਸੇ ਚਾਹੀਦੇ ਪਰ ਕਿਸੇ ਬੰਦੇ ਕੀ ਨਾ ਦੱਸਿਆ ਇਹ ਰੋਲਾ ਪਈ ਗਿਆ ਸੀ ਇਹ ਪੂਰੇ ਗ੍ਰਹਿ ਜਾਨ ਫਸੀ ਗਈ ਬਗਦੋ ਇਹ ਵੀ ਚਾਹੀ ਕਿ ਇਹ ਤੱਕ ਇਹ ਵੀ ਚਾਹੀ ਕਿ ਇਹ ਟਾਫੀ ਵੀ ਚਾਹੀ ਕਿ ਕੀ 20 ਰੁਪਏ ਤੇ ਇੱਕ ਟਾਫੀ ਆਏ ਕਾ ਕਰਾਂ ਉਹ ਪੈਟਰੋਲਾ ਦਾ ਰੋਡ ਤੁਸੀਂ ਦੇਖੋ ਮੈਂ ਤਾਂ ਕਿਸੇ ਮਸੀਤੀ ਚ ਐਲਾਨ ਕਰਾਸਾ ਇਹ ਕਿੰਨਾ ਮੈਂ ਬੰਦੋ ਹਾਲ ਕਰਾਇਆ ਸੀ ਕੋਲ ਪੁੱਛ ਕਿਹੜਾ ਤੂੰ ਪੈਟਰੋਲਾ ਪਰ ਚੱਲਣਾ ਓਏ ਮਾੜੀ ਗੱਲ ਸੁਣੋ ਇਹ ਕੋਈ ਹੋਰ ਪੈਸੇ ਤੇ ਨਹੀਂ ਦਿੰਦਾ ਇਸ ਨਾਲ ਮੈਂ ਪੂਰਾ 50 ਰੁਪਿਆ ਕਿ ਨਿਸ਼ਾਨ ਹੈ ਪਹਿਲਾਂ ਦੱਸਿਆ ਓਏ ਗੱਲ ਸੁਣ ਜ਼ਿਆਦਾ ਕੀਆ ਓਏ ਉਹ ਕੰਮ ਹੀ ਤੇ ਦੇਖੋ ਕੰਮ ਨੇ ਸ਼ਾਬ ਨਾਲ ਚੀਕੂ ਪੈਸੇ ਕਿੰਨਾ ਨਾ ਚੀਕੂ ਇਹ ਗੱਲ ਇਹ ਪੁੱਤਰ ਤੁਹਾਡੇ 50 ਰੁਪਏ ਇਹ ਤੁਹਾਡਾ ਇਨਾਮ ਹਾਂ ਹਾਂ ਦਾਦੀ ਗੱਲ ਸੁਣੋ ਮਾੜੀ ਤੁਸੀਂ ਤੋਂ ਗੱਪ ਸ਼ੱਪ ਲਾਓ ਤੇ ਮੈਂ ਜੁਲਿਆ ਆ ਅੱਜ ਦੀ ਦਿਹਾੜੀ ਤੇ ਪੱਕੀ ਹੋਏਗੀ ਨਾ ਉਹਨੇ ਕੋ ਅਗਲਾ ਦਰਵਾਜ਼ਾ ਦੇਖਣਾ ਆ ਉਹਨੇ ਖੋਲਿਆ ਹੁਣ ਨਾ ਦਾਦੀ ਮੈਂ ਕਿਸੇ ਨੇ ਦੱਸਣਾ ਦਾਦੀ ਗੱਲ ਸੁਣੋ ਹਾਂ ਬੈਲੇ ਘਰ ਆਇਆ ਅੱਛਾ ਮੇਰੀ ਭੁੱਖ ਲੱਗੀ ਨੇ ਆ ਲਾ ਲਾ ਉੱਥੇ ਹੀ ਹੈ ਨਾ ਚੂਚੀ ਕੀ ਮੇਕੀ ਪਾਉ ਅੱਛਾ ਚੀਕੀ ਉਹ ਸ਼ਿਪਲਾ ਕਾਨੇ ਨਹੀਂ ਇਸਨਾ ਉਹ ਖਲਾਬ ਕਰੀ ਜੁਣੀ ਦਾਦਾ ਗੱਲ ਸੁਣੋ ਹਾਂ ਮੈਂ ਜਿਹੜਾ ਨਾ ਅਗਲੀ ਦਫਾ ਮਿਲਿਓ ਨਾ ਤੁਸੀਂ ਜ਼ਿਆਦਾ ਪੈਸੇ ਕੀ ਨਿਸ਼ਾਨੇ ਮੈਂ ਦੱਸਣਾ ਠੀਕ ਹੈ ਮਾੜਾ ਪੁੱਤ ਜੋ ਮਾੜਾ ਮੈਂ ਕਿਵੇਂ ਨਹੀਂ ਦੇਖਿਆ ਠੀਕ ਹੈ ਨਾ ਹਾਂ ਬਸ ਠੀਕ ਹੈ ਅੱਲਾ ਨੇ ਵਾਲਾ ਹੈ ਬੈਲੇ ਅੱਛਾ ਦਾਦੀ ਅੱਲਾ ਅੱਲਾ ਮੈਂ ਠੀਕ ਹੈ ਪੈਸੇ ਦੇਣੇ ਚੁੱਪ ਕਰੀ ਲੈਣਾ
ਹਾਂ ਉਹ ਰੋਜ਼ਾ ਨਹੀਂ ਸੀ ਤਨਖਾਹ ਲਈ ਗਈ ਆ ਸਮਝ। ਹੁਣ ਮੈਂ ਕਿਆ ਕਰਸਾਂ, ਐਵੇਂ ਕਿਵੇਂ ਨਹੀਂ ਛੋੜ ਲਗਾ, ਹੁਣ ਕਿਆ ਕਰ ਹਲਾ ਜਲ ਕਰ ਮੈਂ ਜੁੱਡੀ ਆਈਏ ਇਹ ਨਾ ਵਿਆਹ ਕੋਈ ਹੋਰ ਕਿਤੇ ਦਿੱਤਾ ਤੇ ਗ੍ਰਾਂਟ ਨਵਾਂ ਰੋਲਾ ਪਈ ਗਈ। ਤੂੰ ਇਧਰੋਂ ਨਿਕਲ, ਇਧਰ ਮੈਂ ਇਧਰ ਨਿਕਲਾਂ। ਹਲਾ ਨਿਕਲਾਂ ਤੂੰ ਨਿਕਲ ਪਹਿਲਾਂ ਫਿਰ ਮੈਂ ਖਾਲੀ ਪਿਆਰ ਨਾਲ ਗੱਲ ਨੀ ਚੱਲਣੀ, ਪੈਟਰੋਲਾਂ ਨਾਲ ਰੇਟ ਤੇ ਦੇਖੋ। ਮੇਰਾ ਮਾੜਾ ਪੁੱਤਰ ਮਾੜਾ ਪੁੱਤਰ ਟਾਫੀ ਟਾਫੀ ਮੈਂ ਨਾ ਖਾਣਾ, ਟਾਫੀ ਨਾਲ ਦੇਖੋ ਵਾਰਾ ਖਾਣਾ। ਚਲੋ ਕੋਈ ਐਸੀ ਗੱਲ ਨੀ, ਠੀਕ ਹੈ ਨਾ। ਅਗਲੀ ਦਾ ਦਾਦਾ ਦੱਸੋ ਨਾ ਪੱਕੀ ਗਲੀ ਦਾਦਾ ਦੀ ਯਾਰ। ਚੀਕੂ ਮੈਂ ਤੇਰੇ ਨਾਲ ਕਦੇ ਮਜ਼ਾਕ ਕੀਤੀ ਪੁੱਤ? ਬਸ ਠੀਕ ਹੈ ਦਾਦਾ ਜੀ, ਗੱਲ ਸੁਣੋ। ਇਹ ਜਿਹੜਾ ਬੁੰਨਾ ਡੋਗਾ ਨੀ ਅਸਾਂ ਨਾ ਉੱਥੇ ਗਏ ਨੇ ਮਾੜੀ ਦਾਦੀ ਤੋਂ ਚੈਨ ਵਾਲੀ ਨੀ ਜਿਹੜੀ ਉਹ ਦੋਏ ਗਏ ਗੱਛੀ ਤੇ ਸਾਗ ਪੱਟਣੇ ਨੇ। ਠੀਕ ਹੈ ਠੀਕ ਹੈ ਤੂੰ ਚੁੱਲ ਦਾਦਾ ਗੱਲ ਸੁਣੋ। ਮਾੜੀ ਦਾਦੀ ਕਿਹਨੇ ਦੱਸਿਆ ਕਿ ਮੈਂ 10 ਰੁਪਏ ਦਿੱਤੇ? ਮਾੜੀ ਗੱਲ ਦਾਦੀ ਕਿ ਨੀ ਦੱਸਣੀ? ਦਾਦੀ ਨੀ ਗੱਲ ਮਿਕੀ ਤੂੰ ਸਾਰੀ ਦੱਸ ਚੜਿਆ ਗਾ। ਪੈਸੇ ਦੇਸੋ ਤੇ ਮੈਂ ਸਭ ਕੁਛ ਸਹੀ ਦੱਸਾਂ, ਠੀਕ ਹੈ। ਨਾਲੇ ਉਹ ਤੂੰ ਦੇਖਿਆ ਮਾੜੀ ਚਿੜੀ ਨੀ ਸੀ ਕਾਲੀ ਜੀ ਬੱਕਰੀ, ਉਹ ਕਦੇ ਉਧਰ ਹੋਈ ਨਾ ਉਸਕੀ ਬੱਟੇ ਮਾਰੀ ਤੇ ਮਾੜੇ ਘਰ ਆਇਆ। ਮੈਂ ਮੁੜ ਛੋੜਦਾ ਮਾੜਾ ਪੁੱਤ, ਮਾੜਾ ਪੁੱਤ ਜੁਰ ਜੁਰ, ਠੀਕ ਹੈ ਨਾ। ਠੀਕ ਹੈ ਅੱਲਾ ਦੇ ਵਾਲਾ ਦੱਸਿਆ ਨਾ ਤੁਸੀਂ। ਠੀਕ ਹੈ ਠੀਕ ਹੈ, ਮੈਂ ਕੀ ਦੱਸਾਂ, ਮੈਂ ਪਾਗਲ ਹਾਂ, ਮੈਂ ਆਪਣੀ ਰੋਜ਼ੀ ਉੱਪਰ ਲੱਤ ਮਾਰਾਂ ਦਸ਼ੀ ਤੇ, ਮੈਂ ਪਾਗਲ ਤੇ ਨਹੀਂ ਨਾ।
پاکستان چلنا دال سا کھائی گزارے کرنے پتے ہونا گول گول ادھر میں خراب ہونا خربوجا خربوجا پیو ادھر پٹنی صاف پٹ پٹ یہ سارا پٹی نا پانی پینے بس جاج دسی نا بہت لگتے ارے جاج دسی نا پیاسی تو بہت لگتے بار بار پیاسی 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 الا گو گو پتا نہیں مجھے پیاسی میں بھجوا کے پانی میں بھجوا کے اب کیا کر سو یہاں اتنا چھاک پچھا نہ تو پانی کی نہیں اچھا اچھا جی ملاتا ہوں تمہارا دماغ تو نہیں خراب ہوا تمہارا دماغ خراب ہے تمہارے اتنے بٹے مارنا پیا بٹے ایک گل سن بختو ہاں اس باندری جی کی نال آنے نہیں کیا ضرورت سی تھی میں ساگ پٹنے سے دسنی سی اس جاج ہاں اس نے بیے پیچھے چینا میں ساگ ہی پکانی دینا جاج دسنی ہے اس بھی ناراضگی دسیا کر سا ملیا ماڑی گل سن اج تو بعد مرنا لیے جی گل نہ کرے پٹی ماڑا دماغ پھری گئی نا پھر میں اج تو بعد ملنے تے بھی نہیں اسنا ارا نہ کرنا اس طرح نہ کریا کرنا ایک تو ہے تے ماڑا پاس رہے ہن ماڑی زندگی جینے نہیں کوئی پاس امید نظر رہی کہ شیرو تھیا ماڑے اس تے تے تو ہونی کچھ تے ماڑے نال دیر بکھونے نیاں گلا کرنا ہے یہ نہ کرنا نا تو کی سر دسیا نا تو غصہ نہ کریا کر ماڑے نال پیار جتنا پیار محبت نہ رہسا نا اتنی زندگی چنگی گزر سی بختو تک نا جیون ساتھی چنگے ہون نا تے زندگی بہت چنگی گزرنی سمجھا کرنا چلیے تے ماڑی گل سن ہاں جھولا میں جھولیا کار ہلا مت رمضانی کار آ رہا ہوئے تے تو ایتھے کتھے بیٹھی سی ادھر میں ساگ پٹون آئی سی نا تے نا چائنیز اس کڑی کی دسا نا کار پکایا کھایا یہ جے کم کرنی رکھ رہا او وی او آئی سی ہاں اس کی سکھا نا پاکستانی کھانے پکانے شانے کر رمضانی نال اس نا بیا ہو سی تے پھر اوکھی ہو سی نا تک سان رمضانی نال ہو جڑی کار آئی ہے ہو جڑی کار لو یہ ماڑیاں بھی ہڈیاں پسلیاں پڑنی سمجھا اس کی میں تو گل دساں ہاں اس طرح کرنے ہاں وہ کالی نہیں جڑی کالو ہاں اس نے تواڈے چیکو نال بیا کر چھوڑنا نا مارنی ہے اس کی اور کوئی ماری سٹیا اس کی بیڑے نہ بیڑا او نہیں مارنی بیا تو بعد اپو ٹھیک ہوئی گئی ہلا تک سان ہلا بعد نہیں گلاں ٹھیک ہے نا ہن میں جھلئی ہلا جھل تک تکیا کو تکی نہ گچھے آستے آستے گٹتے میں گا کپنی ہوں پتہ لگ سی لوگ پچھائی ہاری پر کیا کر رہا دلہ نہیں گلا میں بھی تو بانے لوڑ نہیں رہنی ہوں نہ ملنے میں
ਇਸਕੀ ਵੀ ਕੋਰਾ ਨਜ਼ਰ ਆਈਆਂ ਤੇ ਹਾਏ ਆ ਗਿਆ ਸ਼ੁਕਰ ਹੈ ਕੋਰੇ ਇਸ ਤੇ ਇਸ ਕੀ ਨਹੀਂ ਪਤਾ ਲਗਾ ਇੱਕ ਚੀਕੋ ਕੀ ਪਤਾ ਲਗੀ ਗਿਆ ਪਤਾ ਨਹੀਂ ਕੋਰਾ ਦੱਸੇ ਨਾ ਕੁਛ ਹੈ ਤਕੜੀਆਂ ਜੁੜਨੀਆਂ ਘਰ ਉਸੇ ਕੀ ਭੇਜਣੀ ਆਏ ਆ ਪੱਕੀ ਆਣ ਸਾ ਕਿਧਰੇ ਮਰਵਾਏ ਨਾ ਯਾਰਾ ਕਿਆ ਹੋਇਆ ਨਾ ਪਾਪਾ ਕੋਈ ਤੁਸਾਂ ਕੀ ਡਰ ਖਤਰੇ ਵਾਲੀ ਗੱਲ ਨੀ ਨਾ ਕੋਈ ਡਰ ਹੈ ਕਿਸਨਾ ਤੁਸਾਂ ਕੀ ਬਈ ਉਹ ਡਰ ਕਿਸਨਾ ਵੇ ਲਿਤਰਾਪੁਰ ਲਿਖਿਆ ਨਾ ਆ ਜਾ ਬਾਲਵਾ ਤੇਰਾ ਇੰਤਜ਼ਾਰ ਕਿਧਰੇ ਕੋ ਮੇਰਾ ਇੰਤਜ਼ਾਰ ਨਾ ਕਰੇ ਮੈਂ ਇਸ ਗੱਲਾਂ ਤੋਂ ਕਿਆ ਡਰਨਾ ਨਹੀਂ ਲੱਗਣਾ ਪਾਪਾ ਪੁਲਿਸ ਕੋਲੋਂ ਡਰ ਰਹੇ ਅਬ ਇਹ ਗੱਲ ਹੈ ਵੀ ਡਰਨੇ ਨਹੀਂ ਲੋੜ ਕੋਈ ਨਹੀਂ ਪੁਲਿਸ ਆਪਣੀ ਇਹ ਰੁਪਈਆ ਲੱਖ ਨਹੀਂ ਧਿਆਨ ਲਾਓ ਨਾ ਵੇਖ ਜ਼ਹਿਰ ਅੱਗੇ ਕਰ ਨਹੀਂ ਛੋੜੋ ਟੈਨਸ਼ਨ ਨਹੀਂ ਕੋਈ ਉਹ ਕਿਹੜਾ ਤੁਸਾਂ ਚੋਰੀ ਕਰਨੀ ਅਸਾਂ ਕਰਨੀ ਅਸਾਂ ਕੀ ਪੁਲਿਸ ਪਗੜੀ ਕਿਹੜਾ ਇਹ ਹੋ ਹੀ ਨਹੀਂ ਸਕਦਾ ਪਾਪਾ ਇੱਕ ਸਭ ਬਣੀਆਂ ਨੇ ਸਪੀਡ ਨਾਲ ਮੈਂ ਦੌੜਨਾ ਮੈਂ ਚੌਠਾ ਬਰੀ ਵਾਂ ਤਾਂ ਪਗੜਾਈ ਮੈਂ ਤਾਂ ਵੀ ਨਾ ਦੇਣਾ ਮੈਂ ਸਾਰੀ ਗੱਲ ਸਮਝੀ ਗਿਆ ਕਿ ਮੈਂ ਹਾਲੀ ਤੁਸਾਂ ਕੀ ਉਰੇ ਆਪਣੇ ਮਾਰ ਤੁਸਾਂ ਬਾਰੇ ਭੇਤ ਲਾਣਾ ਤਾਂ ਕਿਹੜੀ ਜਗ੍ਹਾ ਲੁਗਾ ਡੰਗਰ ਬਦਿਆ ਅਗਲਾ ਕੰਮ ਹੜਾ ਆਪਣਾ ਤਿਆਰ ਹੋ ਫਿਰ ਸਭ ਪੂਰਾ ਪੂਰਾ ਮੈਂ ਆਣਾ ਜੀ ਤੁਸਾਂ ਟੈਨਸ਼ਨ ਹੀ ਨਾ ਕਰੋ ਬੁਲਾਓ ਆ ਜਾਓ ਭਾਈ ਪਾਪਾ ਫਿਰ ਤੁਸਾਂ ਨੇ ਕੰਮ ਆ ਖਬਰ ਦੇਣੀ ਅਗਲਾ ਕੰਮ ਅਸਾਂ ਨਾ ਆ ਮੈਂ ਨਹੀਂ ਅੱਜ ਤੱਕ ਕਦੇ ਗਾਣਾ ਗਾਇਆ ਤੇ ਮਾਵਾਂ ਕਿਹੜਾ ਗਾਣਾ ਗਾਣਾ ਸਾ ਪਿਆ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਤੇ ਅੱਲਾ ਨਾ ਨਾ ਜੀ ਕੀ ਹੋਇਆ ਜੀ ਆਪਣੇ ਘਰ ਜਾ ਕਿਹਾ ਕਦੂ ਜਾ ਸੇ ਜਦੂ ਜਾ ਸੇ ਤੇ ਮਾੜਾ ਪਿਆ ਉਸੀ ਖਿਆਲ ਵੀ ਆਂਦਾ ਹੀ ਨਾ ਮੈਂ ਤੁਹਾਡਾ ਜ਼ਹਿਨ ਪਾਗਲ ਕਰੀ ਛੋੜਸਾਂ ਤੇ ਜੇ ਦਿਲਾਂ ਚ ਆਂਦਾ ਹੀ ਤੇ ਦਿਲਾਂ ਨਾਲ ਅਟੈਕ ਰਾਈ ਤੋ ਉਹ ਮਾੜਾ ਆਈਡੀਅਲ ਹੈ ਆਈਡੀਅਲ ਦਾ ਮਤਲਬ ਪਤਾ ਹੀ ਮੇਰੇ ਸਪਨੋ ਕੀ ਰਾਨੀ ਹੈ ਸਪਨੋ ਕੀ ਰਾਨੀ ਤੁਹਾਡੀ ਸਿਰਫ ਮੈਂ ਹੀ ਆ ਉਹ ਮਾੜੀਆਂ ਖਾਬਾਂ ਜਸਨੀ ਤੂੰ ਵੀ ਅਸਨੀ ਹੈ ਤੂੰ ਮਾੜੀਆਂ ਖਾਬਾਂ ਜਸਨੀ ਤੂੰ ਉਹ ਜਿਸ ਨਾਲ ਜਸਨੀ ਨਾ ਬਾਹਰ ਆ ਜਾਣੀ ਤੂੰ ਜਿਸ ਨਾਲ ਜਸਨੀ ਹੈ ਮੀਡਾ ਲਾ ਪੈਣਾ ਬੜਾ ਡਰਨਾ ਮੈਂ ਕਿਸ ਚੀਜ਼ ਦਾ ਕੋਲ ਆਪਣਾ ਸ਼ੀਸ਼ਾ ਤੱਕੇ ਹੀ ਆ ਅੱਜ ਵੀ ਤੱਕਿਆ ਆਰਰ ਆਰਰ ਲਗਣੀ ਹੈ ਆਰਰ ਨਹੀਂ ਕਦੇ ਕਦੇ ਆਰਰ ਕੀ ਵੀ ਕਬੂਲ ਕਰੀ ਨਾ ਮੁਸ਼ਕਲ ਮੁਸ਼ਕਲ ਤੂੰ ਭਵੇਂ ਇਧਰੋਂ ਨਿਕਲਣੇ ਦੀ ਕੋਸ਼ਿਸ਼ ਕਰ ਭਵੇਂ ਉਧਰੋਂ ਨਿਕਲਣ ਤੂੰ ਹੀ ਮੈਨਾਂ ਦੇਣੀ ਵਿਆਹ ਤੂੰ ਹੀ ਮਾੜੇ ਨਾਲ ਕਾਲੋ ਹੀ ਕਬੂਲ ਕਰਨੀ ਪੈਸੀ ਮਾਈ ਹਾਰਟ ਇਜ਼ ਨਾਟ ਅਵੇਲੇਬਲ ਕੋਈ ਹੋਰ ਦਰ ਖਟਖਟਾ ਤੁਹਾਡੇ ਹਾਰਟ ਕੀ ਮੈਂ ਅਵੇਲੇਬਲ ਕਰੀ ਕਿੰਜ ਮੈਂ ਸ਼ੀਫਾਂ ਕਾਉਂ ਔਰ ਉਸੀ ਕਾਉਂ ਸ਼ੀਫਾਂ ਕਾਉਂ ਤੂੰ ਮਾੜੇ ਕੋਲ ਖਾਸੇ ਹੁਣ ਸ਼ੀ ਫੰਗ ਨਾ ਢੀਠ ਹੋਈ ਗਏ ਤੂੰ ਤੂੰ ਨਿੱਕਿਆਂ ਸੁ ਮਾੜਾ ਬਚਪਨ ਸੁ ਮਾੜਾ ਮੰਗੇ ਤੋ ਰਹੇ ਸਮਝ ਆਈ ਨਾ ਵੀ ਪਤਾ ਹੀ ਨਹੀਂ ਸਾ ਬਈ ਕੋਈ ਨਹੀਂ ਸਾਨੂੰ ਪਤਾ ਹੁਣ ਪਤਾ ਲਈ ਰਹੀ ਨਾ ਬਸ ਹੁਣ ਕਬੂਲ ਕਰ ਸੁਣ ਕਹਿ ਮੀਆਂ ਬੀਵੀ ਪਿਆਰ ਨਾਲ ਰਿਸ਼ਤਾ ਤੁਹਾਡੇ ਕੋਲ ਮਿਗੀ ਡਰ ਲੱਗਣਾ ਨਾ ਖੈਰੀ ਜਿਸ ਲੈ ਮੈਂ ਤੁਹਾਡੀ ਬੀਵੀ ਬਣ ਸਾਂ ਉਸ ਲੈ ਤੁਸੀਂ ਡਰ ਨਹੀਂ ਲੱਗੋ ਇਹ ਹੱਥ ਬਾਕਸਰਾਂ ਵਾਲੇ ਹੱਥ ਸੀ ਬਾਕਸਰਾਂ ਵਾਲੇ ਆਪਣੇ ਤੱਕ ਹੀ ਸੀ ਫੰਗ ਨੇ ਨਰਮੋ ਨਾਜ਼ਕ
ਉਹ ਖੈਰ ਹੀ ਮਾਵੇਂ ਉਹਨੇ ਵੀ ਹੱਥ ਬਖ ਸੰਭਾਲ ਲਏ ਸੀ ਤੇ ਉਹਨਾਂ ਦੀ ਜਨਾਨੀ ਕਰੀ ਕਿੱਦਾਂ ਸਨ ਉਹਨਾਂ ਦਾ ਵਿਆਹ। ਮੈਂ ਉਸ ਨਾਲ ਵਾਅਦਾ ਕੀਤਾ। ਵਾਅਦਾ ਟੁੱਟੀ ਵੀ ਸਕਣਾ, ਵਾਅਦਾ ਤੋ ਟੁੱਟ ਜਾਤਾ ਹੈ। ਕੈਂਡੀ ਸ਼ੀਸ਼ੇ ਵਜੇ ਵੇ ਹੱਥ ਜੋੜੇ ਤਾੜੇ ਗਏ, ਤੂੰ ਨਹੀਂ ਮੰਨੀ ਤਾੜੇ ਗਏ ਵੀ ਪੈਰ ਜੋੜਨਾ। ਹੁਣ ਗਿੱਟੇ ਵੀ ਜੋੜ। ਹਾਂ ਗਿੱਟੇ ਵੀ ਜੋੜੇ, ਸਭ ਕੁਝ ਜੋੜੇ ਤਾਂ ਵੀ ਨਾ, ਨਹੀਂ ਪੈਰ ਵੀ ਮੈਂ ਜੋੜੇ ਗਿੱਟੇ ਵੀ ਮੈਂ ਜੋੜੇ, ਦਸ ਤਾੜੇ ਸਿਰਿਆਂ ਪਰ ਕੁਸੇ ਤਵੀਜ਼ ਕਰ ਜੋੜੇ। ਮੀ ਤੁਹਾਡੀ ਗੱਲ ਕਾਬਲ ਕਬੂਲ ਹੀ ਨਹੀਂ। ਮਾਵਾਂ ਵੀ ਮਾੜਾ, ਇਹ ਘਰ ਵੀ ਮਾੜਾ, ਤੁਸੀਂ ਪੁੱਤਰ ਵੀ ਮਾੜਾ, ਗੱਲ ਖਤਮ। ਭਾਵੇਂ ਜੋ ਮਰਜ਼ੀ ਫਲਸਫੇ ਮਿਕੀ। ਠੀਕ ਹੈ ਫਿਰ ਤੂੰ ਇੱਥੇ ਰਹੋ, ਆਪਣੇ ਮਾਵੇਂ ਕੋਲ ਰਹੋ, ਮੈਂ ਜੁਲਿਆ ਆਪਣੀ ਸ਼ੀ ਫੰਗ ਕੋਲ। ਤੂੰ ਬਹੁਤ ਸਹੀ, ਤੁਹਾਡੀਆਂ ਲੱਤਾਂ ਨਾ ਮੈਂ ਪੰਨੀਆਂ ਲੈ ਲੂਲਾ ਕਰਛੇ ਤਕਰੀਬਨ ਬਕਾਇਦਾ ਫੰਗ ਮੈਂ ਹੋ ਗਿਆ ਹੀ। ਤੂੰ ਜੁਲ ਸਹੀ, ਤੂੰ ਕੁਥੇ ਦੀਆਂ ਗੈਸੇ, ਮੈਂ ਪਿੱਛੇ ਹੀ ਆਸਾਂ, ਫਿਕਰ ਨਾ ਕਰ। ਤੂੰ ਸ਼ੀ ਫੰਗ ਕੀ ਤਮੇ ਉਸਨੇ ਫੰਗ ਮੈਂ ਕੁਤਰੀ ਤੇ ਫਿਰ ਛੋੜ। ਕੁਸ਼ 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 ਇੱਥੇ ਬੱਕਰੀ ਜਿਹੜੀ ਬੜੀ ਨਾ ਇਹ ਬੜੀ ਸ਼ਰਾਰਤੀ, ਸਾਰੀਆਂ ਕੀ ਕਹਿੰਦੇ ਪਿੱਛੇ ਪਿੱਛੇ ਫਿਰਨੀ। ਤੂੰ ਜੁਲਾ ਜਦ ਤੱਕ ਮੈਂ ਦੱਸਾਂ ਉਹ ਪਿੱਛੇ ਮੋੜ ਚਿਕੂ ਉਹ ਕਾਲੀਏ ਉਹ ਸ਼ਬੂਰ ਮੈਂ ਸ਼ਬੂਰ ਉਹ ਪਿੱਛੇ ਅੱਡ ਉਹ ਚਿਕੂ ਉਹ ਮੈਂ ਆ ਗਿਆ ਟੈਨਸ਼ਨੇ ਵਿੱਚ, ਤੁਸਾਂ ਆ ਰਹੇ ਨੇ ਉਪਰਾ ਮੜੀ ਬੱਕਰੀਆਂ ਜਿਹੜੀਆਂ ਮੈਂ ਨਾ ਘਰ ਕਣੇ ਦਾਦੀ ਮਾਰਨੀ। ਮਾੜੀ ਗੱਲ ਸੁਣੋ ਦਾਦੀ ਕਹੀ ਦਾਦੀ ਦਾਦੀ ਕੀਆਂ ਦੱਸਾਂ ਕੀਆਂ ਦੱਸਾਂ ਮਾੜਾ ਚੀਕੂ ਮਾੜਾ ਪੁੱਤਰ ਸ਼ੁਕਿਆਪੁਰ ਦੱਸਿਆ ਸ਼ੁਕਿਆਪੁਰ ਸ਼ੁਕਿਆਪੁਰ ਤੇ ਸੁਸ਼ਨ ਦੇਖੋ ਪੈਟਰੋਲ ਰੇਟ ਕਿਆ ਹੋਈ ਗਿਆ। ਇਹ ਟਾਫੀ ਟਾਫੀ ਮੈਂ ਨਾ ਕਿੰਨਾ ਟਾਫੀ ਨਾ ਕੰਮ ਹੈ ਨੀ ਇਤਨਾ ਬੜਾ ਕੰਮ ਹੈ, ਤੁਸੀਂ ਦੱਸੋ ਟਾਫੀ ਕਿੰਨੀ ਤੇ ਆਹ ਟਾਈਮ ਤੁਸੀਂ ਪਹਿਲਾਂ ਮੈਨੂੰ ਟਾਫੀ ਦੇਣੇ ਹੋ। ਚੀਕੂ ਮਾੜੀ ਗੱਲ ਸੁਣ ਯਾਰ, ਮਾੜੇ ਕੋਲ ਇਤਨੇ ਪੈਸੇ ਕੋ ਨੀ ਨਾ ਉੱਤਰ ਹੋਣੇ। ਅੱਛਾ ਪੈਸੇ ਕੋਈ ਨੀ ਤੇ ਫਿਰ ਦਾਦੀ ਨਾਲ ਵੀ ਨਾ ਪੁੱਛੋ, ਤੁਸਾਂ ਦਾਦੀ ਨਾਲ ਕਿਵੇਂ ਪੁੱਛਣੇ ਹੋ। ਅੱਲਾ ਅੱਲਾ ਕਰ ਕੋਈ ਕੰਮ ਪੈਸੇ ਦੇ ਬਗੈਰ ਹੋਣਾ ਦੱਸੋ ਮਿਗੀ ਨਾ ਨਾ ਸਾਰੇ ਹੀ ਦੱਸੋ। ਦਾਦਾ ਜੀ ਗੱਲ ਸੁਣੋ, ਮੇਰੀ ਗੱਲ ਕੰਨ ਖੋਲ ਕੇ ਸੁਣੀ ਕਿ ਨੋ, ਇਸ ਦਸਲਾ ਤਾਂ ਮੈਂ ਦਸਣਾ ਨਹੀਂ ਨਾ, ਲੇਕਿਨ 10 ਰੁਪਏ ਨਾਲ ਵਾਰਾ ਨਹੀਂ ਨਾ ਖਾਣਾ ਮੈਂ ਪਹਿਲਾਂ ਦਸਣਾ ਨੇ। ਤੂੰ ਕਿਹੜਾ ਜਿਹੜਾ ਪੈਟਰੋਲ ਉੱਪਰ ਚੱਲਿਆ ਇਹ ਚੀਜ਼ ਕਿੰਨੀ ਕਿਨੇ ਨਾ ਸਮਝਿਆ ਕਰਨਾ। ਉਹ ਪੈਟਰੋਲ ਨਹੀਂ ਗੱਲ ਇਹ ਹੋਣੀ ਨਾ ਦਾਦਾ, ਮੜੀ ਗੱਲ ਸੁਣੋ ਪੈਟਰੋਲ ਮਹਿੰਗਾ ਪੈਣਾ ਤਾਂ ਹਰ ਚੀਜ਼ ਮਹਿੰਗੀ ਹੋਣੀ। ਮਾੜੇ ਪੁੱਤਰਾਂ ਦਾ ਵਿਆਹ ਸੀ ਨਾ ਚੀਕ ਉਤਨਾ ਰਮਜ਼ਾਨੀ ਨਾ ਬੱਚਿਆਂ ਨਾਲ ਚਲਾ ਗਿਆ ਸੀ ਨਾ ਇੱਧਰ, ਤੇ ਫਿਰ ਮਾੜੇ ਤਾਂ ਢੇਰ ਪੈਸੇ ਭੇਜਿਆ ਕਰ ਸੀ, ਤੇ ਮੈਂ ਪੁੱਛਾਂ ਕਿ ਰੋਜ਼ ਐਡੇ ਐਡੇ ਪੈਸੇ ਦਿਆ ਕਰ ਸਾਂ, ਸ਼ੀਸ਼ਾਂ ਕਿੰਨੀ ਦਿਆ ਕਰ ਸਾਂ, ਕੱਪੜੇ ਕਿੰਨੀ ਦਿਆ ਕਰ ਸਾਂ, ਜੁੱਤੀਆਂ ਕਿੰਨੀ ਦੇ ਦਿੰਦਾ ਕੀ ਸਮਝਿਆ ਕਰਨਾ। ਕੀ ਗੱਲ ਨੀ ਲੇਕਰ ਇੱਕ ਕਿਸੇ ਨਾ ਬੰਦੇ ਨਾ ਪਾਣੀ ਨੀ ਨਾ ਨਾ ਮੈਂ ਪਾਗਲ ਹੋ, ਤੁਸੀਂ ਮੈਨੂੰ ਦੱਸਣੇ ਦੇ ਪੈਸੇ ਤੇ ਮੈਂ ਕੀ ਕਿਸੇ ਕੀ ਦੱਸਾਂ, ਤੁਸੀਂ ਪੈਸੇ ਨਾ ਦੇਸੋ ਨਾ ਉਸਲੇ ਬੂਰ ਰੋਲਾ ਨੇ ਮੈਂ ਪਹਿਲਾਂ ਦੱਸਿਆ ਦਾਦੀ ਕਿਹਦੇ ਪਾਸ ਗਈ ਆ। ਦਾਦੀ ਕਚੀ ਨਾ ਬਹੁਤ ਇਕੱਠਾ ਕਰਨਾ ਬਹਿਲਾ ਗਿਆ ਠੀਕ ਦਸੇ ਪੈਸੇ ਬਗੈਰ ਸੰਘੀਓ ਅੱਗੇ ਛੋੜੋ ਗੱਲ ਸੁਣੋ, ਜਿਹੜਾ ਕੰਮ ਕਰੇ ਕਿਉ ਨਾ ਕਰੇ ਮਾਂ ਤੇ ਨਾ ਕਰੇ ਪਿਓ।
ਸਾਰਾ ਬਹੁਤ ਫਰੋਲੀ ਚੁੱਲੀਆਂ ਰਹਿਣੀਆਂ। ਠੀਕੋ ਕੀ ਆਖਿਆ ਸਮਝਾਇਆ ਵੀ ਆ ਕਿ ਬਹੁਤ ਕੁਛ ਇਕੱਠਾ ਕਰਿਆ ਕਰ, ਸਾਰਾ ਖਲਿਆਰੀ ਖਲਿਆਰੀ ਟੋਕਰੀਆਂ ਚੁੱਲੀਆਂ ਰਹਿਣੀਆਂ, ਪਤਾ ਨਹੀਂ ਖਾਣੀਆਂ ਕਿਆ ਕਰਨੀਆਂ, ਕਿੱਥੇ ਕੁੱਥੇ ਵੀ ਆਇਆ ਨੇ ਵੀ ਕਣ ਕਹਿਣਾ ਬੰਦ ਕਰ ਇਸ ਬੁੱਢੀ ਪਰ ਸਲੀਲ ਕਰਾਉਣ ਲਗਾ। ਗ੍ਰਹਿਣ ਇੱਧਰ ਕੋਈ ਬੰਦਾ ਆਇਆ ਕਦੇ? ਮੈਂ ਕਿਸੇ ਨੂੰ ਕੋਈ ਪਤਾ ਸਾਹਮਣੇ ਬੈਠੀ ਹੋਏ, ਮੈਂ ਗੱਲਾਂ ਬਾਣਾ ਹੋਇਆ ਤੂੰ ਮਾੜੇ ਸਾਹਮਣੇ ਬਹਿ। ਮੈਂ ਤੁਕੀ ਆਪਣੇ ਹੱਥਾਂ ਨਾਲ ਚਾਹ ਬਣਾਈ ਦੀਆਂ, ਕੱਟ ਵੀ ਰਹੀ ਨੀ ਤੇ ਮੈਂ ਤੁਕੀ ਖਿਲਾ। ਯਕੀਨ ਮਨ ਬਖਤੋ ਪੂਰੇ ਗ੍ਰਹਿ ਕੀ ਸੁਣਾਉਣਾ ਪੈਣਾ ਨਾ, ਬੋਲ ਐਡੀ ਵੀ ਥੋੜੀ ਨਾ ਗੱਲ ਸੁਣ। ਸਾਰਿਆਂ ਨਾਲ ਪੁਆਣੇ ਹੋਣੇ ਨਾ, ਕੱਲੀ ਨੀ ਮਾਂ ਕੱਲੀ ਨੀ, ਸਾਰੇ ਸਮਝ ਨੀ ਮਾੜੇ ਕੋਲੋਂ ਵੀ ਨਹੀਂ ਰਹਿਣ ਆਉਣਾ। ਮੈਂ ਆਖਣੀ ਹਾਂ ਬੜਾ ਸ਼ੇਰੂ ਅੱਛਾ ਬਈ, ਤਾਂ ਕੋਈ ਪਿਆਰ ਮੁਹੱਬਤ ਦੀਆਂ ਦੋ ਚਾਰ ਗੱਲਾਂ ਖਾਂ, ਹੁਣ ਕੁੱਥੇ ਮੈਂ ਕੰਮ ਕੀਤਾ, ਮੈਂ ਡਰਨੀ ਰਹਿਣੀ ਆ ਬੜਾ ਇੱਜ਼ਤ ਸਾਡੀ ਲੋਕ ਨਾ ਪੁੱਜੀ ਕੁਛ। ਯਕੀਨ ਮਨ ਜਿੱਦਾਂ ਮਾੜੇ ਨਹੀਂ ਗੱਲ ਤੂੰ ਚੀਕੀ ਕੀਤੀ, ਤੂੰ ਪਹਿਲੂ ਚੰਗਾ ਲੱਗਣਾ ਸੀ, ਮੈਂ ਆਉਣੀ ਆਉਣੀ ਸੀ ਮਾੜਾ ਤੇ ਤੁਹਾਡਾ ਵਿਆਹ ਹੈ ਤੇ ਕਿਆ ਗਰਾਂ ਇਸ ਲਿਆ ਆਣੇ ਨਾ ਜੋੜੇ ਸਮਾਨਾ ਉੱਪਰ ਬਣਨੇ। ਮਾੜਾ ਪਿਆ ਕੀ ਨੀ ਹੋਣਾ, ਤੂੰ ਆਪੋ ਪੀਂਗਾ ਮਾੜਾ ਪਿਆ ਮਿਸ ਅੰਜਮਨ ਵਾਸਤੇ ਹੀ ਮਾੜਾ ਪਿਓ ਖਰਾਬ ਕਰਨੀ ਹੈ ਚੱਲ ਅੱਬਾ ਮੈਂ ਸਾਰੇ ਗ੍ਰਹਿ ਰੋਲਾ ਪਾ ਸਾਰੇ ਦੱਸਾਂ ਆਪਣੇ ਹੱਥੀ ਰੋਟੀ ਪੁੱਤਰ ਮਾੜਾ ਪਿਆ ਕਰਾ ਸਮਝੋ ਪੁੱਤਰ ਹੋਈ ਗਾ।
ਓਹੀ ਕਾ ਮਾੜਾ ਵਿਆਹ ਕਰਾ ਦੇ ਨਾ ਸੁਣ ਪੁੱਤਰ ਕਰਾ ਸੁਣ ਹਾਂ ਜੀ ਬਾਬਾ ਪੀ ਪੀ ਬਾਬਾ ਬਾਬਾ ਪੂ ਪਾ ਪੀ ਬਾਬਾ ਸਮਝਿਆ ਕਰ ਗੱਲ ਕੀ ਤੂੰ ਜੁਲ ਮੈਂ ਪੋ ਕੇ ਨਹੀਂ ਚਾਹੀ ਆ ਮੈਂ ਚਾਹੀ ਜਾਣਾ ਹੀ ਤੇ ਮੈਂ ਚਾਹੀ ਕਿਛਾ ਹੋਰ ਰੋਲਕ ਬਸੇ ਚੀਨੇ ਜੋਗਿਆ ਨਾ ਸਕਟੀਆਂ ਤੇ ਪਿੱਛੇ ਆ ਰਹਿਣਾ ਇਹ ਕਿਸ ਰਾ ਚਾਸੇ ਮੈਂ ਚਾਹੀ ਜੁਲ ਨਹੀਂ ਨਾ ਚਲ ਚਾਹੀ ਜਲ ਚਲ ਤੂੰ ਜੁਲ ਆ ਇਹ ਤਾਂ ਕੁਰਾਨ ਦਾ ਫੁੱਡੀ ਪਾ ਰਿਹਾ ਜਿਵੇਂ ਮੂੰਹ ਚ ਆਣਾ ਰਾ ਪਿੱਛੇ ਪਿੱਛੇ ਫਿਰਨਾ ਰਹਿਣਾ ਨਿੱਕੀ ਜਲੀਲ ਕਰਾਉਣ ਲਗਾ ਨਿੱਕੀ ਮਸੂਮਣੀ ਕੀ ਬੁੱਢੀ ਪਾ ਰਹਾ ਫਿਰ ਆਏ ਦਫਾ ਕੁੱਲ ਡੋਟੀ ਆਏ ਟੁਰਨਿਆਂ ਟੁਰਨਿਆਂ ਢੇਈ ਪੈਣੀਆਂ ਤੇ ਸ਼ੇਰ ਨਾਲ ਕਿਆ ਵਿਆਹ ਸੀ ਆਏ ਡੋਟੀ ਜੁਲਾ ਆਏ ਬੋਹ ਜਾਂ ਤੇ ਜੁਲਾ ਆਏ ਕੋਈ ਹੋਰ ਨਾ ਤੱਕੀ ਗੱਚਾ ਮੈਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਖਰੇ ਮਾਈ ਇੱਥੇ ਰਹਿ ਗਿਆ ਬੁੱਢੀ ਭਾਰਤ ਨਹਿਰ ਵਾਲਾ ਪੁੱਲ ਕਾਲੋ ਪੁੱਤਰ ਗੱਲ ਸੁਣੋ ਇਹ ਬਾਲ ਕਾਲੇ ਕਰਨ ਵਾਲੀ ਟੂਬ ਕਿਹੜੀ ਜਾਈ ਤੂੰ ਮਿਲਣੀ ਬਾਲ ਕਾਲੇ ਕਰਨ ਵਾਲੀ ਹਾਂ ਮਾਂ ਤੁਸਾਂ ਨੇ ਬਾਲ ਥੇ ਕੁਥੇ ਯਾਰ ਪੁੱਤਰ ਜਿਹੜੇ ਥੋੜੇ ਬਹੁਤੇ ਥੇ ਜ਼ਰਾ ਤੱਕ ਨਾ ਬੜੀਆਂ ਬੜੀਆਂ ਜਗ੍ਹਾ ਜਾਣਾ ਪੈਣਾ ਜਿਰਗਿਆਂ ਵਿੱਚ ਤੇ ਨਾ ਜ਼ਰਾ ਬੰਦਾ ਪਰਸੈਂਟ ਹੀ ਸਮਝਿਆ ਕਰਨਾ ਗੱਲ ਹੈ ਕਿ ਹੁਣ ਉਹ ਮਾਂ ਤੁਸਾਂ ਨੇ ਸਿਰਿਆ ਪਰ ਬਾਲ ਕੁਰੇ ਕੁਰੇ ਦਿਸਨੇ ਪੇ ਕਿਸੇ ਕਿਸੇ ਜਾਈ ਤੇ ਤੁਸੀਂ ਇਸ ਤਰ੍ਹਾਂ ਕਰੋ ਨਾ ਉਹ ਤਵਾ ਚਾਓ ਨਾ ਬਸਾਰੀ ਚੂ ਆਪਣੇ ਸਿਰੇ ਪਰ ਰਹੀਆਂ ਕਦੀ ਰਗੜੀ ਕਿਨੋ ਪੁੱਠੀਆਂ ਹੀ ਬਾਇਆਂ ਹਰ ਵੇਲੇ ਲੱਛਣ ਠੀਕ ਨੀ ਪੇ ਲੱਗਣੇ ਬੁੱਢੀ ਭਰ ਹੈ ਤੂੰ ਜਿੱਥੇ ਅੱਲਾ ਅੱਲਾ ਕਰਨੀ ਚਾਹੀਦੀ ਹੈ ਉੱਥੇ ਸਾਨੂੰ ਨਹਿਰ ਵਾਲੇ ਪੁੱਲ ਪਿਆ ਕਰਨਾ ਹੈ ਕਿਆ ਕਰਾਉਣਾ ਮੈਂ ਮਾੜੀ ਆਪਣੀ ਜ਼ਿੰਦਗੀ ਹੈ ਇਸ ਲਈ ਕੋਈ ਤੂੰ ਪਾਬੰਦੀ ਲਾ ਸੇ ਮਾੜੇ ਪਰ ਨਹੀਂ ਖੈਰ ਮੈਂ ਕਹਿ ਪਾਬੰਦੀ ਲਾਈ ਸਕਣੀ ਆ ਨਾ ਤੁਸਾਂ ਨੇ ਪੁੱਤਰ ਹੈ ਪਰ ਨਾ ਤੁਸਾਂ ਪਰ ਤੁਸਾਂ ਦੀਆਂ ਤਾਂ ਲਗਾਮਾਂ ਹੀ ਖੁੱਲੀਆਂ ਹੀ ਆ ਹਰ ਵੇਲੇ ਸੜੀਆਂ ਹੀ ਆ ਮਾਰਿਆ ਕਰ ਬੜੋਕ ਮਾਰਨੇ ਤੋਂ ਬਗੈਰ ਰਹਿਣੀ ਨੇ ਬੜੋਕ ਕਿਆ ਨੇ ਤੁਸਾਂ ਸੁ ਬੜਾ ਬੜੋਕ ਹੋਈ ਥਿਆ ਇੱਕ ਆਈ ਦਿਆ ਦਾ ਮਾਲੀ ਟੋਪੀ ਕੈਸਟ ਲਾਈ ਦੀ ਏ ਮੈਂ ਜ਼ਰਾ ਜੁਲਿਆ ਕੋ ਰਕਮ ਕੋਈ ਦੋਸਤ ਤੁਸਾਂ ਨਾ ਇਸ ਰਾਜ ਦੁਰਮਟ ਹੋਣਾ ਤੂੰ ਹੀ ਮਾੜੇ ਸਰਿਆ ਨਾ ਕੁੜੀਏ ਕਹਿ ਲਗਾ ਅਗਰ ਮਾੜੀ ਦੋ ਤਰਵਾਣ ਨਾ ਹੋਏ ਤੇ ਯਕੀਨ ਮਨ ਮੈਂ ਤੂੰ ਤਿੱਕੇ ਮਾਰੀ ਆਪਣੇ ਘਰੋਂ ਬਾਹਰ ਕੱਢ ਚੋਣਾ ਇਹ ਤੁਸਾਂ ਨੇ ਖਾਬ ਖਿਆਲ ਹੀ ਰਹਿ ਸੋ ਇਹ ਮਾੜੇ ਮਰਨੇ ਵਾਲੀ ਭੈਣ ਨਹੀਂ ਨਿਸ਼ਾਨੀ ਹੈ ਤੂੰ ਮੈਂ ਤੂੰ ਕੀ ਆਖਣਾ ਕੁਝ ਨਾ ਬੜੇ ਅਫਸੋਸ ਨਹੀਂ ਗੱਲ ਹੈ ਹੈ ਤੂੰ ਆਈ ਹੈ ਪੁੱਤਰ ਤੇ ਸਿੱਧੇ ਤਰੀਕੇ ਨਾਲ ਕਰੋ ਨਹੀਂ ਰਹਿਣੀ ਤੇ ਤੁਹਾਡੀ ਆਪਣੀ ਮਰਜ਼ੀ ਤੁਹਾਡਾ ਘਰ ਤੇ ਆਣਾ ਤੂੰ ਜੁਲ ਮਰਦੀ ਇੱਥੇ ਹੀ ਰਹਿ ਸਾਂ ਔਰ ਸਿੱਧੇ ਤਰੀਕੇ ਨਾਲ ਤੁਸਾਂ ਹੀ ਸਿੱਧਾ ਕਰੀ ਛੋੜ ਸਾਂ ਮੈਂ ਦੋਆਂ ਪਿਓ ਪੁੱਤਰਾਂ ਹੀ ਤੁਹਾਡਾ ਕੀ ਮਤਲਬ ਬਈ ਸਾਡੇ ਘਰਾਂ 'ਚ ਮਦਾਖਲਤ ਕਰਨੇ ਨਾ ਕਿਉਂ ਕਿਉਂ ਵਜ੍ਹਾ ਨਹੀਂ ਫਿਰ ਮਾੜਾ ਮੂੰਹ ਨਾ ਖਿਲਾ ਮੈਂ ਤੂੰ ਦੱਸਣਾ ਪਿਆ ਇਸ ਵਾਸਤੇ ਮੈਂ ਤੂੰ ਜਾਣਾ ਚੁੱਪ ਕਰੀ ਕੋਈ ਜ਼ਬਾਨਾਂ ਜੀ ਲਗਾਮ ਦੇਈ ਛੋੜ ਤਾਂ ਬਹੁਤ ਬਿਹਤਰੀ ਆ ਮੈਂ ਨਾ ਦੇਵੀ ਲਗਾਮ ਫਿਰ ਕੀ ਕਰੀ ਕਿਨ ਸੋ ਅਫਸੋਸ ਕੋ ਗੱਲ ਮਾਰ ਕਰੋ ਅਫਸੋਸ ਕਰੋ ਤੁਹਾਡੇ ਨਾਲ ਪੂਰੀ ਬਾਣਾ ਤਾਂ ਬੜੀ ਮੁਸ਼ਕਲ ਹੈ ਚੱਲ ਉਧਰ ਮੈਂ ਜੁਲਣਾ ਪਿਆ ਰਾਹ ਕੱਟੀ ਛੋੜੀ ਰਾਹ ਕੱਟੀ ਛੋੜੀ ਬੜੇ ਤੁਸਾਂ ਇੱਥੇ ਮਾਜ਼ ਫਤਾ ਕਰਨ ਜੁਲੇ ਸੀ ਉਹ ਰਾਹ ਕੱਟੀ ਛੋੜੀ ਤੂੰ ਵਾਹ ਬੁੱਢੀ ਭਰ ਹੈ ਕਰਤੂਤ ਤੱਕੋ ਸਾਨੂੰ ਨਹਿਰ ਵਾਲੇ ਪੁੱਲ ਮਾਮਾ ਹੁਣ ਤੁਹਾਡੇ ਵਾਸਤੇ ਨਾ ਛੁਣੀ ਚ ਪਾਣੀ ਬਾਈ ਤੇ ਡੁੱਬੀ ਤੇ ਮਰਨੇ ਨਾ ਮਕਾਮ ਆ ਕਰ ਕਰ ਬਾਲ ਕਾਲੇ ਆਪੂ ਛਾਵਲਾ ਪੈਸੀ ਆ ਮੀਂਹ ਕਿਹਾ ਅੱਬਾ ਰਮਜ਼ਾਨੀ ਹੈਰ ਡਾਟ ਬਾਟ ਟੋਬੀ ਐਨਗਾ ਵਾਸਕਟ ਗੁਦਰ ਪੁੱਤਰ ਮੈਂ ਤੁਹਾਡੇ ਦਾ ਹੀ ਜੁਲਿਆ ਸਾਂ
ਗੱਲ ਸੁਣ, ਕੋਈ ਖੁਸ਼ਬੂ ਵਗੈਰਾ ਸੈਂਟ ਸੈਂਟ ਜਾਂ ਕੋਈ ਮੁਕੋ ਨਹੀਂ ਆਪੇ ਵੀ ਮਾੜੇ ਕੋਲ ਮੁਸ਼ਕਫੂਰ ਹੈ, ਆਹੋ ਦੋ ਗੋਲੀਆਂ ਬਾ ਕਿਹੜਾ ਮੈਂ ਮਰੋ ਲਵਾਂ ਯਾਰਾ, ਜੇ ਤੂੰ ਮਸ਼ਕੂਰ ਹੈ ਨਹੀਂ ਗੋਲੀਆਂ ਮਾੜੇ ਜੇ ਵਿੱਚ ਬਸ। ਗੱਲ ਸੁਣ, ਮੈਂ ਜ਼ਰਾ ਕੁਰਾ ਕੰਮ ਜੁਲਿਆ, ਸਮਝਿਆ ਕਰਨਾ ਗੱਲ ਹੈ ਵੀ ਤੁਹਾਡਾ ਪਿਓ ਜਾਂ ਤੂੰ ਮਾੜਾ ਪਿਓ ਹੈ ਬਈ? ਪਿਓ ਤਾਂ ਤੂੰ ਹੀ ਹੈ। ਤਾਂ ਫਿਰ ਮੈਂ ਤੁਹਾਡਾ ਨੱਕ ਕਿਸ ਨੱਕ ਪਾਸਾਂ ਬਈ? ਤੂੰ ਲੋਕਾਂ ਦੀਆਂ ਬੁੱਢੀਆਂ ਕੀ ਛੇੜਨਾ ਹੈ? ਸ਼ਰਮ ਕਰ, ਪੀਓ ਪਰ ਇਲਜ਼ਾਮ ਲਾਣਾ? ਇਲਜ਼ਾਮ ਨਹੀਂ, ਮੈਂ ਆਪੋ ਸੁਣਿਆ ਇਹ ਤੁਸਾਂ ਲਟਕੇ ਲੈ 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 ਯਾਰ ਪੁੱਤ ਮਾੜਾ ਪਿਆ ਨਹੀਂ ਕਰਾਉਣਾ, ਆਪਣੇ ਜਗਰਾਂ ਫਿਰਨਾ ਪਿਆ। ਇੱਕ ਪਿਆ ਨਹੀਂ ਗੱਲਬਾਤ ਕਰਨ ਜੁਲਿਆ, ਬਖਤੋ ਨਾਲ ਸਮਝਿਆ ਕਰਨਾ ਗੱਲ ਹੈ ਕਿ ਤੱਕਿਆ ਮਾੜੀ ਗੱਲ ਕਰੇ ਆਪਣੀ ਗੱਲ ਨਾ ਕਰੇ। ਯਾਰ ਤੂੰ ਮਾੜੇ ਜਿਗਰ ਨਾ ਟੋਟਾ ਹੈ ਵੇ ਰਮਜ਼ਾਨੀ, ਕਿਆ ਬਾਣਾ ਹੈ ਪਿਆ ਤੁਹਾਡੀ ਗਾਲੀ ਕਰਨ ਜੁਲਿਆ। ਯਕੀਨ ਮੰਨ ਇਧਰ ਕਾਲੀ ਗੱਲ ਹੈ, ਪਰ ਮੈਂ ਯਕੀਨ ਕਰਨਾ ਫਿਰ, ਕਿਉਂਕਿ ਆਖਰ ਤੂੰ ਮਾੜਾ ਹੀ ਖੂਨ ਹੈ। ਓਏ ਮੈਂ ਖੂਨ ਨਾ ਵਾ ਤੁਹਾਡਾ ਪਿਓ ਵਾ ਅੰਨੀ ਨੇ ਪੁੱਤਰਾ, ਉਹ ਕਿਆ ਗਾਲੀ ਨਾ ਮਾੜਾ ਜ਼ਰ ਰਦਾ ਖੂਨ ਤੁਹਾਡਾ ਕਾਲਾ ਲੁਕਿਆ ਰ। ਏ ਗੱਲ ਸੁਣ, ਪੁਆਣੇ ਨਾ ਘਰੋਂ ਨਿਕਲੋ ਨਾ, ਤੂੰ ਚੰਗਾ ਪੌਂਖਾ ਲਾਇਆ ਅੱਗੇ ਹੋ ਸਕਣਾ, ਬਖਤੋ ਨਾ ਹੀ ਮੰਨੇ ਫਿਰ ਕਿਆ ਮੈਂ ਕਰਸਾਂ? ਬਖਤੋ ਨਾ ਮੰਨੇ ਇਹ ਕੀ ਜ਼ਰਾ ਜਗਣਾ, ਬਖਤੋ ਨੇ ਵੀ ਹੱਥ ਪੀਲੇ ਨਹੀਂ ਹੋਣਗੇ ਫਿਰ। ਤੂੰ ਪਹਿਲਾਂ ਬਖਤੋ ਨੇ ਹੱਥ ਪੀਲੇ ਕਰੀ ਹੈ ਵੋ, ਮੈਂ ਤੁਹਾਡੇ ਪਹਿਲਾਂ ਮਾੜੇ ਹੋਣ ਦੇ ਨਾ ਸਮਝਿਆ ਕਰਨਾ ਗੱਲ ਕੀ ਯਾਰਾ। ਓ ਸ਼ੀ ਫੰਗ ਨਾ ਪਤਾ ਕਰੇ ਅਗੇ ਰਮਜ਼ਾਨੀ ਤੁਮੇ ਮਿਸ ਕਰਤਾ ਹੈ, ਮੈਂ ਤੁਹਾਡਾ ਉਸਕੀ ਸਲਾਮੀ ਦੇਸਾਂ, ਕੈਸਾ ਤੁਹਾਡੀ ਕੀ ਬਹੁਤ ਯਾਦ ਕਰਨਾ। ਅੱਬਾ ਰੁਕਾ ਨੇ ਲਿਖੀ ਦਿਆਂ ਦੁਗੀ, ਉਹ ਵੀ ਦੇਈਏ ਜੀ। ਉਹ ਮੈਂ ਜ਼ਬਾਨੀ ਯਾਦ ਆ, ਤਾਂ ਰੁਕਾ ਲਿਖਣੀ ਨਹੀਂ ਕਿਆ ਜ਼ਰੂਰਤ ਹੈ, ਉਸਕੀ ਸਮਝਾਈ ਸੁਣਦਾ ਨਾ, ਸਮਝਿਆ ਕਰਨਾ ਗੱਲ ਹੈ ਕਿ। ਉਹ ਸ਼ੇਰ ਵੀ ਲਿਖਿਆ ਕਿਹੜਾ? ਕਿ ਇਹ ਫੂਲ ਆਪਣੀ ਲਤਾਫਤ ਕੋ ਪਾਣਾ ਸਕਾ, ਚਿਲਾ ਜ਼ਰੂਰ ਮਗ ਖਿਲ ਕੇ ਪਦਨ ਕਿਆ ਵਾ। ਉਹ ਅੱਬਾ ਕਬਰਾਂ ਭੁੱਲ ਗਿਆ ਹੋਣੀ। ਓਏ ਗੱਲ ਸੁਣਾਏ, ਤੁਮ ਜੀ ਜੀਣੇ ਕਬਰਾ ਹਿਲਾ ਸੇ? ਓਏ ਅੰਨੀ ਨੀ ਪੁੱਤਰਾ, ਮੈਂ ਨਾ ਮਾੜੇ ਅੱਖੀਆਂ ਨੇ ਸਾਹਮਣੇ ਤੁਹਾਡਾ ਵਿਆਹ ਹੋਇਆ ਹੈ, ਮੈਂ ਨੂੰ ਘਰ ਆਣਾ, ਤੂੰ ਹੋਰ ਚੱਕਰਾਂ ਵਿਆਹ ਵੇ, ਮਰਨੇ ਨੇ ਚੱਕਰਾਂ ਵਿਆਹ ਵੇ, ਮਾਰੀ ਰਜੀ ਰਹੋ। ਜ਼ਿਲੇ ਸ਼ੀ ਫੰਗ ਨਾਲ ਬੜਾ ਵਿਆਹ ਹੋ ਜਾਏ ਨਾ, ਮੈਂ ਉਸ ਕੀ ਹੈ ਕਰਦਾ ਗੋ ਬਖਤੋ ਕੀ ਮਾੜੇ ਅੱਬੇ ਨਾਲ ਸਲਾਮ ਦੇਈ। ਨਹੀਂ ਚੱਲਿਆ, ਜਿਸਲੇ ਸ਼ੀ ਫੰਗ ਨਾਲ ਤੁਹਾਡਾ ਵਿਆਹ ਸੀ ਨਾ, ਤੂੰ ਚੈਨਾ ਗਿਆ ਸੀ ਹੈ, ਤੇ ਪਿੱਛੇ ਮੈਂ ਤਾਂ ਬਖਤੋ ਸਮਝਿਆ ਕਰਨਾ। ਹਾਂ ਇੱਧਰ ਫਿਰ ਅਸਾਂ ਦੋਏ ਜਾਜ਼ਾ ਹੀ ਬੈਸਾਂ, ਤੇ ਚੈਨਾ ਹੈ ਚਾਈਨਾ ਮੈਂ ਨਾ ਗਸਣਾ, ਇੱਦਾਂ ਹੀ ਮੈਂ ਚਾਈਨਾ ਟਾਊਨ ਬਣਾਈ ਹੋਈ ਇੱਦਾਂ ਰਹਿਸਾਂ। ਉਹ ਕਿਹੜੀ ਮਾਉਰੀ ਨਵੀਂ ਚਾਈਨਾ ਚੱਟਾ ਹੁਣ ਬਣਾਈ ਕਿਤੀ ਆ ਰਾ ਜੀ। ਬਾਬਾ ਪੀ ਪੀ ਬਾਬਾ ਬਾਬਾ ਪੂ ਪੀ 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 ਪੀ, ਮੈਂ ਜਾਨੀ ਚ ਗਾਣਾ ਪਿਆ ਇਹ ਅਫਰੀਕੀ ਡਾਂਸ ਕਰਨਾ ਪਿਆ ਇਹ ਅੱਬਾ ਮਾੜਾ। ਦਾਦੀ ਨਵਾਂ ਸਿਆਪਾ ਉਪਰਾ ਬਾਈ ਕਿੰਦਾ ਖੋਤੀ ਕਿ ਨਹੀਂ ਤਾਂ ਆ ਗਏ ਅੱਗੇ ਥੋੜਾ ਕੈਸਾ ਜਿਹੜਾ ਸੰਭਾਲਣਾ ਸਾ ਬੁਸ਼ਾ ਖਿਰ ਖਿਰ ਉਹ ਤੂੰ ਤਾਂ ਪਿੱਛਾ ਮੁੜਨਾ ਵੇ ਇਹ ਦਾਦੀ ਕੀ ਪਤਾ ਨਹੀਂ ਕਿੱਥੋਂ ਮਿਲੀ ਗਈ ਇਹਦਾ ਖੋਤੀ ਬੜੇ ਆਏ ਕੋ
ਦਾਦਾ ਜੀ ਕੀ ਹਾਲ ਏ? ਅੱਜ ਤੇ ਬੜੇ ਲਾਸ਼ ਪਾਸ਼ ਹੋਏ ਹੋ। ਦਾਦਾ ਜੀ ਅੱਜ ਤੇ ਬੜੇ ਖੂਬਸੂਰਤ ਲੱਗਣੇ ਹੋ ਤੁਸੀਂ। ਮਾੜਾ ਤੁਹਾਡਾ ਪੱਕੀ ਗੱਲ ਹੈ? ਪੱਕੀ ਗੱਲ ਦਾਦਾ ਜੀ, ਸੋਚੀ ਕਿ ਨਹੀਂ ਮੈਂ ਉਹਨਾਂ ਨੇ ਦੇਣਾ ਮੈਂ ਕਦੂ ਮੰਗੇ ਤੁਹਾਡੇ ਕੋਲੋਂ? ਸਮਝਿਆ ਕਰਨਾ, ਪੱਕੀ ਗੱਲ ਹੈ ਮਾੜੇ ਨਾ ਇਹ ਮੈਂ ਜਿਵੇਂ ਬਹਿਗੀ ਨਾ ਜਿਵੇਂ ਬਹਿ ਤੇ ਫਿਰ ਪੁੱਛ ਦੱਸਾਂ ਨੇ। ਪੈਟਰੋਲ ਮਹਿੰਗਾ ਹੋਇਆ ਵਾ ਨਾ, ਅੱਜ ਸਮਝਿਆ ਕਰਨਾ। ਅੱਜ ਸਹੀ ਤੁਸੀਂ ਕਿ ਮੈਂ ਪਤਾ ਲੱਗਾ ਕਿ ਪੈਟਰੋਲ ਵਾਕਈ ਮਹਿੰਗਾ ਹੋ ਗਿਆ। ਹਾਂ ਪੱਕੀ ਗੱਲ ਹੀ ਨਾ, ਇਹ ਮੈਂ ਹੁਣ ਵਾਪਸ ਨਾ ਨਹੀਂ ਦੇਣਾ। ਪੱਕੀ ਯਾਰ ਪੱਕੀ, ਇਹ ਮਾੜੇ ਹੋਈ ਗਏ ਨਾ ਤੇਰੇ ਪਸ਼ੂ ਨੇ ਮਾੜੇ ਪੱਕੇ ਹੋਈ ਗਏ। ਇਹ ਤੁਹਾਡੇ ਪੈਟਰੋਲ ਮਹਿੰਗਾ ਹੋ ਗਿਆ ਨਾ, ਸਮਝਿਆ ਕਰਨਾ। ਅੱਜ ਸਹੀ ਤੁਸੀਂ ਕਿ ਪਤਾ ਲੱਗਾ ਪੈਟਰੋਲ ਮਹਿੰਗਾ ਹੋ ਗਿਆ। ਤੇ ਗੱਲ ਸੁਣ। ਹਾਂਜੀ ਬਖਤੋ ਕੁਤਾਈ ਅੱਜ ਦਾਦੀ ਬਖਤੋ ਹੋਰ ਦਾਦੀ ਹੋਰ ਦਾਦੀ ਪਤਾ ਕਿਆ ਨਾ ਮਾੜੇ ਬਾਰੇ ਕੋਈ ਗੱਲ ਕਰਨੀ ਸੀ? ਓ ਨਹੀਂ ਦਾਦੀ ਪਤਾ ਕਿਆ ਨਾ ਮਾੜੇ ਵਾਸਤੇ ਕੁਝ ਪਕਾਈ ਰੱਖਿਆ ਵਾਸ ਅੱਜ? ਓ ਨਹੀਂ ਇਹ ਗੱਲ ਨਹੀਂ। ਫਿਰ ਕਿਆ ਦਾਦੀ ਪਤਾ ਕਿਆ ਨਾ ਦਾਦੀ ਹੋਰ ਜਿਹੜੇ ਨਾ ਮੈਂ ਖਵਾਬੇ ਚ ਆਇਆ ਕਿਆ ਬਣੀ ਸੀ? ਦਾਦੀ ਪਤਾ ਕਿਆ ਨਾ ਰਿਸ਼ਤੇਦਾਰਾਂ ਨੇ ਕਰ ਗਏ ਤੇ ਅਤਰਿਆ ਮੁੜ ਸੁਣ। ਚੱਲ ਚੋਰ ਨੇ ਆ ਪੁੱਤਰਾ ਸਾਰੀ ਪਰਸਨੈਲਿਟੀ ਨੇ ਤੋੜ ਪੱਟੀ ਚੋੜੀ ਆ। ਭੈੜਾ ਮੂੰਹ ਬਣਾਇਆ ਨੀ ਜੀ ਇਹਨੂੰ, ਕੀ ਕਿਉਂ ਹੋਇਆ? ਮਾੜਾ ਦਾਦਾ ਔਰ ਸਮੁੰਦਰਾਂ ਚ ਕਰਾਚੀ ਸੇ ਨਾ ਨੌਕਰੀ ਕਰਨੇ ਹੋਣੇ ਸੇ, ਇੱਥੋਂ ਬੱਟਾ ਚ ਆਇਆ ਨੇ ਨਾ ਤੇ ਮਾਰਿਆ ਨੇ ਤੇ ਦੂਏ ਕੋਨੇ ਕੱਚੀ ਸਮੁੰਦਰਾਂ ਨੇ ਡੱਠਾ। ਆਹਾ ਤੁਸਾਂ ਨੇ ਕਹਿ ਮਾੜੇ ਦਾਦੇ ਔਰ ਨਾ ਡੋਰ ਬਹੁਤ ਚੰਗਾ ਸਾ, ਇਤਨੇ ਬਹਾਦਰ ਹੋਣੇ ਹੋਣੇ ਸੇ, ਇੱਕ ਵਾਰੀ ਸਮੁੰਦਰਾਂ ਛਾਲ ਮਾਰੀ ਨੇ ਤੇ ਕਰੂ ਟੂਟੀ ਚੋਂ ਨਿਕਲੇ।
ਪਾਪਾ ਗੱਲ ਸੁਣੋ ਨਾ, ਸਾਡੀ ਮੰਜੀ ਤਰੇ ਕੱਟੇ ਦਿੱਤੇ। ਕਿਸ ਨੇ ਸੰਡੇ ਖੁੱਲੀ ਗਏ? ਮੈਂ ਕਿਹਾ ਮੰਝ ਆਂਦੀ ਸੀ ਨਾ, ਉਸ ਤਰੇ ਕੱਟੇ ਦਿੱਤੇ ਤਰੇ। ਤੁਸਾਂ ਦੀ ਮੰਜੀ ਤਰੇ ਕੱਟੇ ਦਿੱਤੇ? ਇਹ ਕਹਿ ਤੁਸਾਂ ਸੁਣਿਆ? ਐਤਰਿਆਂ ਨੇ ਗੱਲ ਹੀ ਸਾਡੀ ਕੁੱਕੜੀ ਦਵਾਣਾ ਦਿੱਤਾ ਹੈ, ਸਾਡੀ ਕੁੱਕੜੀ ਦਵਾਣਾ ਦਿੱਤਾ। ਓਏ ਬਾਬੋਏ, ਓਏ ਬਾਬੋਏ, ਮੁਬਾਰਕ ਜੀ। ਖੈਰ ਮੁਬਾਰਕ ਕੀ ਹੋਇਆ ਜੀ? ਸਾਡੀ ਬੱਕਰੀ ਮੋਟਰਸਾਈਕਲ ਦਿੱਤਾ। ਮਾੜਾ ਪੁੱਤਰ ਪਿਆ ਹੋਣਾ ਜੀ, ਅੱਬਾ ਬੱਕਰੀ ਸੂਈ ਤੇ ਮੋਟਰਸਾਈਕਲ ਦਿੱਤਾ। ਟੂਟੀ ਛਾਲ ਮਾਰੀ, ਸਮੁੰਦਰ ਇੱਕ ਵਾਰੀ ਰਾਤੀ ਮੈਂ ਸੁਤਾ ਵਾ, ਅੱਜ ਨੀ ਛੰਗ ਰਾਤ ਤੇ ਦਰਵਾਜ਼ਾ ਖੜਕਿਆ। ਹਾਂ ਦਰਵਾਜ਼ਾ ਖੜਕਿਆ, ਮੈਂ ਦਰਵਾਜ਼ਾ ਖੋਲਿਆ, ਖਾਲੀ ਲੱਤਾਂ। ਮੈਂ ਆਖਿਆ ਇਹ ਕਿਆ ਬੁਲਾ ਆਈ, ਥੋੜ੍ਹਾ ਜਿਹਾ ਬਾਹਰ ਹੋਈ ਦੇਖਿਆ ਦੇਸ਼ ਮੋਣੇ ਜੜੇਲ ਖਲਦੀ। ਪਤਾ ਹੀ ਕਿਆ ਆਖਣੀ? ਆਖਣੀ ਚਾਚਾ ਆਈ ਆਈ ਲਵ ਯੂ। ਤੁਸੀਂ ਆਈ ਲਵ ਯੂ ਆ ਗਿਆ? ਹਾਂ ਮੈਂ ਗਿਆ 3 ਵਜੇ ਕੱਸਾ ਡੰਗਰ ਜੁਗੜੀ ਨਾ ਹਲ ਵਾਹੁਣ ਚਲਾ ਗਿਆ। ਉਸ ਵੇਲੇ ਘੜੀਆਂ ਕਦੋਂ ਆਉਣੀਆਂ ਸੀ? ਘੜੀਆਂ ਤਾਂ ਕੋਈ ਨਹੀਂ ਸੀ ਆਉਣੀਆਂ, ਬਸ ਚਿੜੀ ਬੋਲੀ ਤੇ ਮੈਂ ਡੰਗਰ ਜੁਗੜੇ ਤੇ ਚਲਾ ਗਿਆ। ਘਰੇ ਲਈ ਆਖਿਆ ਮੈਂ, ਕਿਹਾ ਰੋਟੀ ਪਾਣੀ ਜਿਹੜਾ ਨਾ ਬਾੜੀ ਚ ਕਿੰਨੀ ਸੀ, ਗਿਆ ਵਾ ਤਾਂ ਕਿਆ ਪਤਾ ਹੀ ਬੱਕਰੀ ਬਣੀ ਨਾ ਤਾਂ ਪਾਣੀ ਪੀ ਪੀਆ ਤਾਂ ਨਾ ਬਰੂ ਬੱਕਰੀ ਪਾਣੀ ਪੀਆ ਚੜੇਲ ਬੱਕਰੀ ਬਣੀ ਨਾ ਤਾਂ ਪਾਣੀ ਪੀ ਪੀਆ ਨਾ ਡਰਾ ਨਾ ਬਈ ਓ ਸੁਣ ਨਾ ਕਹੀਆ ਜੇ ਜਣੇ ਸੀ ਅਸਾਂ ਮੈਂ ਬੱਕਰੀ ਨਾ ਡੰਗਰ ਉੱਥੇ ਬੱਧੇ ਬੱਕਰੀ ਚਾਹੀ ਨਾ। ਮੈਂ ਕਿਹਾ ਸੀ ਪਹਿਲਾਂ ਘਰ ਛੋੜੀ ਜਾ, ਕੋਈ ਪਤਾ ਨਹੀਂ ਕੌਣ ਛੋੜੀ ਗਿਆ, ਮੁੰਡੇ ਵੀ ਸੱਟੀ ਜੰਗਾਂ ਨਪੜੀਆਂ ਮੈਂ ਤੁਰੀ ਪਿਆ। ਇੱਕ ਸਿਰਾ ਉਸ ਟੈਨਾ ਪਰ ਥਾ ਤਾਂ ਦੂਆ ਸਿਰਾ ਮਾੜੇ ਘਰੇ ਕੋਲ ਸਾ ਲਮਕੀ 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 ਆਖਿਆ ਵਾ ਛੋੜੋੜਾ ਬਾਵਾ ਮੈਂ ਚੜੇ ਲਿਆ ਬੱਕਰੀ ਬਣਤੀ ਸੀ। ਮੈਂ ਆਖਿਆ ਤੂੰ ਆਈ ਹੈ ਹੁਣ ਮਾੜੇ ਅੱਡੇ ਤੂੰ ਤਖਣਾ ਮੈਂ ਤੂੰ ਕਿਸ ਰਾਜ ਨਾਮ ਮਾੜੇ ਰਾਜ ਕਰ ਲਈ ਹੈ ਇਹ ਕਿਹੜੀ ਭਾਜੀ ਹੈ ਬਾਬਾ ਦਿਹਾੜੀ ਧੁੱਪ ਜੜੀ ਸੀ ਮੈਂ ਅੱਖਾਂ ਮੀਟੀਆਂ ਬੰਦ ਹੀ ਕੀਤੀਆਂ ਨੇਰਾ ਪਈ ਗਿਆ ਤੱਕ ਜੰਗਲਾ ਛੋੜੀ ਤਾਂ ਆਇਆ ਉੱਥੇ ਚਰਨੀਓ ਸੁਣਨਾ ਗੱਲ ਸੁਣ ਮਾੜੀ ਉੱਥੇ ਮਾੜੀ ਜਗ੍ਹਾ ਵੀ ਛੋੜੀ ਹੋਈਆਂ ਨੇ ਬੱਕਰੀਆਂ ਜਦੋਂ ਨਹੀਂ ਸੰਭਾਲਣੀਆਂ ਤੇ ਵੇਚੀ ਛੋੜ ਕੁਥੇ ਆ ਬੱਕਰੀਆਂ ਕਿਹੜੀ ਜਗ੍ਹਾ ਹੀ ਸੰਭਾਲੀਆਂ ਹੋਈਆਂ ਨੇ ਤੁਹਾਡੀ ਜਗ੍ਹਾ ਵੀ ਚਰਨੀਆਂ ਪਈਆਂ ਕਿਹੜੀ ਜਗ੍ਹਾ ਚੋ ਉਹ ਪਾਰ ਹੋਗਾ ਕੋਲ ਜਿੱਥੇ ਉਹ ਤੇ ਅਸਣੀ ਆਪਣੀ ਜਗ੍ਹਾ 'ਚ ਮੈਂ ਛੋੜੀਆਂ ਸੀਆਂ ਤੁਸਾਂ ਨਹੀਂ ਆਪਣੀ ਜਗ੍ਹਾ ਨਹੀਂ ਉਹ ਸਾਡੀ ਜਗ੍ਹਾ ਹੀ ਹੋ ਆਪਣੀ ਜਗ੍ਹਾ ਵੀ ਛੋੜੀਆਂ ਸੀਆਂ ਸਾਡੀ ਜਗ੍ਹਾ ਹੀ ਹੋ ਅੱਛਾ ਚੱਲ ਠੀਕ ਹੈ ਮੈਂ ਉਹਨੇ ਕੀ ਰੋਕੀ ਦੰਨੇ ਕਿਹੜੇ ਪਾਸੇ ਜ਼ਮੀਨ ਦੱਸ ਤੇ ਤੁਸੀਂ ਤਾਂ ਗਸ਼ ਨਾ ਗਿਆ ਉਹ ਸਾਹਮਣੇ ਚਰਨੀਆਂ ਨਹੀਂ ਅੱਛਾ ਤੁਸੀਂ ਨਜ਼ਰ ਕੀ ਨਾ ਅਸ਼ਨਾ ਉਹ ਸਾਹਮਣੇ ਚਰਨੀਆਂ ਨਹੀਂ ਅੱਛਾ ਸਾਹਮਣੇ ਹਾਂ ਅੱਜ ਤੋਂ ਬਾਅਦ ਮਾੜੀ ਜਾਈ ਬੱਕਰੀਆਂ ਨਾ ਆਉਣ ਨਹੀਂ ਆਲਾ ਲੈ ਠੀਕ ਹੈ ਤੇ ਦਾਦੀ ਕਿਨਾਂ ਦੱਸਾਂ ਅਸ਼ਨ ਜਗ੍ਹਾ ਜੀ ਜੀ ਦਾਦੀ ਮੈਂ ਦਾਦੀ ਕਿਨਾਂ ਦੱਸੀ ਚੱਲ ਗਏ ਬੱਕਰੀਆਂ ਮੋੜ ਆਈ ਤੋਂ ਬਾਅਦ ਮਾੜੀ ਜਗ੍ਹਾ ਹੀ ਨਾ ਆਉਣ ਬੱਕਰੀਆਂ ਲੈ ਠੀਕ ਹੈ ਤੂੰ ਵੀ ਜੁਲ ਆਪਣੇ ਘਰ ਬੜਾ ਇਹ ਕਿਹੜੀ ਬਹਾਦਰੀ ਨਿਕਲਦੀ ਮੈਂ ਜਿਹੜੀ ਬਹਾਦਰੀ ਕੀਤੀ ਮੈਂ ਇੱਕ ਵਾਰੀ ਗਿਆ ਵਾਂ ਜੰਗਲੇ ਵਿੱਚ ਅੱਗੇ ਸ਼ੇਰ ਆਇਆ ਈ ਸ਼ੇਰ ਹਾਂ ਮੈਂ ਡਰਿਆ ਸ਼ਰਿਆ ਕੋਈ ਨਾ ਉਸ ਆਖਿਆ ਕੁਝ ਨਹੀਂ ਸੁਗੀ ਕੱਖ ਨਹੀਂ ਹੀ ਕਰੀ ਤੱਕਿਆ ਨਾ ਉਸ ਤੇ ਮੈਂ ਵੀ ਉਸ ਕੀ ਤੱਕਿਆ ਸ਼ੇਰੇ ਜੀ ਮਾੜੇ ਦੇ ਆਇਆ ਨਾ ਮੈਂ ਉਸ ਨੇ ਇੱਕ ਜਬੜਾ ਪੈਰਾ ਹੇਠ ਰੱਖਿਆ ਦੂਆ ਹੀ ਛਿੱਕੀ ਤੜ 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 ਰੇੜੀ ਤੇ ਰੱਖੀ ਛੱਡਿਆ ਯਾਰਾ ਪਾਪਾ
ਬਾਰਿਸ਼ ਹੋਣ ਦੇ ਜਿਹੜੇ ਚੜ ਚੜੇ ਸੀ ਉੱਡ ਰਹੀ ਗਏ ਨੀ ਐਵੇਂ ਸ਼ੇਰਾਂ ਨਾਲ ਜਬੜੇ ਅੱਬਾ ਹਾਂ ਉਹ ਜੰਗਲ ਵਿੱਚ ਚੌਕਾ ਹੈ ਜੰਗਲ ਵਿੱਚ ਕਿਹੜਾ ਚੌਕਾ ਦੋ ਦਰਖਤ ਇਹ ਹੋਏ ਇਹ ਤਾਂ ਫਿਰ ਆਪਣਾ ਹੀ ਚੌਕ ਬਣਾਇਆ ਜੀ ਇਹ ਪੁੱਤਰ ਆਲਾ ਮਾੜਾ ਮਾੜਾ ਦਾਦਾ ਬਸਤੀ ਪਤਾ ਕਿਆ ਉਹਨਾਂ ਨੇ ਵੱਲ ਦਾਦੇ ਨੇ ਜਿਹੜੇ ਦਾਦਾ ਦਾਦਾ ਸੀ ਨਾ ਆਣੇ ਸੀ ਕਿ ਉਸਨਾਂ ਕੋਲ ਇਤਨੀ ਜ਼ਮੀਨ ਹੋਣੀ ਸੀ ਨਾ ਉਸ ਲੈ ਇੱਕ ਕੋਨੇ ਪਰ ਸ਼ੁਰੂ ਹੋਣੀ ਸੀ ਨਾ ਦੁਨੀਆਂ ਨੇ ਦੂਏ ਨੇ ਕੋਨੇ ਪਰ ਖਤਮ ਹੋਣੀ ਸੀ ਨਾ ਛੋੜ ਲੋ ਬੁੱਢਿਆ ਚਿੱਟੀਆਂ ਚਿੱਟਾ ਚਾਟਾ ਆਟਾ ਖਰਾਬ ਯਕੀਨ ਮਨ ਮੈਂ ਝੂਠ ਨਾ ਬੋਲਣਾ ਜੀ ਹਾਂ ਬੜੇ ਆਇਆ ਇਹ ਫਿਰ ਇਤਨੀ ਕਹਿ ਹੋਣਾ ਸਾ ਯਕੀਨ ਮਨ ਮੈਂ ਝੂਠ ਨਾ ਬੋਲਣਾ ਸੀੜੀ ਤੁਹਾਡਾ ਦਾਦਾ ਵੀ ਛੋੜਨਾ ਹੁਣ ਸਾ ਮਾੜਾ ਦਾਦਾ ਆਣੇ ਸੀ ਨਾ ਇੱਕ ਦਿਨ ਮੈਂ ਸੀ ਆਖਿਆ ਮਾੜੀ ਜ਼ਮੀਨ ਦੁਨੀਆਂ ਨੇ ਇਸ ਕੋਨੇ ਵੀ ਕਿਨੀ ਦੁਨੀਆਂ ਨੇ ਦੂਏ ਕੋਨੇ ਤੱਕ ਹੈ ਫਿਰ ਤੁਹਾਡੇ ਦਾਦੇ ਵੀ ਝੂਠ ਬੋਲਿਆ ਹੈ ਬਸ ਪੈਦਾਸ਼ੀ ਝੂਠੇ ਹੋ ਨਾ ਅੱਛਾ ਨਾ ਝੂਠੇ ਸੱਚੀਆਂ ਗੱਲਾਂ ਬਾਣੇ ਹੋਣੇ ਪਤਾ ਹੀ ਤੁਹਾਡੇ ਦਾਦੇ ਨਾਲ ਦਾਦਾ ਕਿਆ ਹੋਣ ਸਾ ਮਾੜੇ ਦਾਦੇ ਸੀੜੀ ਬਣਾਈ ਇੱਕ ਦੁਨੀਆਂ ਨੇ ਇੱਕ ਕੋਨੇ ਪਰ ਸ਼ੁਰੂ ਹੋਈ ਦੂਏ ਕੋਨੇ ਪਰ ਚਲੀ ਗਈ ਦਾਦੇ ਮਾੜੇ ਪੁੱਛਿਆ ਕਿੱਥੇ ਰੱਖੀ ਵੀ ਤੁਹਾਡੇ ਦਾਦੇ ਸੀੜੀ ਹੈ ਤੁਸਾਂ ਨੀ ਜ਼ਮੀਨਾਂ ਉੱਪਰ ਹਾਂ ਨਾ ਫਿਰ ਰੱਖੀ ਨਾ ਇਹ ਗੱਲਾਂ ਹੋਣੀਆਂ ਨਾ ਕਿਉਂਕਿ ਕਿਆ ਪਤਾ ਮਾੜੇ ਦਾਦਾ ਜਿਹੜਾ ਨਾ ਉਹ ਖੁੱਲੇ ਹੋਣੇ ਸੀ ਨਾ ਘਰ ਕੋਠਾ ਟਈ ਪਿਆ ਰਾਤ ਦੀ ਨਿਛੰਗ ਰਾਤ ਤੇ ਦੋ ਮੰਜ਼ਲੀ ਕੋਠਾ ਆਈਆਂ ਚਾਇਆ ਰਹਿਣ ਪੂਰੀ ਦਿਹਾੜੀ ਕਿਆ ਬਾਂ ਬੜ ਹਾਂ ਹਾਂ ਇਹ ਕਹਿ ਤੁਸਾਂ ਅੱਬਾ ਅੱਬਾ ਇਸ ਕੀ ਦਾਸ ਮੈਂ ਕੋਡੀ ਗੇਣਾ ਕੋਡੀ ਹੈ ਕਿਆ ਕਹਿਣਾ ਖੋਤੀ ਕਹਿਣਾ ਹੈ ਉਹ ਕੋਡੀ ਵੇ ਅੱਲਾ ਕੋਡੀ ਕੋਡੀ ਗੇਣਾ ਇਹ ਪਹਿਲਵਾਨ ਆਇਆ ਉਸ ਕਪੜੇ ਲਾਏ ਹਾਂ ਮੈਦਾਨ ਹੀ ਜਾਇਆ ਮੈਂ ਕਪੜੇ ਲਾਏ ਲੋਕ ਸੀ ਪੇ ਝੂਠ ਬੋਲੇ ਨਾ ਕਹਿ ਲੱਭਣਾ ਹੀ ਕੰਢੀ ਹੋਈ ਮੈਂ ਪਰ ਛਿੜਕਣੇ ਹੋਣੇ ਇਹ ਤੱਕਿਆ ਹੀ ਮਈਆ ਟੱਪਾ ਰੱਖਾ ਛਿੜਕਣੇ ਹੋਣੇ ਮੈਂ ਖਾਂ ਸਕੀ ਕੰਢੀ ਹੋਈ ਨਹੀਂ ਠੀਕ ਆਣਾ ਕਿ ਬਾਵੇ ਪਾਣੀ ਛੱਟੋ ਬਾਵਾ ਰੋਸ਼ ਹੀ ਚਛੋਣ ਓਏ ਨਾ ਛੋੜ ਤੂੰ ਆਣਾ ਕੰਮ ਬੈਠ ਕੇ ਮੈਂ ਕੰਮੀਆਂ ਬੈਠਾ ਕਰਨੇ ਲੋਕਾਂ ਦੀ ਝੂਠ ਨਾਲ ਬੁਲੰਦੇ ਓਏ ਕਾ ਮਾੜੇ ਅੱਬੇ ਨਾਲ ਬਦਮਾਸ਼ੀ ਕਰ ਰਹੇ ਲੈ ਬਾਈ ਮਾੜੇ ਅੱਬੇ ਨਾਲ ਬਦਮਾਸ਼ੀ ਛੋੜ ਸਾ ਜਰਾ ਪਿਛਾ ਹੋ ਤੂੰ ਮੰਟਾ ਪਰ ਤੂੰ ਦੀਆ ਪਿਛਾ ਹੋ ਇਹ ਤਾਂ ਮੰਟਾ ਕਰ ਚੜਨਾ ਨੇ ਤੂੰ ਚੜਨਾ ਨੇ ਮੈਂ ਇਸ ਗ੍ਰਾਂ ਚ ਆਇਆ ਨਾ ਸਾਰਿਆਂ ਨੇ ਫਟਕੜੀ ਮੈਂ ਫੁੱਲ ਕਰੀ ਤਾਂ ਰੱਖ ਸਾਂ